ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਮੈਂ ਤੁਹਾਡਾ ਗੋਪੀ ਫਰੰਦੀਪੁਰ, ਅਤੇ ਅੱਜ ਆਪਾਂ ਗੱਲਬਾਤ ਕਰਨੀ ਆ ਪ੍ਰੀਤ ਬਾਰੇ। ਜੋ ਵੀ ਅੱਜ ਤੱਕ ਹੋਇਆ, ਕਿੱਦਾਂ ਇਹ ਸਾਰਾ ਸਰਕਲ ਚੱਲਿਆ, ਜੋ ਕੁਛ ਵੀ ਹੋਇਆ, ਆਪਾਂ ਸਾਰਾ ਸਾਰੀ ਇੱਕ ਸਾਡੀ ਕਹਾਣੀ ਆ, ਸਾਰੀ ਆਪਾਂ ਬਿਆਨ ਕਰਾਂਗੇ ਜਿੱਦਾਂ ਵੀ ਚੱਲੂਗੀ ਇਹ ਸਾਰਾ ਕੁਛ। ਇਹ 2019 ਦੀ ਗੱਲ ਆ ਜਦੋਂ ਇਹ ਮੈਨੂੰ ਪਹਿਲੀ ਵਾਰ ਮਿਲਦਾ, ਅਤੇ 2019 ਠੱਠੇ ਮੈਚ ਹੁੰਦਾ ਪੱਟੀ ਦੇ ਲਾਗੇ, ਇੱਥੇ ਮੈਨੂੰ ਪਹਿਲੀ ਵਾਰ ਇਹ ਮਿਲਿਆ। ਅਤੇ ਮੇਰਾ ਅਕਸਰ ਹੀ ਮੋਟਿਵ ਇਹ ਹੁੰਦਾ ਕਿ ਮੈਂ ਜਦੋਂ ਮੈਚ ਦੇ ਵਿੱਚ ਜਾਂਦਾ ਅਤੇ ਨਵੇਂ ਬੱਚੇ ਵੇਖਦਾ ਰਹਿੰਦਾ, ਕਿ ਨਵਿਆਂ ਬੱਚਿਆਂ ਦਾ ਮੈਨੂੰ ਹੁੰਦਾ ਕਿ ਕੋਈ ਨਾ ਕੋਈ ਬੱਚੇ ਦੇ ਵਿੱਚ ਕੁਆਲਿਟੀ ਹੋਵੇ, ਸਰੀਰ ਪੱਖੋਂ ਵਧੀਆ ਹੋਵੇ, ਅਤੇ ਮੇਰਾ ਵੈਸੇ ਮੈਨੂੰ ਚੰਗਾ ਲੱਗਦਾ ਕਿ ਕੋਈ ਵਧੀਆ ਪਲੇਅਰ ਬਣ ਜੇ। ਇੱਦਾਂ ਹੀ ਚਲੋ ਜਦੋਂ ਮੈਚ 'ਚ ਗਏ ਹਾਂ ਅਤੇ ਬੜੇ ਆ ਮੈਚ, ਅਤੇ ਸਾਹਮਣੇ ਮੈਂ ਵੇਖਿਆ ਕਿ ਪ੍ਰੀਤ ਬੈਠਾ ਵਾ ਥੱਲੇ, ਅਤੇ ਬੜਾ ਵਧੀਆ ਦਾ ਮੈਨੂੰ ਸਰੀਰ ਲੱਗਾ ਕਿ ਮੁੰਡਾ ਬਣਨ ਵਾਲਾ, ਵਧੀਆ ਹੱਥਾਂ ਪੈਰਾਂ ਦਾ ਖੁੱਲ੍ਹਾ ਵਾ, ਪਤਲਾ ਜਿਹਾ ਦਾ ਸਰੀਰ ਆ, ਅਤੇ ਬੜਾ ਵਧੀਆ, ਅਤੇ ਨੈਣ ਨਕਸ਼ ਬੜੇ ਤਿੱਖੇ ਆ, ਅਤੇ ਬੜਾ ਵਧੀਆ ਪਲੇਅਰ ਲੱਗਾ ਮੈਨੂੰ, ਅਤੇ ਮੈਂ ਇਹਨੂੰ ਆਵਾਜ਼ ਮਾਰੀ ਆ, ਆਇਆ ਵਾ ਬੜਾ ਵਧੀਆ ਮੈਨੂੰ ਮਿਲਿਆ ਹੈ, ਆ ਕੇ ਇਹਨੇ ਮੇਰੇ ਗੋਡੀਆਂ ਹੱਥ ਲਾਏ ਆ। ਸਤਿ ਸ਼੍ਰੀ ਅਕਾਲ ਭਲਵਾਨ ਜੀ, ਚਲੋ ਆਪਾਂ ਵੀ ਜਿੰਨੀ ਜੋ ਕਿ ਸਤਿ ਸ਼੍ਰੀ ਅਕਾਲ ਬੁਲਾਈ ਗਾੜੀ। ਮੈਂ ਇਹਨੂੰ ਪੁੱਛਿਆ, ਮੈਂ ਇਹਦੇ ਹੱਥ ਫੜੇ ਆ ਅਤੇ ਹੱਥ ਬੜੇ ਲੰਮੇ ਆ ਇਹਦੇ, ਅਤੇ ਮੈਂ ਕਿਹਾ ਤੇਰੇ ਹੱਥ ਬੜੇ ਲੰਮੇ ਆ ਗਾੜੀ ਮੈਨੂੰ, ਕਹਿੰਦਾ ਵੀ ਸਾਡੇ ਖਾਨਦਾਨ 'ਚ ਹੀ ਬੜੇ ਲੰਮੇ ਹੱਥ, ਕਹਿੰਦਾ ਮੇਰੇ ਫਾਦਰ ਸਾਹਿਬ ਦੇ ਬੜੇ ਹੱਥ ਲੰਮੇ ਆ। ਮੈਂ ਚੱਲ ਵਧੀਆ ਵਧੀਆ, ਮੈਂ ਖਾਨਦਾਨ 'ਚ, ਕਹਿੰਦਾ ਹਾਂ। ਇੱਦਾਂ ਗੱਲਾਂ ਬਾਤਾਂ ਹੋਈਆਂ, ਅਤੇ ਮੈਂ ਕਿਹਾ ਬਾਅਦ 'ਚ ਮਿਲ ਕੇ ਜਾਈ, ਕਹਿੰਦਾ ਠੀਕ ਹੈ ਭਲਵਾਨ ਜੀ। ਅਤੇ ਇੱਕ ਦਾਮਣਾ ਮੈਨੂੰ ਬੜਾ ਚੰਗਾ ਲੱਗਾ ਮੁੰਡਾ, ਅਤੇ ਚਲੋ ਮੈਚ ਮੁੱਚ ਖੇਡਣ ਲੱਗ ਪਏ ਹਾਂ, ਨਾਲ ਪੱਬੇ ਹੋਣੀ ਸਾਰੇ ਅਸੀਂ ਖੇਡਣ ਲੱਗ ਪਏ ਹਾਂ ਮੈਚ। ਮੈਚ ਦਾ ਹਾਫ ਹੋਇਆ ਅਤੇ ਮੈਂ ਇਹਨੂੰ ਆਵਾਜ਼ ਮਾਰੀ ਆ, ਮੈਂ ਆ ਜਾ ਲੱਗ ਜਾ ਚੈਨ 'ਚ, ਉੱਦਣ ਹੀ ਮੈਂ ਇਹਨੂੰ ਚੈਨ 'ਚ ਲਾ ਲਿਆ, ਇੱਕ ਪਿਆਰ ਲਾ ਲਓ ਜਿੱਦਾਂ ਮਰਜ਼ੀ ਵੀ, ਚੈਨ 'ਚ ਲਾ ਲਿਆ ਮੈਂ ਵੀ, ਆ ਜਾ ਚੈਨ 'ਚ ਲੱਗ ਜਾ, ਚੈਨ 'ਚ ਲੱਗ ਗਿਆ। ਚਲੋ ਮੈਚ ਖੇਡੇ ਹਾਂ, ਇਹ ਆਪਣੇ ਘਰ ਚੱਲ ਗਿਆ ਉੱਦਣ, ਮੈਨੂੰ ਕਹਿਤਾ ਵੀ ਆਪਣੇ ਨਾਲ ਖੇਡਿਆ ਕਰੇਗਾ ਪੱਕਾ, ਕਹਿੰਦਾ ਠੀਕ ਹੈ ਭਲਵਾਨ ਜੀ ਕੋਈ ਨਹੀਂ ਖੇਡੂੰਗਾ। ਚਲੋ ਅਗਲੇ ਦਿਨ ਮੈਚ ਹੀ ਇਹਨੂੰ ਮੈਂ ਫੋਨ ਕੀਤਾ ਅਤੇ ਮੈਂ ਕਿਹਾ ਬਈ ਤੂੰ ਆ ਜਾ, ਇਹ ਸੁਰ ਸਿੰਘ ਮੈਡੀਕਲ ਅਤੇ ਰਾਮ ਕੋਲ ਆ ਗਿਆ ਵਾ, ਇੱਥੋਂ ਅਸੀਂ ਗੱਡੀ 'ਚ ਬਹਿ ਕੇ, ਹੁਣ ਮੈਨੂੰ ਯਾਦ ਨਹੀਂ ਹੈ ਕਿੱਥੇ ਮੈਚ ਆ, ਅਸੀਂ ਮੈਚ 'ਤੇ ਗਏ ਹਾਂ, ਪਤਾ ਨਹੀਂ ਹੁਣ ਉੱਥੇ ਚੈਨ 'ਚ ਇਹਨੂੰ ਲਾਇਆ ਨਹੀਂ ਲਾਇਆ ਮੈਨੂੰ ਚੇਤਾ ਨਹੀਂ ਹੈ। ਚਲੋ ਵਾਪਸ ਆਏ ਹੋਵਾਂਗੇ, ਇਹ ਆਪਦੇ ਘਰ ਚੱਲ ਗਿਆ ਹੋਊਗਾ, ਆਪਾਂ ਆਪਦੇ ਘਰ ਚੱਲ ਗਏ ਹੋਵਾਂਗੇ। ਇੱਦਾਂ ਸਟੈਪ ਬਾਈ ਸਟੈਪ, ਕਿ ਕੋਈ ਵੀ ਪਲੇਅਰ ਹੁੰਦਾ ਨਾ, ਪਲੇਅਰ ਟੈਲੈਂਟ ਬੜਾ ਪਿਆ ਵਾ ਆਸੇ ਪਾਸੇ ਨਾ ਆਪਣੇ, ਕਿ ਜਿਹੜੇ ਵੱਡੇ ਪਲੇਅਰ ਆ ਉਹਨਾਂ ਨੂੰ ਥੱਲੇ ਨਹੀਂ ਦਿੰਦਾ, ਬੜਾ ਟੈਲੈਂਟ ਪਿਆ ਛੁਪਿਆ। ਜਿਹੜੇ ਛੋਟੇ ਛੋਟੇ ਬੱਚੇ ਆ ਨਾ, ਬੜੇ ਤਿਆਰ ਹੋਣ ਵਾਲੇ ਪਏ ਆ, ਜਿਹੜੇ ਵੱਡੇ ਪਲੇਅਰ ਆ ਉਹ ਨਹੀਂ ਵਹਿੰਦੇ ਛੋਟਿਆਂ ਬੱਚਿਆਂ ਨੂੰ। ਇੱਦਾਂ ਦੇ ਪ੍ਰੀਤ ਵਰਗੇ ਬੜੇ ਪ੍ਰੀਤ ਛੋਟੇ ਛੋਟੇ ਬੈਠੇ ਆ ਘਰਾਂ ਦੇ ਵਿੱਚ, ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਟੀਮ ਦੇ ਵਿੱਚ ਵੱਡੀ 'ਚ, ਅਤੇ ਇੱਦਾਂ ਦੇ ਪਲੇਅਰ ਬਹੁਤ ਆ। ਅਤੇ ਬਾਕੀ ਆਪਣੇ ਮਾਝੇ 'ਚ ਤੁਹਾਨੂੰ ਪਤਾ ਅਕੈਡਮੀ ਵੀ ਇੱਕੋ ਅਕੈਡਮੀ ਆ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਦੀ, ਜੋ ਵਧੀਆ ਬਹੁਤ ਵਧੀਆ ਕੰਮ ਹੈ ਉੱਥੇ ਹੁੰਦਾ ਕਿ ਪਲੇਅਰ ਉੱਥੋਂ ਨਿਕਲਦੇ ਆ, ਬਾਕੀ ਤਾਂ ਆਪਣੇ ਇੱਥੇ ਤਰਨ ਤਾਰਨ ਦੇ ਵਿੱਚ ਅਕੈਡਮੀ ਨਹੀਂ ਹੈਗੀ। ਅਤੇ ਬਾਕੀ ਆਪਾਂ ਆਉਣੇ ਆ ਫਿਰ ਪ੍ਰੀਤ ਦੀ ਗੱਲ ਤੋਂ, ਅਤੇ ਚਲੋ ਸਟੈਪ ਬਾਈ ਸਟੈਪ ਸਾਡੇ ਮੈਚ, ਤੁਹਾਨੂੰ ਪਤਾ ਫਰੰਦੀਪੁਰ ਦੀ ਟੀਮ ਦੇ ਮੈਚ ਟਾਫ ਹੀ ਹੁੰਦੇ ਆ, ਚੋਲਾ ਸਾਹਿਬ ਨਾਲ ਅਕਸਰ ਮੈਚ ਸਾਡੇ ਹੁੰਦੇ ਰਹੇ ਅਤੇ ਵਧੀਆ ਹੀ ਮੈਚ ਹੁੰਦੇ ਰਹੇ। ਅਤੇ ਹੌਲੀ ਹੌਲੀ ਜਿੱਦਾਂ ਮੰਨ ਲਓ ਅੱਜ ਹੋਰ ਭਲਕ ਹੋਰ ਖੇਡਦਾ ਰਿਹਾ, ਕਦੀ ਇਹਨੂੰ ਚੈਨ 'ਚ ਲਾ ਲੈਣਾ, ਕਦੀ ਇਹਨੂੰ ਨਾ ਚੈਨ 'ਚ ਲਾਉਣਾ। ਬਾਕੀ ਬੰਦਾ ਮੈਂ ਜਿੱਥੋਂ ਤੱਕ ਕਹਿੰਦਾ ਕਿ ਕੋਈ ਵੀ ਪਲੇਅਰ ਆ ਘਰੋਂ ਤਕੜਾ ਨਹੀਂ ਹੋ ਸਕਦਾ। ਮੈਂ ਜੋ ਮੈਂ ਆਪਦੇ ਸਰੀਰ 'ਤੇ ਹੰਢਾਇਆ, ਜੋ ਮੈਨੂੰ ਲੱਗਦਾ ਕਿ ਕੋਈ ਵੀ ਪਲੇਅਰ ਘਰੋਂ ਨਹੀਂ ਤਕੜਾ ਹੋ ਸਕਦਾ ਜਿੰਨਾ ਚਿਰ ਉਹਨੂੰ ਬਾਹਰੋਂ ਸਪੋਰਟ ਨਹੀਂ ਹੈਗੀ ਕਿਸੇ ਦੀ। ਹੁਣ ਮੰਨ ਕੇ ਚੱਲੋ, ਕਈ ਵਾਰ ਮੈਂ ਅਕਸਰ ਹੀ ਪਲੇਅਰਾਂ ਨਾਲ ਗੱਲਾਂ ਕਰਦਾ ਹੁੰਦਾ ਗੱਡੀ 'ਚ ਬਹਿ ਕੇ, ਵੀ ਸਾਰੇ ਸੁੱਖ ਸੱਖ ਹੋਣਾ ਜਿੰਨੇ ਵੀ ਪਲੇਅਰ ਆ,
ਤੇ ਯੁਵਰਾਜ ਹੁਣਾਂ ਨਾਲ ਵੀ ਆਪਾਂ ਨੂੰ ਮੰਨ ਕੇ ਚੱਲੋ ਕਿ ਜੇ ਆਪਾਂ ਕਬੱਡੀ ਨਹੀਂ ਖੇਡਦੇ, ਜਿੱਦਣ ਆਪਣੇ ਤੋਂ ਮੈਚ ਨਹੀਂ ਹੁੰਦਾ, ਆਪਣੇ ਤੋਂ ਆਪਾਂ ਨੂੰ 200 ਰੁਪਏ ਦੀ ਆਸ ਨਹੀਂ ਹੁੰਦੀ ਕਿ ਕਿਸੇ ਬੰਨਿਓਂ ਆਪਾਂ ਦੇ ਕੋਲ ਪੈਸਾ ਆਉਣਾ, ਨਹੀਂ ਆਪਾਂ ਨੂੰ ਆਸ ਹੈਗੀ। ਆਪਾਂ ਮਿਡਲ ਕਲਾਸ ਬੰਦੇ ਹਾਂ, ਛੋਟੇ ਛੋਟੇ ਆਪਣੇ ਪਰਿਵਾਰ ਆ, ਆਪਾਂ ਉਹਨਾਂ ਪਰਿਵਾਰਾਂ ਵਿੱਚ ਉੱਠੇ ਹਾਂ। ਅਤੇ ਇੱਦਾਂ ਦਾ ਹੀ ਪ੍ਰੀਤ ਦਾ ਪਰਿਵਾਰ ਆ, ਛੋਟੇ ਜਿਹੇ ਪਰਿਵਾਰ 'ਚੋਂ ਉੱਠਿਆ ਉਹ, ਅਤੇ ਇੱਦਾਂ ਹੀ ਪਤਾ ਨਹੀਂ ਕਿੰਨੇ ਪਲੇਅਰ ਆ ਕਿ ਜਾਣੀ ਕਿ ਬੈਠੇ ਆ ਘਰਾਂ ਦੇ ਵਿੱਚ। ਹੁਣ ਮੰਨ ਕੇ ਚੱਲੋ ਕਿ ਆਪਾਂ ਫਿਰ ਗੱਲ 'ਤੇ ਆਉਂਦੇ ਹਾਂ ਕਿ ਇਹਨੂੰ ਜਦੋਂ ਖਾਇਆ ਵਾ, ਇਹਨੂੰ ਰੋਜ਼ 1,000-1,500 ਰੁਪਈਆ ਮਿਲਦਾ ਹੋਊਗਾ, ਇਹ ਆਪਦੀ ਖੁਰਾਕ ਖਾਂਦਾ ਹੋਊਗਾ ਚੰਗੀ, ਕਿ ਕਿੱਥੋਂ ਆਪਾਂ ਆਪਦੇ ਘਰਦਿਆਂ ਤੋਂ ਮੰਗਣੇ ਆ, ਕਿੱਥੋਂ ਆਪਣੀ ਜੇਬ 'ਚੋਂ ਹੀ ਆਪਾਂ ਖਾ ਲੈਣਾ ਵਾ, ਇਹ ਚੀਜ਼ ਬੰਦੇ ਨੂੰ ਤਕੜਿਆਂ ਕਰਦੀ ਹੈ, ਛੋਟੇ ਬੱਚੇ ਨੂੰ, ਕਿਉਂਕਿ ਘਰਾਂ ਦੇ ਆਪਣੇ ਤੋਂ ਖਰਚੇ ਨਹੀਂ ਨਿਕਲਦੇ। ਅਤੇ ਜੇ ਆਪਾਂ ਨੂੰ 1,000-1,500 ਰੋਜ਼ ਦਾ ਮਿਲਣ ਲੱਗ ਪਏ, ਤਾਂ ਬੰਦਾ ਤਕੜਾ ਹੋਣਾ ਸ਼ੁਰੂ ਹੋ ਜਾਂਦਾ। ਉਹ ਮੈਂ ਨਹੀਂ ਕੀਤਾ ਕਿ ਮੈਂ ਇਹਨੂੰ ਤਕੜਿਆਂ ਕੀਤਾ ਕਿ ਮੈਂ ਵਡਿਆਈ ਲਵਾਂ, ਨਹੀਂ, ਇਹ ਸੰਗਤ ਦਾ ਪਲੇਅਰ ਹੀ, ਸੰਗਤ ਨੇ ਵੱਡਾ ਕੀਤਾ ਇਹਨੂੰ, ਜਿਹੜੇ ਆਪਾਂ ਮੈਚ ਖੇਡਦੇ ਹਾਂ। ਇੱਕ ਮੈਂ ਕਹਾਂ ਕਿ ਮੈਂ ਤਕੜਾ ਕੀਤਾ, ਨਹੀਂ, ਮੈਂ ਇੱਕ ਜ਼ਰੀਆ ਬਣਿਆ ਇਹਨੂੰ ਤਕੜਾ ਕਰਨ ਦਾ, ਉਹ ਰੱਬ ਵੱਲੋਂ ਇਹਦੇ 'ਚ ਟੈਲੈਂਟ ਹੀ, ਇਹ ਤਕੜਾ ਹੋ ਗਿਆ। ਚਲੋ, ਕੋਈ ਕਿਸੇ ਨੂੰ ਤਕੜਾ ਨਹੀਂ ਕਰਦਾ, ਉਹ ਮਹਾਰਾਜ ਤਕੜਾ ਕਰਦਾ ਸਾਰਿਆਂ ਨੂੰ। ਚਲੋ, ਹੌਲੀ ਹੌਲੀ ਤਕੜਾ ਹੁੰਦਾ ਗਿਆ ਅਤੇ ਇਹਨੇ ਗਰੋਥ ਬੜੀ ਛੇਤੀ ਕੀਤੀ, ਇਹਨੇ ਆਪਣੀ ਜਗ੍ਹਾ ਬੜੀ ਛੇਤੀ ਟੀਮ ਦੇ ਵਿੱਚ ਬਣਾਈ ਆ, ਨੋ ਡਾਊਟ, ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਕਿ ਇਹ ਮਾੜਾ ਪਲੇਅਰ ਹੀ ਜਾਂ ਨਹੀਂ, ਇਹ ਬਹੁਤ ਵਧੀਆ ਪਲੇਅਰ ਹੀ ਅਤੇ ਗੋਡ ਗਿਫਟ ਹੀ, ਇਹਨੂੰ ਰੱਬ ਵੱਲੋਂ ਬਹੁਤ ਵਧੀਆ ਗੋਡ ਗਿਫਟ ਦਿੱਤਾ ਸੀ ਰੱਬ ਨੇ ਇਹਨੂੰ। ਅਤੇ ਮੈਂ ਕਿਤੇ ਨਾ ਇਹਦੇ 'ਚੋਂ ਬੜੀ ਵੱਡੀ ਆਸ ਰੱਖੀ ਫਿਰਦਾ ਸੀ ਇਹਦੇ ਤੋਂ, ਕਿ ਜੋ ਮੇਰਾ ਦਿਲ ਦੇ ਵਿੱਚ ਹੀ ਕਿ ਇਹ ਬੜਾ ਕੁਝ ਕਰ ਸਕਦਾ ਮੁੰਡਾ, ਜੇ ਮੇਰੇ ਕਹਿਣ 'ਤੇ ਚੱਲੇ ਬੜਾ ਕੁਝ ਕਰ ਸਕਦਾ। ਪਹਿਲੇ 4-5 ਮਹੀਨੇ ਮੇਰੇ ਕਹਿਣ 'ਤੇ ਚੱਲਿਆ ਅਤੇ ਬੜੀ ਵਧੀਆ ਇਹਨੇ ਗਰੋਥ ਕੀਤੀ ਹੈ, ਚੱਲੀ ਗਿਆ ਕੰਮ। ਬਾਕੀ ਫਿਰ ਜਦੋਂ ਥੋੜ੍ਹਾ ਜਿਹਾ ਬੱਚਾ ਗਾਂਹ ਨਿਕਲਦਾ ਤਾਂ ਫਿਰ ਕੋਈ ਹੁੰਦਾ ਕਿ ਜਿਹੜਾ ਟਿਕ ਜਾਂਦਾ, ਆਸਿਓਂ ਪਾਸਿਓਂ ਵੀ ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲਦੀਆਂ, ਉਹਨਾਂ ਤੋਂ ਵੀ ਬਚਣਾ ਪੈਂਦਾ ਵਾ। ਉਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਜਿਹੜਾ ਨਿਆਣਾ ਹੁੰਦਾ, ਉਹ ਥੋੜ੍ਹਾ ਜਿਹਾ ਪੈਰ ਗਈ ਨਾ ਡੋਲ ਜਾਂਦੇ ਆ ਬੱਚੇ ਦੇ। ਅਤੇ ਜਦੋਂ ਮੰਨ ਕੇ ਚੱਲੋ ਇਹ ਸਟੈਪ ਬਾਈ ਸਟੈਪ ਅੱਗੇ ਵੀ ਵੱਧਦਾ ਗਿਆ, ਇਹਨੂੰ ਲੋਕਾਂ ਦੀਆਂ ਆਸਿਓਂ ਪਾਸਿਓਂ ਗੱਲਾਂ ਵੀ ਸੁਣਨੀਆਂ ਪਈਆਂ, ਪਰ ਫਿਰ ਵੀ ਇਹ ਬੜਾ ਚੰਗਾ ਰਿਹਾ, ਕਿਸੇ ਦੀਆਂ ਗੱਲਾਂ 'ਚ ਨਹੀਂ ਆਇਆ। ਚਲੋ, 2020 ਆ ਜਾਂਦਾ, 21 ਆ ਜਾਂਦਾ, 21 ਤੋਂ ਬਾਅਦ 'ਚ ਕਨੇਡਾ ਦੀ ਗੱਲ ਹੋ ਜਾਂਦੀ ਆ ਮੇਰੀ, ਪਤਾ ਨਹੀਂ 21  'ਚ ਜਾਂਦੇ ਹਾਂ 22 'ਚ ਜਾਂਦੇ, ਮੈਨੂੰ ਚੇਤਾ ਨਹੀਂ, ਗੱਲ ਹੋ ਜਾਂਦੀ ਆ ਅਤੇ ਮੈਨੂੰ ਚੇਤਾ ਹੀ ਨਹੀਂ ਹੁੰਦਾ ਕਿ ਮੇਰੇ 'ਤੇ ਬੈਨ ਲੱਗਾ ਵਾ 5 ਸਾਲਾਂ ਦਾ। ਅਤੇ ਪ੍ਰੀਤ ਦੀ ਮੈਂ ਗੱਲ ਕਰਾ ਦਿੰਦਾ, ਪ੍ਰੀਤ ਖੇਡਣ ਚੱਲ ਜਾਂਦਾ ਕਨੇਡਾ, ਪਤਾ ਨਹੀਂ 21 'ਚ ਜਾਂਦਾ 22 'ਚ ਜਾਂਦਾ, ਮੈਨੂੰ ਕਲੀਅਰ ਯਾਦ ਨਹੀਂ ਹੈ। ਇਹ ਚੱਲ ਜਾਂਦਾ ਕਨੇਡਾ ਅਤੇ ਮੇਰੇ ਐਪਸਪੋਰਟ ਵਾਲੇ ਮੇਰੇ ਪ੍ਰਮੋਟਰਾਂ ਵੱਲੋਂ ਜਾਂਦਾ, ਬੱਬਲ ਸੰਗਰੂਰ ਹੋਣੀ ਅਤੇ ਬਰਲਾਲ ਸਿੰਘ ਸੰਘੇ ਹੋਣੀ, ਜਿਹੜੇ ਖੁਸ਼ੀ ਜਿੱਧਰੋਂ ਖੇਡਦਾ ਉਸੇ ਟੀਮ 'ਚ ਹੀ ਇਹ ਜਾਂਦਾ ਖੇਡਣ, ਅਤੇ ਬੜਾ ਵਧੀਆ, ਅਤੇ ਉੱਥੇ ਬੜੀ ਵਧੀਆ ਖੇਡ ਕੇ ਆਉਂਦਾ। ਇਹ ਥੋੜ੍ਹਾ ਜਿਹਾ ਵੀਜ਼ਾ ਵੀ ਲੇਟ ਲੱਗਦਾ ਅਤੇ ਪੂਰਾ ਵਧੀਆ ਆਪਦਾ ਕੰਮ ਕਰਕੇ ਆਉਂਦਾ, ਵੀ ਆਪਦੀ ਜਗ੍ਹਾ ਬਣਾ ਆਉਂਦਾ ਫਿਰ ਖੇਡਣ ਦੀ। ਚਲੋ, ਇੱਦਾਂ ਹੀ ਸਟੈਪ ਬਾਈ ਸਟੈਪ ਅੱਗੇ ਵੱਧਦਾ ਜਾਂਦਾ। ਅਤੇ ਜਿਹੜੀ ਇਹ ਟੀਮ ਹੁੰਦੀ ਹੈ ਨਾ, ਜਿਹੜੀ ਆਪਾਂ ਇਹ ਟੀਮ ਚਲਾਉਂਦੇ ਹਾਂ, ਇਹ ਸਾਰੀ ਨਾ ਇਹ ਲੋਕਲ ਟੀਮ ਹੁੰਦੀ ਆ, ਜਿਹੜੇ ਵੀ ਕੋਈ ਸ਼ੋ ਮੈਚ ਖੇਡਦੇ ਇਹਨੂੰ ਕੋਈ ਪ੍ਰਮੋਟਰ ਸਪੋਰਟ ਨਹੀਂ ਕਰਦਾ, ਕੋਈ ਪਿੱਛੇ ਇਹਦੇ ਬੈਕ 'ਤੇ ਹੁੰਦਾ ਨਹੀਂ ਆ, ਇਹ ਬਸ ਇੱਕ ਬੋਰਡਿੰਗ ਬਣੀ ਹੁੰਦੀ ਆ ਸਾਰੇ ਪਲੇਅਰਾਂ ਦੀ, ਇੱਕ ਵਿੱਚ ਇਹਦੇ 'ਚ ਮੇਨ ਹੁੰਦਾ ਵਾ ਅਤੇ ਬਾਕੀ ਉਹਨੂੰ ਕਮੇਟੀ ਵਾਲੇ ਸਾਈ ਦੇ ਜਾਂਦੇ ਆ, ਉਹਦੇ ਤੋਂ ਹੀ ਸਰਕਲ ਸ਼ੁਰੂ ਹੁੰਦਾ, ਫਿਰ ਇੱਦਾਂ ਹੀ ਆਪਾਂ ਮੈਚ ਖੇਡੀ ਜਾਂਦੇ। ਕੋਈ ਇਹਦੇ 'ਚ ਆਪਾਂ ਮੰਨ ਕੇ ਚੱਲੀਏ ਕੋਈ ਬਾਹਰੋਂ ਸਪੋਰਟ ਨਹੀਂ ਹੁੰਦੀ ਇਸ ਟੀਮ ਨੂੰ, ਇਕੱਲਾ ਨੋਰਮਲ ਟੀਮ ਹੁੰਦੀ ਹੈ। ਚਲੋ, ਚੱਲੀ ਗਿਆ ਟੀਮ, ਸਾਡੀ ਟੀਮ ਵਧੀਆ ਬਣ ਗਈ, ਸਾਡੇ ਨਾਲ ਕਾਸ਼ ਆ ਗਿਆ, ਮਨਜੀਤ ਸਾਡੇ ਨਾਲ ਖੇਡਦਾ ਸੀ, ਸਾਡੀ ਬਹੁਤ ਵਧੀਆ ਟੀਮ ਬਣ ਗਈ। ਅਤੇ ਉਸ ਤੋਂ ਬਾਅਦ 'ਚ ਫਿਰ ਮੇਰਾ ਜਿਹੜਾ ਸ਼ੌਂਕ ਹੁੰਦਾ ਨਾ ਪਲੇਅਰ ਲੱਭਣ ਦਾ,
ਤੇ ਮੈਂ ਇੰਸਟਾਗ੍ਰਾਮ ਤੇ ਕੀ ਵੇਣਾ ਕਿ ਇੱਕ ਹੈਪੀ ਮੁੰਡਾ ਸਭਰਾਵਾਂ ਦਾ ਵੇਣਾ ਕਿ ਉਹ ਇੰਸਟਾਗ੍ਰਾਮ ਤੇ ਆਪਦੀ ਆ ਵੀਡੀਓ ਪਾਉਂਦਾ ਤੇ ਮੈਨੂੰ ਉਹਦਾ ਸਰੀਰ ਬੜਾ ਵਧੀਆ ਲੱਗਦਾ। ਮੈਂ ਉਹਨੂੰ ਮੈਸੇਜ ਭੇਜਦਾ, ਉਹ ਰਿਪਲਾਈ ਕਰਦਾ ਗਾੜੀਓ ਮੈਨੂੰ। ਤੇ ਉਦੋਂ ਨਾ ਚੋਲੇ ਮੈਚ ਹੁੰਦਾ ਤੇ ਮੈਂ ਉਹਨੂੰ ਫੋਨ ਕਰਦਾ ਕਿ ਮੈਨੂੰ ਮਿਲੀ ਚੋਲੇ ਆ ਕੇ। ਉਹ ਮੈਨੂੰ ਆ ਕੇ ਚੋਲੇ ਮਿਲਦਾ ਤੇ ਉਹ ਆਪਾਂ ਅਕਸਰ ਵੇਖਦੇ ਹਾਂ ਕਿ ਵੀਡੀਓ ਦੇ ਵਿੱਚ ਬੰਦਾ ਥੋੜ੍ਹਾ ਜਿਹਾ ਵੱਡਾ ਜਿਹਾ ਦਿੰਦਾ ਵਾ, ਅਤੇ ਜਦੋਂ ਮੰਨ ਕੇ ਚੱਲੋ ਕਿ ਆਪਾਂ ਉਹਨੂੰ ਉੱਦਾਂ ਨਿੱਜੀ ਵੇਖਦੇ ਹਾਂ ਤਾਂ ਉਹ ਬੰਦਾ ਛੋਟਾ ਜਿਹਾ ਲੱਗਦਾ। ਮੈਂ ਇੱਦਾਂ ਗੱਡੀ 'ਚ ਬੈਠੇ ਉਹਨਾਂ 'ਤੇ, ਪ੍ਰੀਤ ਮੇਰੇ ਕੋਲ ਆ ਕੇ ਮੈਨੂੰ ਛੇੜਦਾ, ਮੈਨੂੰ ਕਹਿੰਦਾ ਉਹ ਵੇਖਿਆ ਤੇਰਾ ਯਾਰ ਇਹ ਨਿਕਾ ਜਿਹਾ ਉਹ। ਮੈਂ ਕੌਣ ਚੇਤਾਕਰ ਕੌਣ ਹੈ ਮੈਨੂੰ ਕਹਿੰਦਾ, ਮੈਂ ਕੌਣ ਹੈ? ਉਹ ਤੇਰਾ ਯਾਰ, ਤੇਰਾ ਨਵਾਂ ਚੇਲਾ ਮੈਨੂੰ ਕਹਿੰਦਾ ਇਹ। ਮੈਂ ਕਿਹੜਾ ਨਵਾਂ ਚੇਲਾ? ਇਹ ਦੂਜਾ ਹੈਪੀ ਸਭਰਾ ਵਾਲਾ। ਮੈਂ ਅੱਛਾ ਮੈਂ ਉਹ ਆ। ਅਤੇ ਉਹ ਆਇਆ ਮਿਲਿਆ ਆ ਕੇ ਮੈਨੂੰ ਛੋਟਾ ਜਿਹਾ ਉਦੋਂ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਵਧੀਆ ਮਿਹਨਤ ਲਾਇਆ ਕਰ, ਤੈਨੂੰ ਫਰੰਦੀਪੁਰ ਦੀ ਟੀਮ 'ਚ ਖਿਡਾਵਾਂਗੇ। ਕਹਿੰਦਾ ਠੀਕ ਹੈ ਭਲਵਾਨ ਜੀ। ਉਹ ਵੀ ਮਿਹਨਤ ਲਾਉਣ ਲੱਗ ਪਿਆ। ਚਲੋ ਬੜਾ ਮੁੰਡਾ ਵਧੀਆ, ਤਿੱਖਾ ਜਿਹਾ, ਸ਼ਾਰਪ ਸਰੀਰ ਦਾ ਵਧੀਆ, ਅਤੇ ਉਹ ਵੀ ਵਧੀਆ ਖੇਡਣ ਲੱਗ ਪਿਆ। ਫਿਰ ਆਪਾਂ ਘੁੰਮ ਕੇ ਪ੍ਰੀਤ ਦੀ ਗੱਲ 'ਤੇ ਆ ਜਾਂਦੇ ਹਾਂ। ਪ੍ਰੀਤ ਉਸ ਸਾਲ 21-22 'ਚ ਕਨੇਡਾ ਚੱਲ ਜਾਂਦਾ ਵਾਪਸ ਆਉਂਦਾ। ਆਪਾਂ ਇਹਦਾ ਮਾਨ ਸਨਮਾਨਤ ਕਰਦੇ ਹਾਂ ਜਿੰਨੇ ਜੋਗੇ ਹੁੰਦੇ ਹਾਂ। ਚਲੋ ਜੋ ਵੀ ਆਪਣੇ ਚੱਲਦਾ, ਹਾਰ ਹੂਰ ਪਾਉਣੇ, ਸਾਰਾ ਕੁਝ ਚੱਲਦਾ, ਸਿਸਟਮ ਚੱਲੀ ਜਾਂਦਾ। ਅਤੇ ਇਹ ਹਾਸੇ ਟੱਠੇ ਵਾਲੀਆਂ ਗੱਲਾਂ ਹੁੰਦੀਆਂ ਜਿਸ ਤਰ੍ਹਾਂ ਨੋਰਮਲੀ। ਮੈਂ ਕਹਿੰਦਾ ਪ੍ਰੀਤ ਕਨੇਡਾ ਤੋਂ ਮੇਰੇ ਵਾਸਤੇ ਕੀ ਲੈ ਕੇ ਆਇਆ? ਅਤੇ ਗਾੜੀਓ ਹੱਸਣ ਲੱਗ ਪੈਂਦਾ। ਮੈਂ ਨਹੀਂ ਯਾਰ ਦੱਸ ਕੀ ਲੈ ਕੇ ਆਇਆ। ਕਹਿੰਦਾ ਨਹੀਂ ਭਲਵਾਨ ਜੀ, ਛੇਤੀ ਇਹ ਪਤਾ ਹੀ ਨਹੀਂ ਲੱਗਾ। ਮੈਨੂੰ ਚਾਵੜਾ ਸੀ ਕਿ ਇੰਡੀਆ ਜਾਣਾ ਅਤੇ ਮੈਂ ਕੁਝ ਨਹੀਂ ਲੈ ਕੇ ਆਇਆ। ਮੈਂ ਚੱਲ ਕੋਈ ਗੱਲ, ਮੈਂ ਉਸਤਾਦ ਨੂੰ ਹੀ ਭੁੱਲ ਗਿਆ। ਕਹਿੰਦਾ ਨਹੀਂ ਉਸਤਾਦ ਜੀ, ਇਹੋ ਜਿਹੀ ਗੱਲ ਥੋੜ੍ਹੀ ਆ, ਅਤੇ ਇਹਨੇ ਜੱਫੀ ਪਾ ਲਈ ਮੈਨੂੰ, ਆਹ ਜੱਫੀ ਇਹ ਪਾ ਲਈ, ਮੈਂ ਤੈਨੂੰ ਭੁੱਲਿਆ ਥੋੜ੍ਹੀ ਤੈਨੂੰ। ਮੈਂ ਚਲੋ ਠੀਕ ਹੈ, ਕੋਈ ਗੱਲ ਨਹੀਂ, ਚਲੋ ਗੱਲਾਂ ਹੋ ਗਈਆਂ। ਚਲੋ ਫਿਰ 22 ਚੜ੍ਹ ਪੈਂਦਾ ਹੌਲੀ ਹੌਲੀ। ਇਹ 22 'ਚ ਪਤਾ ਨਹੀਂ ਪਹਿਲੀ ਵਾਰ ਜਾਂਦਾ ਵਾ, ਅਤੇ ਮੁੜ ਕੇ ਹੌਲੀ ਹੌਲੀ ਸਟੈਪ ਵਾਈਜ਼ ਤੁਰਿਆ ਜਾਂਦਾ। ਅਤੇ ਆਸੇ ਪਾਸੇ ਜਿਤਨਾ ਆਪਾਂ ਮਾਹੌਲ ਵੇਖਦੇ ਹਾਂ, ਪਲੇਅਰਾਂ ਨੂੰ ਸਨਮਾਨਿਤ ਹੁੰਦੇ ਆ। ਸਨਮਾਨਿਤ ਉਹਨਾਂ ਪਲੇਅਰਾਂ ਨੂੰ ਹੁੰਦੇ ਆ ਜਿਹੜੇ ਕੋਈ ਅਕੈਡਮੀ 'ਚ ਖੇਡਦੇ ਆ, ਵੀ ਕਿਹੜਾ ਕੋਈ 5 ਸਾਲਾਂ ਤੋਂ ਖੇਡਣ ਦਿਆ, ਕੋਈ 10 ਸਾਲਾਂ ਤੋਂ ਖੇਡਣ ਦਿਆ, ਉਹਨੂੰ ਲੋਕ ਪ੍ਰਮੋਟਰ ਉਹਦੇ ਸਪੋਰਟ ਕਰਦੇ ਆ ਅਤੇ ਉਹਨੂੰ ਸਨਮਾਨਿਤ ਕਰ ਦਿੰਦੇ ਆ। ਇਹਨੇ ਮੈਨੂੰ ਵੀ ਅਕਸਰ ਇਹ ਗੱਲਾਂ ਕਿਹਾ ਕਰਨੀਆਂ, ਮੇਰਾ ਵੀ ਸਨਮਾਨਿਤ ਕਰਾਓ ਇਹ ਇੱਦਾਂ ਉੱਦਾਂ। ਮੈਂ ਕਿਹਾ ਕਰਨਾ ਪ੍ਰੀਤ ਅਜੇ ਕੁਝ ਬਣ, ਮਿਹਨਤ ਲਾ, ਤਕੜਾ ਹੋ, ਸਨਮਾਨਿਤ ਤਾਂ ਤੇਰੇ ਮਗਰ ਫਿਰਨੇ ਆ, ਸਨਮਾਨਤਾਂ ਦੀਆਂ ਕਿਹੜੀਆਂ ਗੱਲਾਂ ਕਰਦਾ ਤੂੰ ਗੁਰੂਆ, ਤੇਰੇ ਤੋਂ ਸਾਂਭਿਆ ਨਹੀਂ ਜਾਣਾ। ਮੇਰਾ ਅਕਸਰ ਮੇਰੇ ਮੇਨ ਟਾਰਗੇਟ ਹੀ ਇਹ ਆ। ਮੈਂ ਕਹਿੰਦਾ ਨਾ, ਇੱਥੇ ਗੱਲ ਥੋੜ੍ਹੀ ਜਿਹੀ ਮੈਂ ਦੂਜੇ ਪੰਨੇ ਖੜੂੰਗਾ। ਮੈਂ ਕਹਿੰਦਾ ਨਾ ਵੀ ਬੰਦਾ ਪੈਸੇ ਮਗਰ ਨਾ ਭੱਜੇ, ਆਪਦਾ ਰੁਤਬਾ ਐਡਾ ਵੱਡਾ ਕਰ ਦਿਉ ਕਿ ਪੈਸੇ ਦੀ ਕੀ ਮਜਾਲ ਹੈ ਤੁਹਾਡੇ ਮਗਰ ਨਾ ਭੱਜੇ। ਰੁਤਬਾ ਤੁਹਾਡਾ ਇੱਦਾਂ ਦਾ ਚਾਹੀਦਾ ਕਿ ਪੈਸਾ ਖੁਦ ਤੁਹਾਡੇ ਤੋਂ, ਪੈਸੇ ਦੀ ਕੀ ਉਹ ਕਾਹਦੇ ਆ, ਬੰਦੇ ਦੇ ਕੋਲ ਨਾ ਪੈਸਾ ਚੱਲ ਗਿਆ, ਰੁਤਬਾ ਇੱਦਾਂ ਦਾ ਕਰ ਦਿਉ ਆਪਦਾ। ਮੈਂ ਇਹਦੇ ਨਾਲ ਇੱਦਾਂ ਹਾਸੇ ਟੱਠੇ ਵਾਲੀਆਂ ਗੱਲਾਂ ਕਰਨੀਆਂ। ਅਤੇ ਚਲੋ ਉਹ ਵੀ ਮੈਂ ਜੋ ਮੈਨੂੰ ਲੱਗਦਾ ਸੀ ਮੇਰਾ ਸੁਭਾਅ ਇੱਦਾਂ ਦਾ ਸੀ, ਮੈਂ ਇੱਦਾਂ ਦੀਆਂ ਗੱਲਾਂ ਇਹਨਾਂ ਨਾਲ ਅਕਸਰ ਹੀ ਕਰਦਾ ਸੀ। ਅਤੇ ਬਾਕੀ ਮੈਂ ਕੋਈ ਨਹੀਂ ਪ੍ਰੀਤ, ਆਪਾਂ ਕਰਾਂਗੇ ਜਿੰਨੇ ਜੋਗੇ ਹੋਏ, ਤੇਰੇ ਨਾਲ ਆ, ਤੇਰਾ ਸਾਥ ਦੇਵਾਂਗੇ। ਚਲੋ ਗੱਲ ਇੱਦਾਂ ਚੱਲਦੀ ਰਹੀ ਅਤੇ ਮੈਂ ਮੰਨੂ ਨਾਲ ਗੱਲ ਕੀਤੀ। ਮੈਂ ਕਿਹਾ ਮੰਨੂ ਮੁੰਡਾ 5 ਵਰ ਦਾ, ਉਹਦੇ ਨਾਲ ਮੈਂ ਗੱਲ ਕੀਤੀ। ਮੈਂ ਮੰਨੂ ਇਹ ਕਹਿੰਦਾ ਅਤੇ ਆਪਾਂ ਕਰ ਦਈਏ ਫਿਰ, ਕਿਹੜੀ ਗੱਲ ਆ? ਚਲੋ ਆਪਣੇ ਯਾਰ ਦੋਸਤ ਹੈਗੇ ਆ, ਕਿਸੇ ਨੂੰ ਕਹਾਂਗੇ ਲੱਖ 2-2 ਲੱਖ ਦੇ ਦਾਂਗੇ, ਅਤੇ ਚਲੋ ਆਪਾਂ 7-8 ਲੱਖ ਰੁਪਏ ਨੂੰ ਇਕੱਠਾ ਕਰ ਦਿੰਦੇ ਹਾਂ। ਮੈਂ ਤਾਂ ਇਕੱਲਾ ਪੈਸੇ ਦੇਣ 'ਚ ਰਾਜ਼ੀ ਸੀ। ਜਿਹੜੀ ਰਕਮ ਹੁੰਦੀ ਆ ਉਹ ਬੰਦੇ ਦੇ ਕੰਮ ਆ ਜਾਂਦੀ ਆ ਕਿਤੇ ਨਾ ਕਿਤੇ, ਵੀ ਕੰਮ ਆ ਜਾਣਗੇ ਪੈਸੇ ਇਹਦੇ 4। ਮੈਂ ਕਿਹਾ ਪੁੱਤ ਪੈਸੇ ਲੈ ਲਾ ਹੈ ਨਾ। ਕਹਿੰਦਾ ਨਹੀਂ ਭਲਵਾਨ ਜੀ, ਇਹ ਮੈਂ ਨਾ ਟਰੈਕਟਰ ਲੈਣਾ, ਮੈਨੂੰ ਟਰੈਕਟਰ ਦੇ ਦਿਓ, ਮੈਂ ਟਰੈਕਟਰ ਲੈਣਾ, ਅਤੇ ਮੇਰੇ ਨਾ ਫਾਦਰ ਸਾਹਿਬ ਦੀ ਖੁਆਇਸ਼ ਸੀ ਮੈਨੂੰ ਟਰੈਕਟਰ ਚਾਹੀਦਾ। ਮੈਂ ਚਲੋ ਬਾਪੂ ਤੇਰੇ ਨਾਲ ਤਾਂ ਮੇਰਾ ਬੜਾ ਪ੍ਰੇਮ ਸੀ, ਜਦੋਂ ਜਾਈਦਾ ਸੀ ਅਤੇ ਜੱਫੀ ਪਾ ਕੇ ਮਿਲਦਾ ਸੀ, ਅਤੇ ਚਲੋ ਮੈਂ ਮੇਰਾ ਵੀ ਬੜਾ ਪ੍ਰੇਮ ਆ ਬਾਪੂ ਦੇ ਨਾਲ, ਕੋਈ ਗੱਲ ਨਹੀਂ ਆਪਾਂ ਟਰੈਕਟਰ ਦੇ ਦਾਂਗੇ। ਮੈਂ ਕਿਹੜਾ ਲੈਣਾ? ਕਹਿੰਦਾ ਮੈਂ 4x4 ਟਰੈਕਟਰ ਲੈਣਾ। ਅਤੇ ਮੈਂ ਕੋਈ ਗੱਲ ਨਹੀਂ, ਆਪਾਂ ਟਰੈਕਟਰ ਦਾ ਕਰ ਲਾਂਗੇ ਅਰੇਂਜਮੈਂਟ, ਕੋਈ ਗੱਲ ਨਹੀਂ।
ਮੈਂ ਮੰਨੂ ਨੂੰ ਕਿਹਾ, ਮੰਨੂ ਕਹਿੰਦਾ ਕੋਈ ਨਹੀਂ ਲੱਖ ਖੰਡ ਮੈਂ ਕਰ ਦੂੰਗਾ, ਬਾਕੀ ਤੂੰ ਕਰ ਲਈ। ਮੈਂ ਚੱਲ ਕੋਈ ਨਹੀਂ ਪ੍ਰੀਤ, ਤੈਨੂੰ 3-4 ਲੱਖ ਰੁਪਇਆ ਮੈਂ ਦੇ ਦਾਂਗੇ ਕਰਕੇ ਇਕੱਠਾ। ਕਹਿੰਦਾ ਠੀਕ ਹੈ। ਉਹ ਗੱਲ ਹੋ ਗਈ ਇੱਦਾਂ ਕਿ ਚਲੋ ਟਾਈਮ ਨੇੜੇ ਆਉਂਦਾ ਗਿਆ, ਪੈਸਿਆਂ ਪੂਹਿਆਂ ਦਾ ਆਪਣੇ ਚਲੋ ਪੈਸੇ ਪੂਹੇ ਇਕੱਠੇ ਕਰਦੇ ਰਹੇ। ਮੇਰੇ ਨਾ ਸੱਜਣਿਆਂ ਮੁੰਡੇ ਆਸਟ੍ਰੇਲੀਆ, ਡਿੰਪੀ ਹੋਣੀ, ਬਿੱਲੇ ਹੋਣੀ, ਬਿੱਲਾ ਰਣੀਆਂ, ਮੋਗੇ ਲਾਗੇ ਉਹਨਾਂ ਦਾ ਪਿੰਡ ਆ ਰਣੀਆਂ, ਅਤੇ ਪੂਰੀ ਰਿਚ ਫੈਮਲੀ ਆ, ਰਾਣਾ ਵਾ ਮੁੰਡਾ ਆਪਣਾ, ਅਤੇ ਪੂਰੀ ਰਿਚ ਫੈਮਲੀ ਆ। ਬੜਾ ਉਹਨਾਂ ਨੇ, ਮੈਂ ਉਹਨਾਂ ਤੋਂ ਗਿਆ ਆਸਟ੍ਰੇਲੀਆ, ਬੜਾ ਉਹਨਾਂ ਨੇ ਮੇਰਾ ਪਿਆਰ ਸਤਿਕਾਰ ਦਿੱਤਾ ਮੈਨੂੰ। ਇੱਕ ਰਾਂ ਪਤਾ ਨਹੀਂ ਮੈਂ 21 'ਚ ਗਿਆ ਸੀ, ਬੜਾ ਮੈਨੂੰ ਉਹਨਾਂ ਪਿਆਰ ਦਿੱਤਾ, ਆਪਦੇ ਘਰੇ ਰੱਖਿਆ, ਨਹੀਂ ਤਾਂ ਘਰੇ ਕੋਈ ਆਪਦੇ ਬੈੱਡਰੂਮ ਨਹੀਂ ਦਿੰਦਾ। ਅਤੇ ਬੜਾ ਉਹਨਾਂ ਨੇ ਮੈਨੂੰ ਪੂਰੀ ਡੀਲ ਵਧੀਆ ਭਰਾਵਾਂ ਵਾਂਗੂ ਬਿੱਲੇ ਭਰਾ ਨੇ ਮੈਨੂੰ ਆਪਦੇ ਘਰੇ ਰੱਖਿਆ। ਉੱਥੇ ਮੇਰਾ ਬੜਾ ਉਹਦੇ ਨਾਲ ਪ੍ਰੇਮ ਬਣ ਗਿਆ। ਚਲੋ ਵਧੀਆ ਬੰਦੇ ਨੇ, ਉਹਨੇ ਵੀ ਉਹਨੂੰ ਵੀ ਮੈਂ ਚੰਗਾ ਲੱਗਾ, ਮੇਰਾ ਸੁਭਾਅ ਉਹਨੂੰ ਚੰਗਾ ਲੱਗਾ, ਪੂਰਾ ਵਧੀਆ ਸੀ। ਮੈਂ ਹਫ਼ਤਾ ਇੱਕ ਉੱਥੇ ਰਿਹਾ ਅਤੇ ਮੈਂ ਹਫ਼ਤੇ ਬਾਅਦ ਵਾਪਸ ਆ ਗਿਆ। ਚਲੋ ਮੇਰਾ ਉਹਦੇ ਨਾਲ ਪ੍ਰੇਮ ਪਿਆਰ ਪੈ ਗਿਆ। ਉਸ ਤੋਂ ਬਾਅਦ 'ਚ ਗੱਲ ਸ਼ੁਰੂ ਹੋ ਜਾਂਦੀ ਹੈ ਟਾਈਟਰ ਵਾਲੀ, ਅਤੇ ਇਹ ਮੈਨੂੰ ਕਹਿੰਦਾ ਕਿ ਚਲੋ ਕਰੋ ਫਿਰ ਟਾਈਟਰ ਦੇ ਦਿਓ ਮੈਨੂੰ, ਮੈਂ ਕੋਈ ਗੱਲ ਨਹੀਂ ਦੇ ਦਾਂਗਾ। ਇੱਦਾਂ ਹੀ ਨਾ ਮੈਂ ਇੱਕ ਦਿਨ ਕਹਿੰਦਾ ਵੀ ਚਲੋ ਲੌਸ ਕਰ ਦਿੰਦੇ ਹਾਂ ਟਾਈਟਰ। ਮਨਜੀਤ ਨਵੇਂ ਪਿੰਡ ਦੇ ਮੈਚ ਹੁੰਦਾ ਪਿੰਡ, ਅਤੇ ਇੱਕ ਸਾਡੇ ਤੋਂ ਇੱਥੇ ਨਿੱਕੀ ਪੱਧਰੀ ਮੈਚ ਹੁੰਦਾ, ਨਿੱਕੀ ਪੱਧਰੀ ਮੈਚ ਹੁੰਦਾ, ਅਤੇ ਪ੍ਰੀਤ ਹੁਣੀ ਇੱਥੇ 4 ਕਲੱਬਾਂ ਦੇ ਮੈਚ ਖੇਡਦੇ ਹੁੰਦੇ, ਅਤੇ ਪ੍ਰੀਤ ਹੁਣਾਂ ਦਾ ਮੈਚ ਪਤਾ ਨਹੀਂ ਕਿਹਦੇ ਨਾਲ ਆਉਂਦਾ, ਅਤੇ ਪ੍ਰੀਤ ਹੁਣੀ ਹਰ ਜਾਂਦੇ ਆ ਕਿਸੇ ਤੋਂ ਮੈਚ, ਅਤੇ ਮੈਂ ਕਿਹਾ ਪ੍ਰੀਤ ਤੈਨੂੰ ਸਰਪ੍ਰਾਈਜ਼ ਦੇਣਾ ਇੱਕ। ਕਹਿੰਦਾ ਕੀ? ਮੈਂ ਕਿਹਾ ਗੱਡੀ ਫੜ ਛੇਤੀ ਛੇਤੀ ਇੱਥੇ ਆ ਜਾ। ਇਹਨੇ ਗੱਡੀ ਫੜੀ, ਮੇਰੇ ਕੋਲ ਆ ਗਿਆ। ਮੈਂ ਕਿਹਾ ਦੱਸ ਕੀ ਚਾਹੀਦਾ ਅੱਜ? ਕਹਿੰਦਾ ਕੀ? ਮੈਂ ਟਰੈਕਟਰ ਦੇ ਦਈਏ। ਇਹਨੇ ਜੱਫੀ ਪਾਲੇ ਮੈਨੂੰ ਭੱਜ, ਕਹਿੰਦਾ ਠੀਕ ਹੈ ਭਲਵਾਨਾ ਦੇ ਦਿਓ। ਬੜਾ ਖੁਸ਼ ਹੋਇਆ, ਮੈਂ ਵੀ ਚਲੋ ਇਹਦੀ ਖੁਸ਼ੀ ਵੇਖੀ, ਮੈਂ ਵੀ ਖੁਸ਼ ਹੋਇਆ ਕਿ ਕਿੰਨਾ ਮੁੰਡਾ ਖੁਸ਼ ਹੋਇਆ, ਚਲੋ ਵਧੀਆ ਲੱਗਾ ਮੈਨੂੰ। ਅਸੀਂ ਸਾਰਿਆਂ ਨੇ ਲੌਸ ਕੀਤਾ, ਟਰੈਕਟਰ ਦਾ ਕਰ ਲਿਆ, ਇੱਥੋਂ ਤੱਕ ਕਿ ਮੈਨੂੰ ਪਤਾ ਨਹੀਂ ਟਰੈਕਟਰ ਦੇਣਾ ਕਿੰਨੇ ਆ, ਕਿੱਦਾਂ ਸੈੱਟ ਹੋਣਾ ਸਾਰਾ ਕੰਮ। ਇੱਥੋਂ ਤੱਕ ਮੈਂ ਅਜੇ ਡਿੰਪੀ ਉਹਨਾਂ ਨੂੰ ਪੁੱਛਿਆ ਨਹੀਂ, ਬਿੱਲੇ ਰਣੀਏ ਇਹਨਾਂ ਨੂੰ, ਪਰ ਮੈਂ ਕਹਿ ਦਿੱਤਾ। ਬਾਕੀ ਮੈਂ ਉਹਨਾਂ ਨੂੰ ਫੋਨ ਲਾਇਆ, ਮੈਂ ਕਿਹਾ ਵੀ ਇੱਦਾਂ ਮੈਂ ਟਰੈਕਟਰ ਦੇਣਾ ਪ੍ਰੀਤ ਨੂੰ, ਉਹ ਵੀ ਭਰਾ ਗਾੜੀ, ਕਹਿੰਦੇ ਕੋਈ ਗੱਲ ਨਹੀਂ ਜਿੱਦਾਂ ਤੂੰ ਕਹੇਂਗਾ ਗੋਪੀ ਆਪਾਂ ਕਰ ਲਾਂਗੇ। ਮੈਂ ਚਲੋ ਠੀਕ, ਮੈਂ ਕਹਿਤੇ ਅਤੇ ਉੱਥੇ ਅਸੀਂ ਬੁਲਾਤਾ ਡਿੰਪੀ ਸੰਧੂ ਨਾਲੋਂ, ਅਤੇ ਰਾਣੇ ਵੀਰ ਵੱਲੋਂ, ਬਿੱਲੇ ਰਣੀਏ ਵੱਲੋਂ, ਪ੍ਰੀਤ ਦਾ ਟਰੈਕਟਰ ਦੇ ਨਾਲ ਸਨਮਾਨ। ਬੜੀ ਖੁਸ਼ੀ ਹੋਈ, ਸਾਰਾ ਕੁਝ ਹੋ ਗਿਆ, ਅਰੇਂਜਮੈਂਟ ਹੋ ਗਿਆ। ਚਲੋ ਮੈਂ, ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਇਹਨੂੰ ਕਿਹਾ ਕਿ ਵੀ ਆਪਾਂ ਹੌਲੀ ਹੌਲੀ ਪੈਸੇ ਇਕੱਠੇ ਕਰ ਲਾਂਗੇ, ਟੀਮ ਟੂਮ ਦੇ ਵਿੱਚੋਂ ਵੀ ਆਪਾਂ ਸੈਟਿੰਗ ਸ਼ੂਟਿੰਗ ਕਰ ਲਾਂਗੇ। ਟਾਈਟਰ ਥੋੜ੍ਹਾ ਜਿਹਾ ਮੇਰਾ ਇਰਾਦਾ ਸੀ ਕਿ ਲੇਟ ਦੇਵਾਂ, ਜਿਸ ਤਰ੍ਹਾਂ ਆਪਣੇ ਕੱਪ 'ਤੇ ਦਈਏ ਫਰੰਦੀਪੁਰ ਵਾਲੇ 'ਤੇ। ਇਹ ਕਹਿੰਦਾ ਨਹੀਂ ਭਲਵਾਨ ਜੀ, ਮੈਂ ਨਾ ਕਰਿਆਲੇ ਮੇਰੀ ਅਕੈਡਮੀ ਆ, ਮੈਂ ਉਹਦੇ 'ਚ ਖੇਡਦਾ ਰਿਹਾ ਵਾਂ, ਮੈਂ ਉੱਥੇ ਮੈਂ ਛੋਟਾ ਹੁੰਦਾ ਮਿਹਨਤ ਕਰਦਾ ਰਿਹਾ, ਮੈਂ ਉੱਥੇ ਲੈਣਾ। ਮੈਂ ਚਲੋ ਕੋਈ ਗੱਲ ਨਹੀਂ, ਮਹਾਂਪੁਰਸ਼ਾਂ ਦੀ ਅਕੈਡਮੀ ਆ, ਕੋਈ ਚੱਕਰ ਨਹੀਂ, ਤੂੰ ਉੱਥੇ ਲੈ ਲਾ। ਆਪਣੇ ਜੇ ਦਿਲ 'ਚ ਇਹੋ ਜਿਹੀ ਗੱਲ ਹੋਵੇ ਮਹਾਂਪੁਰਸ਼ਾਂ ਬਾਰੇ ਅਤੇ ਆਪਾਂ ਇਹਦੇ ਨਾਲ ਲੜਦੇ, ਨਹੀਂ ਤੇਰਾ ਉੱਥੇ ਟਰੈਕਟਰ ਨਹੀਂ ਦੇਣ ਦੇਣਾ, ਮੈਂ ਤਾਂ ਤੈਨੂੰ ਜੇ ਟਰੈਕਟਰ ਦੇਣਾ ਵਾਂ ਤਾਂ ਤੈਨੂੰ ਮੈਂ ਫਰੰਦੀਪੁਰ ਵਾਲੇ ਕੱਪ 'ਤੇ ਹੀ ਦੇਣਾ, ਜੇ ਮੇਰੇ ਦਿਲ 'ਚ ਕੋਈ ਵੀ ਮੈਲ ਹੋਵੇ। ਮੈਂ ਕਿਹਾ ਨਹੀਂ, ਕੋਈ ਪੁੱਤ ਜਿੱਦਾਂ ਤੂੰ ਕਹਿੰਦਾ ਆਪਾਂ ਚਲੋ ਉੱਦਾਂ ਹੀ ਦੇ ਦਿੰਦੇ, ਜੇ ਤੂੰ ਕਰਿਆਲੇ ਕਹਿੰਦਾ ਕਰਿਆਲੇ ਆਪਾਂ ਟਰੈਕਟਰ ਦੇ ਦਾਂਗੇ, ਕੋਈ ਗੱਲ। ਚਲੋ ਠੀਕ ਹੈ, ਗੱਲ ਹੋ ਗਈ ਕਰਿਆਲੇ ਦੀ। ਉਹ ਵੀ ਟਾਈਮ ਆ ਗਿਆ ਟਰੈਕਟਰ ਵਾਲਾ ਵੀ, ਮੈਂ ਪੈਸਿਆਂ ਦਾ ਵੀ ਅਰੇਂਜਮੈਂਟ ਕਰ ਲਿਆ। ਇਹ ਕਹਿੰਦੇ ਵੀ ਆਪਾਂ ਮਾਰਚ ਮਹੀਨਾ ਆ ਗਿਆ, ਕਹਿੰਦੇ 2 ਕੁ ਦਿਨ ਪਹਿਲਾਂ ਟਰੈਕਟਰ ਲੈ ਆਵਾਂ। ਮੈਂ ਚਲੋ ਕੋਈ ਗੱਲ ਨਹੀਂ, ਲੈ ਆਵਾਂ। ਅਸੀਂ ਟਰੈਕਟਰ ਲੈਣ ਚੱਲ ਗਏ, ਇਹ ਪਹਿਲਾਂ ਚੱਲ ਗਏ ਆ, ਜਿੱਥੇ ਵੀਰ ਮੇਰਾ ਕਹਿੰਦਾ ਕਿ ਅਸੀਂ 2-3 ਘੰਟੇ ਉਡੀਕਦੇ ਰਹੇ ਹਾਂ। ਨਹੀਂ ਉਡੀਕਿਆ ਕਿੱਥੇ ਆ ਮੈਨੂੰ, ਇਹ ਸਿੱਧੇ ਚੱਲ ਗਿਆ ਅਤੇ ਘਰੋਂ ਮੈਨੂੰ ਜਾਂਡੀਆ ਪਾਉਣ ਆ ਗਿਆ, ਅਤੇ ਜਾਂਡੀਏ ਨਾਲ ਬਹਿ ਕੇ ਮੈਂ ਉੱਥੇ ਚੱਲ ਗਿਆ। ਘਰੋਂ ਮੈਂ ਪੈਸੇ ਫੜੇ ਆ ਅਤੇ ਮੈਂ ਉੱਥੇ ਚੱਲ ਗਿਆ, ਚੱਲ ਗਏ ਹਾਂ। ਅਤੇ ਇਹਨਾਂ ਦਾ ਪ੍ਰਾਹੁਣਾ ਵੀ ਉੱਥੇ ਜਾਂਦਿਆਂ ਨੂੰ ਆਇਆ ਵਾ, ਅਤੇ ਹੋਰ ਵੀ ਜਿਹੜੇ ਸਾਕ ਸੰਬੰਧੀ ਆ ਇਹਨਾਂ ਦੇ ਆਏ ਆ, ਯਾਰ ਦੋਸਤ। ਜਦੋਂ ਆਏ ਆ ਅਤੇ ਕਹਿੰਦੇ ਆ ਕਿ
ਲਿਆਓ ਪੈਸੇ ਭਲਵਾਨ ਜੀ ਦਿਓ ਇਹ। ਮੈਂ ਜਦੋਂ ਲੱਖ ਰੁਪਈਆ ਕੱਢ ਕੇ ਦਿੱਤਾ ਤੇ ਇਹਦੇ ਪ੍ਰਾਹੁਣੇ ਇਹਨਾਂ ਦੇ ਰੰਗ ਉੱਡ ਗਏ। ਇੱਕ ਫੇਸ ਹੁੰਦਾ ਨਾ ਜਿਹੜਾ, ਇੱਕ ਫੇਸ ਦਾ ਪਤਾ ਲੱਗ ਜਾਂਦਾ ਜਿਹੜਾ ਬੰਦਾ ਫਿਰਿਆ ਤੁਰਿਆ ਹੋਵੇ, ਵੀ ਇਹਦਾ ਰੰਗ ਥੋੜ੍ਹਾ ਜਿਹਾ ਨਾ ਫਿੱਕਾ ਜਿਹਾ ਪੈ ਗਿਆ, ਇਹਨਾਂ ਦੇ ਪ੍ਰਾਹੁਣੇ ਦਾ ਥੋੜ੍ਹਾ ਜਿਹਾ ਰੰਗ ਨਾ ਫਿੱਕਾ ਜਿਹਾ ਪੈ ਗਿਆ, ਕਿ ਯਾਰ ਲੱਖ ਰੁਪਈਆ ਹੀ ਦੇਣ ਲੱਗਾ। ਉੱਥੇ ਕਿਤੇ ਨਾ ਕਿਤੇ ਨਾ ਮੈਨੂੰ ਅਹਿਸਾਸ ਹੋਇਆ ਕਿ ਸਾਰੀ ਦੁਨੀਆ ਪੈਸੇ ਦੀ ਆ, ਪੈਸਾ ਹੀ ਆ ਸਾਰਾ ਕੁਛ। ਅਤੇ ਬਾਕੀ ਮੈਂ ਚਲੋ ਲੱਖ ਰੁਪਈਆ ਦਿੱਤਾ, ਅਤੇ ਬਾਕੀ ਮੈਂ ਜਿਹੜੇ ਦੂਜੇ ਪੈਸੇ ਉਹਨਾਂ ਦਾ ਵੀ ਅਰੇਂਜਮੈਂਟ ਕਰਦਾ ਸੀ। ਅਤੇ ਬਾਕੀ ਮੈਂ ਐਬਸ ਬੋਰਡ ਵਾਲਿਆਂ ਨੂੰ ਕਿਹਾ ਕਿ ਦੂਜਾ ਮੇਰਾ ਲੱਖ ਰੁਪਈਆ ਦਿਓ। ਉਹ ਕਹਿੰਦੇ ਭਲਵਾਨ ਜੀ, ਮੇਰੀ ਰਾਜੇ ਸੰਘੇ ਨਾਲ ਅਤੇ ਬੱਬਲ ਸੰਗਰੂਰ ਨਾਲ ਗੱਲ ਹੋਈ, ਉਹ ਕਹਿੰਦੇ ਭਲਵਾਨ ਜੀ ਜਿੱਦਣ ਕਹੋਗੇ, ਜਿੱਦਣ ਟਰੈਕਟਰ ਦਿਓਗੇ, ਲੱਖ ਰੁਪਈਆ ਤੁਹਾਡੇ ਤੋਂ ਮੇਲੇ 'ਚ ਹੀ ਪਹੁੰਚ ਜੂਗਾ, ਟੈਨਸ਼ਨ ਨਾ ਲਿਓ। ਮੈਂ ਠੀਕ ਹੈ, ਅਤੇ ਮੇਰਾ ਸੁਭਾਅ ਇੱਦਾਂ ਦਾ, ਮੈਂ ਦੂਜਾ ਕਦੇ ਫੋਨ ਨਹੀਂ ਕੀਤਾ ਕਿਸੇ ਨੂੰ, ਮੇਰਾ ਇੱਦਾਂ ਦਾ ਸੁਭਾਅ। ਕਹਿੰਦੇ ਠੀਕ। ਉਸ ਤੋਂ ਬਾਅਦ 'ਚ ਲੱਖ ਰੁਪਈਆ ਮੇਰੇ ਕੋਲ ਹੀ, ਮੁੰਡਾ ਵਾ ਭਿੰਦਾ ਅਤੇ ਇਹਦੇ ਪਿੰਡ ਦਾ ਮੁੰਡਾ, ਅਤੇ ਯੂ ਐੱਸ ਏ ਆ ਮੇਰਾ, ਉਹਦੇ ਨਾਲ ਪਿਆਰ ਆ 2008 ਦਾ। ਉਦੋਂ 5 ਵੜ ਉਹ ਠੇਕੇ 'ਤੇ ਪੈਲੀ ਲੈਂਦਾ ਹੁੰਦਾ ਸੀ, ਅਤੇ ਉਦੋਂ ਦਾ ਲੰਘਦੇ ਵੜਦੇ, ਉਦੋਂ ਸਾਡੀ ਵੀ ਜੰਗ ਏਜ ਹੁੰਦੀ ਸੀ, ਇੱਕ ਦੂਜੇ ਨਾਲ ਮਖੌਲ ਹਾਸੇ ਖੇਡੇ ਕਰਦੇ, ਅਤੇ ਉਦੋਂ ਦਾ ਯਾਰ ਹੀ ਮੇਰਾ। ਉਸ ਤੋਂ ਬਾਅਦ 'ਚ ਉਹਨੇ ਪਿੱਛੇ ਜੇ 2 ਸਾਲ ਹੋ ਗਏ ਮੈਨੂੰ ਫੋਨ ਕੀਤਾ, ਕਹਿੰਦਾ ਭਲਵਾਨਾ ਮੈਂ ਅਮੈਰੀਕਾ ਆ ਗਿਆ, ਅਤੇ ਕਹਿੰਦਾ ਬੜੀ ਵਾਹਿਗੁਰੂ ਨੇ ਸੁਣੀ ਆ ਕਿ ਮੈਂ ਬੜਾ ਸੈੱਟ ਹਾਂ ਹੁਣ। ਅਤੇ ਮੈਂ ਚਲੋ ਮਹਾਰਾਜ ਕਿਰਪਾ ਰੱਖੇ ਸਾਰੇ ਭਰਾਵਾਂ 'ਤੇ, ਅਤੇ ਕਹਿੰਦਾ ਸੈੱਟ ਹਾਂ। ਮੈਂ ਚਲੋ ਠੀਕ ਆ। ਉਹਨੂੰ ਵੀ ਮੈਂ ਕਿਹਾ ਲੱਖ ਰੁਪਈਆ, ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ, ਇਹ ਜਿੰਨੇ ਦੀ ਲੋੜ ਹੋਈ ਦੱਸੀ ਕਿਤੇ, ਕੋਈ ਗੱਲ ਨਹੀਂ। ਮੈਂ ਤਾਂ ਭਿੰਦਾ ਹੀ। ਚਲੋ ਆਪਾਂ ਪੈਸਿਆਂ ਦੀ ਗੱਲ ਕਰਦੇ ਹਾਂ ਕਿ ਆਪਾਂ ਪੈਸੇ ਕਿੱਦਾਂ ਇਕੱਠੇ ਕੀਤੇ ਆ ਸਾਰੇ। ਮੈਂ ਬਿੱਲੇ ਰਾਣੀਆਂ ਨੂੰ ਫੋਨ ਕੀਤਾ, ਵੀਰ ਨੂੰ, ਜਦੋਂ ਟਰੈਕਟਰ ਬੁਲਾਤਾ, ਉਹਨਾਂ ਦਾ ਨਾਂ ਬੁਲਾਤਾ, ਅਤੇ ਚਲੋ ਉਹਨਾਂ ਤੋਂ ਪੈਸੇ ਲੈਣੇ ਸੀ ਆਪਾਂ ਆਸਟ੍ਰੇਲੀਆ ਵਾਲਿਆਂ ਤੋਂ, ਅਤੇ ਉਹ ਮੈਨੂੰ ਕਹਿੰਦੇ ਕਿ ਘਰੋਂ ਜਾ ਕੇ ਨਾ ਪੈਸੇ ਲੈ ਆਏ। ਮੈਂ ਵੀਰ ਜੀ ਲੱਖ ਰੁਪਈਆ ਚਾਹੀਦਾ ਵਾ, ਲੱਖ ਰੁਪਈਆ ਦੇ ਦਿਓ। ਉਹਨਾਂ ਗਾੜੀਓ ਉਹਨਾਂ ਦੀ ਵੀ ਪਿੱਠ ਸੁਣਦੀ, ਉਹਨਾਂ ਕਿਹਾ ਲੱਖ ਹੀ। ਮੈਂ ਹਾਂਜੀ ਵੀਰ ਜੀ ਲੱਖ ਹੀ ਚਾਹੀਦਾ। ਅਤੇ ਉਹਨਾਂ ਨੂੰ ਕਿਤੇ ਲੱਗਦਾ ਕਿ ਭਗਵਾਨ ਚਲੋ ਵੱਧ ਮੰਗੂਗਾ, ਮੈਂ ਨਹੀਂ ਲੱਖ ਚਾਹੀਦਾ ਵੀਰ ਜੀ। ਕਹਿੰਦੇ ਚਲੋ ਠੀਕ ਆ, ਲੱਖ ਰੁਪਈਆ। ਅਤੇ ਮੈਂ ਜਾ ਕੇ ਮੋਗੇ ਲਾਗੇ ਪਿੰਡ ਆ ਰਣੀਆਂ, ਅਤੇ ਮੈਂ ਅਤੇ ਮੀਤਪੁਰੀਆ ਜਾ ਕੇ ਉੱਥੇ ਗਏ, ਅਤੇ ਉੱਥੇ ਸਾਨੂੰ ਵੀਰ ਮਿਲਿਆ, ਅਤੇ ਉਹਨੇ ਸਾਨੂੰ 1.5 ਲੱਖ ਰੁਪਈਆ ਫੜਾਇਆ। ਬਿੱਲੇ ਵੀਰ ਨੇ ਕਿਹਾ ਵੀ ਘਰੇ ਜਾ ਕੇ ਲੈ ਆਇਓ ਪੈਸੇ, ਅਤੇ ਅਸੀਂ ਤਾਂ ਕਿਹਾ 1 ਲੱਖ ਰੁਪਈਆ ਹੋਊਗਾ। ਜਦੋਂ ਅਸੀਂ ਵੇਖਿਆ ਉਹਨੇ ਸਾਨੂੰ ਗਾੜੀਓਂ 1.5 ਲੱਖ ਰੁਪਈਆ ਫੜਾਇਆ। ਚਾਹ ਚੂਹ ਪੀਤੀ ਅਸੀਂ ਬੈਠੇ, ਉਹਨਾਂ ਤੁਰਨ ਲੱਗਾ 1.5 ਲੱਖ। ਮੈਂ ਨਹੀਂ ਵੀਰ ਜੀ 1 ਲੱਖ ਰੁਪਈਏ ਦੀ ਗੱਲ ਹੋਈ ਹੈ। ਕਹਿੰਦੇ ਨਹੀਂ ਵੀਰ ਨੇ ਤਾਂ ਕਿਹਾ 1.5 ਦੇ ਦਿਓ। ਮੈਂ ਨਹੀਂ 1 ਲੱਖ ਚਾਹੀਦਾ। ਕਹਿੰਦੇ ਫਿਰ ਵੀਰ ਨਾ ਕਰੋ ਗੱਲ। ਮੈਂ ਬਿੱਲੇ ਵੀਰ ਨੂੰ ਫੋਨ ਲਾਇਆ, ਮੈਂ ਵੀਰ ਜੀ 1 ਲੱਖ ਰੁਪਈਆ ਚਾਹੀਦਾ। ਕਹਿੰਦਾ ਨਹੀਂ ਗੋਪੀ 1.5 ਹੀ ਲੈ ਜਾ ਇਹ। ਮੈਂ ਨਹੀਂ ਵੀਰ ਜੀ 1 ਲੱਖ ਹੀ ਚਾਹੀਦਾ। ਕਹਿੰਦਾ ਤੂੰ 1.5 ਲੈ ਜਾ, 50 ਆਪਦੇ ਕੋਲ ਰੱਖ ਲਈ, ਬਾਅਦ 'ਚ ਆਪਾਂ 3 ਤੋਂ ਲੈ ਲਾਂਗੇ, ਤੂੰ ਕਰ ਲਈ ਵਰਤ ਲਈ ਜਿੱਦਾਂ ਮਰਜ਼ੀ ਕਰ ਲਈ, ਕੋਈ ਗੱਲ ਨਹੀਂ। ਕਹਿੰਦਾ ਮੈਂ ਚਲੋ ਠੀਕ ਹੈ ਵੀਰ ਜੀ। ਉਹ 1.5 ਲੱਖ ਰੁਪਈਆ ਮੈਂ ਲੈ ਕੇ ਮੈਂ ਰੱਖ ਲਿਆ, ਅਤੇ ਅਜੇ ਟਰੈਕਟਰ ਦੇਣ 'ਚ ਟਾਈਮ ਰਹਿੰਦਾ ਸੀ ਮੇਰੇ ਹਿਸਾਬ ਨਾਲ, ਮਹੀਨਾ ਕੁ ਪਹਿਲਾਂ ਕਿਤੇ ਪੈਸੇ ਲੈਣ 'ਤੇ ਹੋਣਗੇ। ਮੈਂ ਹੁਣ ਮੈਨੂੰ ਡਿੰਪੀ ਸੰਧੂ ਦਾ ਫੋਨ ਆਉਂਦਾ ਵਾ ਆਸਟ੍ਰੇਲੀਆ ਤੋਂ ਕਿ ਉਹਨੂੰ ਦੂਜੇ ਨੂੰ ਖਿਡਾਉਣਾ ਵਾ ਗੁਰਦਾਸ ਨੂੰ, ਆਪਾਂ ਗੁਰਦਾਸ ਕਿੱਦਾਂ, ਮੈਂ ਬਹੁਤ ਵਧੀਆ ਪਲੇਅਰ ਹਾਂ। ਕਹਿੰਦੇ ਉਹਨੂੰ ਖਿਡਾਈਏ, ਮੈਂ ਖਿਡਾਓ ਵੀਰ ਜੀ ਬਹੁਤ ਵਧੀਆ ਪਲੇਅਰ ਹੈ, ਅਤੇ ਚਲੋ ਕਹਿੰਦੇ ਵੀ ਆਪਾਂ ਮੈਚ ਖਿਡਾਉਣਾ ਉਹਨੂੰ। ਮੈਂ ਠੀਕ ਹੈ। ਕਹਿੰਦੇ ਫਿਰ ਮੈਨੂੰ ਫੋਨ ਆਉਂਦਾ ਵਾ ਰਾਣੇ ਵੀਰ ਦਾ, ਰਣੀਏ ਦਾ, ਕਿ ਭਲਵਾਨ ਜੀ ਇਹਨੂੰ ਪੈਸੇ ਦੇਣੇ ਆ 50,000 ਰੁਪਈਆ, ਮੈਂ ਪਾਉਂਦਾ ਜੇ ਤੁਸੀਂ ਦੇ ਦਿਓ ਉਹਨੂੰ। ਮੈਂ ਨਹੀਂ ਵੀਰ ਜੀ, ਤੁਹਾਡੇ ਪੈਸੇ ਮੇਰੇ ਕੋਲ ਪਏ ਆ 50,000 ਰੁਪਈਆ, ਮੈਂ ਉਹ ਦੇ ਦਿੰਦਾ। ਅਤੇ ਕਹਿੰਦਾ ਨਹੀਂ ਇਹ ਉਹ ਦੇ ਦੇਗਾ। ਮੈਂ ਹਾਂਜੀ ਵੀਰ ਜੀ ਉਹ ਦੇ ਦਿੰਦਾ ਪੈਸੇ। ਕਹਿੰਦਾ ਚਲੋ ਠੀਕ ਹੈ। ਅਤੇ ਮੈਂ ਦੂਜੇ ਨੂੰ
ਗੁਰਦਾਸ ਨੇ ਮੈਨੂੰ ਪਤਾ ਨਹੀਂ ਗੁਰਦਾਸ ਨੇ ਮੈਨੂੰ ਫੋਨ ਕੀਤਾ ਜਾਂ ਮੈਂ ਗੁਰਦਾਸ ਨੂੰ ਕੀਤਾ। ਗੁਰਦਾਸ ਨੇ ਮੇਰੇ ਕੋਲੋਂ 50,000 ਰੁਪਈਆ ਫੜ ਲਿਆ, ਮੈਂ ਦੇ ਤਾ ਗੁਰਦਾਸ ਨੂੰ। ਉਸ ਤੋਂ ਬਾਅਦ 'ਚ 1,00,000 ਰੁਪਈਆ ਵੀ ਮੈਂ ਫੜ ਲੈਂਦਾ ਅਤੇ ਜਿਹੜਾ ਭਿੰਦੇ ਦੇ ਪਿੰਡ ਵਾਲਾ ਮੁੰਡਾ ਹੁੰਦਾ ਉਹਨੂੰ ਵੀ ਮੈਂ ਫੋਨ ਕਰਦਾ ਅਤੇ ਉਹਦੇ ਮਾਮੇ ਦਾ ਮੁੰਡਾ ਹੁੰਦਾ ਗਿੱਲ ਪਿੰਡ ਨਾ, ਗਿੱਲ ਹੀ ਹੈ ਨਾ ਪਿੰਡ, ਗਿੱਲ ਪਿੰਡ, ਅਤੇ ਉਹ ਕਹਿੰਦਾ ਵੀ ਭਲਵਾਨਾ ਜਿੰਨਿਆਂ ਪੈਸਿਆਂ ਦੀ ਲੋੜ ਹੋਈ ਉੱਥੋਂ ਫੜ ਲਿਆ, ਉਹਦੀ ਪਿੱਠ ਸੁਣਦੀ ਹੈ ਇਸ ਚੀਜ਼ 'ਚ, ਜਿੰਨੇ ਪੈਸੇ ਲੋੜ ਹੋਈ ਉੱਥੋਂ ਫੜ ਲਿਆ। ਮੈਂ ਠੀਕ ਹੈ, ਮੈਂ ਚੱਲ ਗਿਆ ਅਤੇ ਜਾ ਕੇ ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਵੀਰ ਦਾ ਆਇਆ ਸੀ ਫੋਨ, ਕਹਿੰਦਾ ਆਇਆ ਸੀ ਵੀਰ ਦਾ ਫੋਨ ਅਤੇ ਕੋਈ ਗੱਲ ਨਹੀਂ ਕਿੰਨੇ ਚਾਹੀਦੇ, ਮੈਂ 1,00,000, ਕਹਿੰਦਾ ਕੋਈ ਗੱਲ ਨਹੀਂ। ਉਹ ਘਰ ਗਿਆ ਅਤੇ ਉਹਨੇ 1,00,000 ਲਿਆ ਕੇ ਸਾਨੂੰ ਦੇ ਦਿੱਤਾ, ਮੈਂ ਉਹ 1,00,000 ਫੜ ਲਿਆ, 2,00,000 ਸਾਡੇ ਕੋਲ ਹੋ ਗਿਆ। ਫਿਰ ਟਰੈਕਟਰ ਲੈਣ ਦੀ ਵਾਰੀ ਆ ਜਾਂਦੀ ਹੈ ਜਿੱਥੋਂ ਮੈਨੂੰ ਜਾਂਡੀਆ ਵਾਹੁਣ ਆਉਂਦਾ ਘਰੋਂ, ਜਿੱਥੇ ਮੇਰਾ ਵੀਰ ਕਹਿੰਦਾ ਪ੍ਰੀਤ ਕੀ ਭਲਵਾਨ ਆਪਦੀ ਮਰਜ਼ੀ ਦੇ ਨਾਲ ਆਇਆ, ਅਸੀਂ ਇਹਨੂੰ 2 ਘੰਟੇ ਡਿੱਕਿਆ, ਚਲੋ ਕੋਈ ਗੱਲ ਨਹੀਂ, ਛੋਟਾ ਵਾਂ ਕਈ ਵਾਰ ਨਹੀਂ ਪਤਾ ਲੱਗਦਾ। ਅਤੇ ਇਹਨੇ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਡਿੱਕਿਆ ਨਾ, ਇੱਥੋਂ ਤੱਕ ਕਿ ਮੈਨੂੰ ਜਾਂਡੀਆ ਘਰੋਂ ਵਾਹੁਣ ਲਿਆਇਆ ਅਤੇ ਜਾਂਡੀਏ ਨੇ ਘਰੋਂ ਵਾਹਿਆ ਅਤੇ ਵਾਹ ਕੇ ਮੈਨੂੰ ਚੱਲ ਗਏ ਆ। ਚੱਲ ਫਿਰ ਨਾ ਦੂਜਾ ਮੇਰਾ ਇਹਦੇ ਪਿੰਡ ਜਾਂਦੇ ਭਿੰਦੇ ਦੇ ਗਿੱਲ ਪਿੰਡ, ਤੋਂ ਉੱਥੋਂ 1,00,000 ਫੜ ਲਿਆਉਣੇ, 1,00,000 ਫੜ ਕੇ ਲੈ ਆਉਣੇ ਆ। ਅਤੇ ਫਿਰ ਚਲੋ ਟਾਈਮ ਆ ਜਾਂਦਾ ਟਰੈਕਟਰ ਦੇਣ ਦਾ ਘਰਿਆਲੇ ਦਾ। ਇੱਕ ਸਾਡੇ ਨਾਲ ਨਾ ਮੁੰਡਾ ਨਿਤਿਨ ਮੁੰਡਾ ਖੇਡਦਾ ਹੁੰਦਾ ਗੁਰਦਾਸਪੁਰ ਦਾ, ਅਤੇ ਉਹਦੇ ਬਾਪੂ ਨਾਲ ਮੇਰਾ ਬੜਾ ਪ੍ਰੇਮ ਹੁੰਦਾ, ਅਤੇ ਉਹਦਾ ਮੁੰਡਾ ਵੀ USA ਅਤੇ ਮੈਂ ਉਹਨੂੰ ਵੀ ਕਿਹਾ ਸੀ, ਮੈਂ ਬਾਪੂ ਆਪਾਂ ਪ੍ਰੀਤ ਦੀ ਮੱਤ ਕਰਨੀ ਹੈ, ਅਤੇ ਉਹ ਵੀ ਕਹਿੰਦਾ ਕੋਈ ਗੱਲ ਨਹੀਂ ਪੁੱਤ ਜਿੱਦਾਂ ਕਹੇਗਾ ਆਪਾਂ ਕਰਾਂਗੇ। ਉਹਦੀ ਵੀ ਪਿੱਠ ਸੁਣਦੀ ਆ, ਉਹਨੇ ਵੀ ਆਪਾਂ ਨੂੰ ਕਦੀ ਨਹੀਂ ਮੋੜਿਆ ਵੀ ਕਹਿੰਦਾ ਕੋਈ ਗੱਲ ਨਹੀਂ, ਅਜੇ ਨਾ ਮੈਂ 50,000 ਰੁਪਈਆ ਦੇ ਦੂੰਗਾ, 50,000 ਰੁਪਈਆ ਮੈਂ ਥੋੜ੍ਹਾ ਜਿਹਾ ਰੋਕ ਕੇ ਦੇ ਦੂੰਗਾ। ਮੈਂ ਚਲੋ ਠੀਕ ਆ, ਮੈਂ ਉਹਨੂੰ ਬਾਪੂ ਨੂੰ ਵੀ ਟਾਈਮ ਘਰਿਆਲੇ ਦਾ ਹੀ ਦੇਤਾ ਜਿੱਦਣ ਟਰੈਕਟਰ ਦੇਣਾ ਹੈ। ਮੈਂ ਅਤੇ ਮੇਰੇ ਹਿਸਾਬ ਨਾਲ ਆਪਾਂ ਗਏ ਦੂਜਾ ਕਰਨਲ ਜਿੱਦਣ ਟਰੈਕਟਰ ਦੇਣਾ, ਅਸੀਂ ਗਏ ਹਾਂ ਜਿੱਦਣ ਟਰੈਕਟਰ ਦੇਣਾ ਅਸੀਂ, ਅਤੇ ਉੱਥੇ ਚੱਲ ਗਏ ਹਾਂ ਘਰਿਆਲੇ, ਅਤੇ ਜਾ ਕੇ ਜਦੋਂ ਵੇਖਿਆ ਅਤੇ ਟਰੈਕਟਰ ਦੇਣ ਦਾ ਸਾਰਾ ਸਿਸਟਮ, ਕਹਿੰਦੇ ਵੀ ਹੁਣ ਦੇ ਲਈਏ ਹੁਣ ਦੇ ਲਈਏ, ਚਲੋ ਦੇ ਲਓ ਜਦੋਂ ਦੇਣਾ ਹੈ ਨਾ ਟਰੈਕਟਰ। ਜਿੱਥੋਂ ਸਾਰਾ ਬੰਦੇ ਨੂੰ ਦੁੱਖ ਲੱਗਦਾ ਗੁੱਸਾ ਆਉਂਦਾ ਸਾਰਾ ਕਈ ਵਾਰ ਨਾ, ਵੀ ਆਪਾਂ ਚਲੋ ਇਹ ਥੋੜ੍ਹੀ ਹੁੰਦਾ ਕਿ ਮੈਂ ਜਿਹੜਾ ਚੇਲਾ ਅਤੇ ਗੁਰੂ ਆ ਨਾ, ਇਹਦਾ ਜੇ ਮੀਨਿੰਗ ਕੱਢੀਏ ਬੜਾ ਵੱਡਾ ਵਾ, ਬਹੁਤ ਵੱਡਾ, ਇਹ ਚੀਜ਼ ਛੋਟੀ ਨਹੀਂ ਹੈ ਗੁਰੂ ਚੇਲੇ ਵਾਲੇ। ਹੁਣ ਆਪਾਂ ਕਲਯੁਗੀ ਜੀਵੇਂ ਆਪਾਂ ਛੋਟੀ ਲੈ ਗਏ ਇਸ ਚੀਜ਼ ਨੂੰ। ਅਤੇ ਜਦੋਂ ਫਿਰ ਉਸ ਤੋਂ ਬਾਅਦ 'ਚ ਗੱਲ ਹੁੰਦੀ ਹੈ ਸ਼ੁਰੂ ਕਿ ਟਰੈਕਟਰ ਦੇ ਉੱਤੇ ਸਾਰੇ ਇਹਦੇ ਸਾਕ ਸੰਬੰਧੀ ਬੈਠੇ ਹੁੰਦੇ ਆ ਅਤੇ ਮਾਤਾ ਜੀ ਵੀ ਇਹਦੀ ਆਈ ਹੁੰਦੀ, ਅਤੇ ਉੱਥੇ ਮੈਨੂੰ ਇਸ ਚੀਜ਼ ਦਾ ਵੀ ਦੁੱਖ ਲੱਗਦਾ ਕਿ ਅੱਜ ਦਾ ਬਾਪੂ ਵੀ ਹੁੰਦਾ ਅਤੇ ਅੱਜ ਉਹ ਵੇਖ ਲੈਂਦਾ। ਅਤੇ ਮੈਨੂੰ ਬਾਪੂ ਨਾਲ ਮੇਰੀਆਂ ਇਹਦੀਆਂ ਗੱਲਾਂ ਅਕਸਰ ਹੋਰ ਹੁੰਦੀਆਂ ਹੁੰਦੀਆਂ, ਕਿਉਂਕਿ ਥੋੜ੍ਹਾ ਜਿਹਾ ਹੁਣ ਮੰਨ ਕੇ ਚੱਲੋ ਕਿ ਮੈਂ ਮੁਖੀ ਲਾ ਲਓ ਟੀਮ ਦਾ, ਵੱਡਾ ਲਾ ਲਓ, ਮੈਨੂੰ ਸਿਆਣੇ ਦੇ ਨਾਲ ਸਿਆਣਾ ਹੋਣਾ ਪੈਂਦਾ ਸੀ, ਨਿਆਣੇ ਦੇ ਨਾਲ ਨਿਆਣਾ ਹੋਣਾ ਪੈਂਦਾ ਸੀ। ਤੁਹਾਨੂੰ ਪਤਾ ਜਿਹੜਾ ਮੁਖੀ ਹੁੰਦਾ ਉਹਨੂੰ ਸਾਰਾ ਕੁਝ ਹੀ ਕਰਨਾ ਪੈਂਦਾ। ਇਹਦੇ ਬਾਪੂ ਨਾਲ ਮੇਰੀਆਂ ਗੱਲਾਂ ਹੋ ਰਹੀ, ਬਾਪੂ ਮੇਰੀ ਬੜੀ ਇੱਜ਼ਤ ਕਰਦਾ ਸੀ, ਉਦਣ ਮੈਨੂੰ ਵੀ ਇਸ ਚੀਜ਼ ਦਾ ਦੁੱਖ ਲੱਗਾ ਕਿ ਕਾਸ਼ ਇਹਦਾ ਬਾਪੂ ਅੱਜ ਹੁੰਦਾ, ਵੀ ਅੱਜ ਨਾਲ ਉਹ ਟਰੈਕਟਰ 'ਤੇ ਹੁੰਦਾ ਅਤੇ ਅੱਜ ਗੱਲਾਂ ਹੋ ਰਹੀ। ਚੀਜ਼ ਦਾ ਮੈਨੂੰ ਇਹਦਾ ਦੁੱਖ ਲੱਗਾ ਕਿ ਬਾਪੂ ਹੁੰਦਾ ਉਹਨੇ ਮੈਨੂੰ ਜੱਫੀ ਪਾ ਕੇ ਕਹਿਣਾ ਇਹ ਭਲਵਾਨਾ ਲਾਗੇ ਖਲੋ, ਇੱਥੋਂ ਤੱਕ ਮੈਨੂੰ ਇਸ ਚੀਜ਼ ਦਾ ਦੁੱਖ ਲੱਗਾ ਕਿ ਕਿਤੇ ਨਾ ਕਿਤੇ ਬਾਪੂ ਹੁੰਦਾ ਬੜਾ ਪ੍ਰੇਮ ਹੀ। ਮੈਂ ਤੁਹਾਨੂੰ ਇੱਕ ਫੋਟੋ ਪਾਊਂਗਾ ਮੇਰਾ ਬਾਪੂ ਅਤੇ ਇਹਦਾ ਬਾਪੂ, ਐਂ ਲੱਗਦੇ ਕਿ ਜਿੱਦਾਂ ਭਰਾ ਭਰਾ ਹੁੰਦੇ, ਇੱਕੋ ਜਿਹੀ ਹਾਈਟ, ਉਹਦੇ ਓਡੇ ਓਡੇ ਲੱਗਦੇ ਸੀ ਵੀ ਜਿਸ ਤਰ੍ਹਾਂ ਸੇਮ ਹੀ ਹੁੰਦੇ ਆ। ਅਤੇ ਮੈਂ ਕਿਹਾ ਵੀ ਅੱਜ ਬਾਪੂ ਹੁੰਦਾ ਅਤੇ ਮੈਨੂੰ ਇਹਨੇ ਜੱਫੀ ਪਾਉਣੀ ਸੀ, ਲਾਗੇ ਖੜੋ ਅਤੇ
ਪ੍ਰੀਤ ਦੇ ਮਨ 'ਚ ਜਿਹੜੀ ਗੱਲ ਆਈ ਆ ਕਿ ਉੱਥੇ ਟਰੈਕਟਰ ਬੋਲਣ ਦਾ ਆ, ਸਾਰੇ ਬੋਲਣ ਦਾ ਆ, ਮੇਰਾ ਨਾਂ ਹੀ ਨਹੀਂ ਬੋਲਿਆ ਗਿਆ ਕਿ ਗੋਪੀ ਭਲਵਾਨ ਵੀ ਆਵੇ ਲਾਗੇ ਟਰੈਕਟਰ ਦੇ, ਕਿਤੇ ਨਾ ਕਿਤੇ ਮੈਨੂੰ ਨਾ ਇਸ ਚੀਜ਼ ਦੀ ਮੇਰੇ ਤੋਂ ਆਸ ਨਹੀਂ ਹੈਗੀ ਜਿਹੜੀ ਚੀਜ਼ ਮੇਰੇ ਨਾਲ ਉੱਥੇ ਹੋ ਗਈ ਵੀ ਮੈਨੂੰ ਬੁਲਾਇਆ ਨਹੀਂ ਗਿਆ ਉੱਥੇ। ਚਲੋ ਵੀ ਜਿੱਦਾਂ ਪ੍ਰੀਤ ਕਹਿੰਦਾ ਕਿ ਉੱਥੇ ਪਤਾ ਨਹੀਂ ਲੱਗਾ, ਚਲੋ ਨਹੀਂ ਪਤਾ ਲੱਗਾ ਹੋਊਗਾ ਆਪਾਂ ਮੰਨ ਲੈਂਦੇ ਹਾਂ, ਚਲੋ ਭਰਾ ਮੇਰੇ ਨੇ ਕਿਹੜਾ ਝੂਠ ਮਾਰਨਾ ਕਿ ਕਹਿੰਦਾ ਮੈਂ ਸੀਰੀਅਸ ਹੋ ਗਿਆ ਆਪਦੇ ਡੈਡੀ ਦਾ ਕਰਕੇ, ਚਲੋ ਹੋ ਸਕਦਾ ਸੀਰੀਅਸ ਹੋ ਗਿਆ ਹੋਵੇ, ਪਰ ਕਿਤੇ ਨਾ ਕਿਤੇ ਮੈਨੂੰ ਤਾਂ ਇਸ ਚੀਜ਼ ਦਾ ਦੁੱਖ ਬੜਾ ਲੱਗਾ ਨਾ ਕਿ ਮੈਨੂੰ ਗਾਂਹ ਬੁਲਾਇਆ ਨਹੀਂ। ਅਤੇ ਜਿਹੜਾ ਮੇਰੇ ਨਾਲ ਬਾਪੂ ਸੀ ਜਿਹਨੇ 50,000 ਰੁਪਈਆ ਦੇਣਾ ਸੀ, ਉਹ ਜ਼ਿਆਦਾ ਇਮੋਸ਼ਨਲ ਟਾਈਪ ਦਾ ਬੰਦਾ ਵਾ, ਅਤੇ ਉਹਦੀ ਵੀ ਅੱਖਾਂ 'ਚ ਪਾਣੀ ਆ ਗਿਆ। ਅਤੇ ਜਦੋਂ ਅਸੀਂ ਗਰਾਊਂਡ 'ਚੋਂ ਬਾਹਰ ਨਿਕਲਦੇ ਤਾਂ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ, ਮੇਰੀਆਂ ਅੱਖਾਂ 'ਤੇ ਪਾਣੀ ਤੁਮਕੇ ਜੇ ਡਿੱਗੇ ਵੀ ਯਾਰ ਅੱਜ ਉਹ ਗੱਲ ਹੋ ਗਈ ਜਿਹੜੀ ਗੱਲ ਦੀ ਆਸ ਨਹੀਂ। ਜਜ਼ਬਾਤੀ ਹੋ ਗਿਆ ਮੈਂ ਜ਼ਿਆਦਾ। ਉਹ ਆਪਣੀ ਗੱਡੀ 'ਚ ਬਹਿ ਗਿਆ ਅਤੇ ਅਸੀਂ ਆਪਣੀ ਗੱਡੀ 'ਚ ਬਹਿ ਗਏ ਹਾਂ ਅਤੇ ਮੇਰੀਆਂ ਅੱਖਾਂ 'ਚੋਂ ਪਾਣੀ ਨਿਕਲਿਆ ਕਿ ਇੱਕ ਸਾਥ ਅੰਦਰੋਂ ਮੈਂ ਰੋ ਹੀ ਪਿਆ ਕੇ ਘਰੋਂ ਘਰ ਆ ਗਏ ਹਾਂ। ਉਹ ਜਿਹੜੇ ਬੰਦੇ ਨੇ 1,00,000 ਰੁਪਇਆ ਵਿਸਫੋਟ ਵਾਲਿਆਂ ਨੇ ਦੇਣ ਆਉਣਾ, ਉਹਨਾਂ ਨੂੰ ਮੈਂ ਮਨਾ ਕਰਤਾ ਕਿ ਭਾਅ ਜੀ ਬਾਅਦ 'ਚ ਕਰਾਂਗੇ ਪੈਸਿਆਂ ਦਾ, ਕਹਿੰਦੇ ਠੀਕ। ਉਹ ਜਿਹੜਾ 1,00,000 ਰੁਪਇਆ ਮੇਰੇ ਕੋਲ ਹੀ ਜਿਹੜਾ ਭਿੰਦੇ ਮੀਰਪੁਰੇ ਦੇ ਪਿੰਡ ਵਾਲੇ ਨੇ ਦਿੱਤਾ ਉਹ ਮੇਰੇ ਕੋਲ ਹੀ ਰਹਿ ਗਿਆ। ਚਲੋ ਇਹਨੇ ਵੀ ਘਰ ਆਪਦਾ ਅਰੇਂਜਮੈਂਟ ਕੀਤਾ ਸੀ ਪੂਰਾ ਵਧੀਆ। ਗੁੱਸਾ ਸੀ ਮੈਨੂੰ, ਮੈਂ ਨਹੀਂ ਗਿਆ, ਚਲੋ ਘਰੇ ਘਰੋਂ ਹੀ ਆ ਗਏ। ਅਤੇ ਇੱਥੇ ਗੱਲ ਫਿਰ ਮੰਨੂ ਨੇ ਤਾਂ ਪਹਿਲਾਂ ਹੀ ਮਨਾ ਕਰਤਾ ਸੀ ਇਹਨੂੰ ਕਿ ਮੈਂ ਤਾਂ ਇਹਨੂੰ ਪੈਸਾ ਦੇਣਾ ਹੀ ਨਹੀਂ ਆ। ਚਲੋ ਫਿਰ ਗੁੱਸੇ ਗਿਲੇ ਤੁਹਾਨੂੰ ਪਤਾ ਹੁੰਦੇ ਹੀ ਆ। ਉੱਧਰੋਂ ਕਈਆਂ ਬੰਦਿਆਂ ਨੇ ਹੋਰ ਵੀ, ਚਲੋ ਇਹਨਾਂ ਨੂੰ ਆਸ ਮੇਰੇ ਤੋਂ ਇਹ ਉੱਥੇ ਰੀਜਨ ਮੈਂ ਇਹੀ ਮੰਨਦਾ ਵਾਂ ਕਿ ਜਿਹੜਾ ਮੈਨੂੰ ਟਰੈਕਟਰ 'ਤੇ ਨਹੀਂ ਪਾਇਆ ਗਿਆ, ਮੈਂ ਆ ਕੇ ਸੋਚਿਆ ਕਿ ਇੱਕ ਪੈਸਾ ਹੀ ਆ ਕਿ ਜੇ ਮੈਂ ਪੈਸੇ ਵੱਧ ਦਿੰਦਾ ਉੱਦਣ ਟਰੈਕਟਰ ਜਦੋਂ ਲੈਣ ਗਏ ਆ, ਮੈਨੂੰ ਇਹਨਾਂ ਟਰੈਕਟਰ 'ਤੇ ਪਾਉਣਾ ਸੀ ਕਿ ਜਾਂ ਕੀ ਗੱਲ ਆ। ਪਰ ਮੇਰੇ ਦਿਮਾਗ 'ਚ ਇਹ ਚੀਜ਼ ਆਈ ਕਿ ਯਾਰ ਪੈਸੇ ਥੋੜ੍ਹੇ ਦਿੱਤੇ ਆ ਤਾਂ ਮੈਨੂੰ ਟਰੈਕਟਰ 'ਤੇ ਨਹੀਂ ਪਾਇਆ, ਜਾਂ ਕੀ ਚੱਕਰ ਬਣਿਆ ਮੈਨੂੰ ਨਹੀਂ ਪਤਾ। ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਇਕੱਲਾ ਬੰਦਾ ਸਾਈ ਖੇਡਣ ਜਾਂਦਾ ਵਾਂ, 50,000 ਦੀ ਸਾਈ ਹੁੰਦੀ ਆ, 60,000 ਦੀ ਸਾਈ ਹੁੰਦੀ ਆ, ਟੀਮ ਜਾਂਦੀ ਆ ਸਾਰੀ ਆਲ ਟੀਮ, 10,000 ਬੰਦੇ ਹੁੰਦੇ ਆ। ਕੀ ਗੱਲ ਉਹ ਪੈਸੇ 50,000 ਦਾ 50,000 ਮੈਂ ਆਪਣੇ ਘਰ ਲੈ ਕੇ ਆ ਜਾਂਦਾ? ਮੈਂ ਸੰਗਤ ਨੂੰ ਪੁੱਛਣਾ ਚਾਹੁੰਦਾ ਹੈ, ਉਹ ਜਿਹੜਾ 50,000 ਹੁੰਦਾ ਮੇਰੇ ਘਰ ਆਉਂਦਾ? ਕੀ ਗੱਲ ਜਦੋਂ ਵੀ ਕੋਈ ਟੀਮ ਦੀ ਗੱਲ ਹੁੰਦੀ ਆ, ਪਲੇਅਰਾਂ ਦੀ ਗੱਲ ਹੁੰਦੀ ਆ, ਉਹ ਮੇਨ ਬੰਦੇ 'ਤੇ ਹੀ ਆ ਕੇ ਕਿਉਂ ਖੜ ਜਾਂਦੀ ਆ ਕਿ ਸਾਰਾ ਕੁਝ ਇਹੋ ਹੀ ਕਰੂੰਗਾ? ਕੀ ਗੱਲ ਉਹ ਸਾਰੇ ਪੈਸੇ ਉਹੀ ਲੈ ਕੇ ਚੱਲ ਜਾਂਦਾ ਘਰ ਨੂੰ ਆਪਦੇ ਨੂੰ? ਜੇ ਉਹੀ ਲੈ ਕੇ ਚੱਲ ਜਾਂਦਾ ਘਰ ਆਪਦੇ ਨੂੰ ਤਾਂ ਫਿਰ ਉਹਦੇ ਰੋਜ਼ ਟੀਮ ਮੈਚ ਕਿੱਦਾਂ ਖੇਡਦੀ ਆ? ਇੰਨਾ ਚਿਰ ਆਪਾਂ ਕਿੱਦਾਂ ਖੇਡ ਲੈਂਦੇ ਉਹਦੇ ਨਾਲ ਜੇ ਉਹ ਸਾਰੇ ਪੈਸੇ ਲੈ ਕੇ ਚੱਲ ਜਾਂਦਾ? ਇੱਥੇ ਗੱਲ ਆਉਂਦੀ ਆ ਕਿ ਮੰਨੂ ਨੇ ਵੀ ਮੈਨੂੰ ਹਾਂ ਕੀਤੀ ਸੀ 1,00,000 ਰੁਪਈਏ ਦੀ। ਮੰਨੂ ਨੇ ਸਾਫ ਮਨਾ ਕਰਤਾ ਇਹ ਖਰਚ ਬੰਦੇ ਨੂੰ ਮੈਂ ਪੈਸੇ ਨਹੀਂ ਦੇਣੇ, ਬਾਹਰੋਂ ਜਿੰਨੇ ਪੈਸੇ ਦੇਣੇ ਆ ਉਹ ਕਹਿੰਦਾ ਵੀ ਇਹ ਬੰਦੇ 'ਚ ਐਟੀਟਿਊਡ ਬੜਾ ਵਾ, ਇਹ ਖਰਚ ਆ, ਮੈਂ ਇਹਨੂੰ ਪੈਸੇ ਨਹੀਂ ਦੇਣੇ, ਇਹ ਚੀਜ਼ ਉਹਨੇ ਕਹੀ ਹੈ। ਚਲੋ ਉਹ ਸਾਈਡ 'ਤੇ ਚੱਲ ਗਿਆ ਮੰਨੂ, ਰਹਿ ਕੌਣ ਗਿਆ? ਗੋਪੀ ਇਕੱਲਾ, 45 ਮੇਰੇ ਗੱਲ 'ਚ ਇਕੱਲੇ ਦੇ ਪੈ ਗਏ। ਹੁਣ ਗੋਪੀ ਤੂੰ ਕਰ ਜੋ ਕਰਨਾ ਨਹੀਂ ਕਰਨਾ,
ਹਿੱਸਾ ਲੈਣ ਨੂੰ ਵੀ ਮੰਨੂ ਨਹੀਂ ਅੱਗੇ ਅੱਗੇ ਤੇ ਫਸਾਤਾ ਗੋਪੀ ਇਕੱਲੇ ਨੂੰ। ਚਲੋ ਠੀਕ ਹੈ, ਸੱਚੇ ਬੰਦੇ ਦਾ ਤਾਂ ਵਾਹਿਗੁਰੂ ਹੀ ਹੈ, ਚਲੋ ਠੀਕ ਹੈ ਮੰਨ ਲੈਂਦੇ ਹਾਂ ਸਾਰੀ ਗੱਲ। ਫਿਰ ਘੁੰਮ ਘੁੰਮਾ ਕੇ ਗੱਲ ਆ ਜਾਂਦੀ ਹੈ ਕਿ ਉਹ ਲੱਖ ਰੁਪਈਆ ਮੇਰੇ ਕੋਲ ਰਹਿ ਜਾਂਦਾ, ਬਾਰੀ 'ਚ ਪਿਆ ਹੁੰਦਾ, ਰਾਤ ਨੂੰ ਮੈਂ ਸੌਂਦਾ ਅਤੇ ਉਹ ਮੈਂ ਰਾਤ ਨੂੰ ਸੌਣ ਲੱਗਿਆ ਵੀ ਨਾ ਯਾਰ ਗੋਪੀ ਤੇਰੇ ਤੋਂ ਲੱਖ ਰੁਪਈਆ ਪ੍ਰੀਤ ਵਾਲਾ, ਅਤੇ ਇਹਦੇ ਪਿੰਡ ਨਾ ਮੈਚ ਆਉਂਦਾ ਵਾ। ਗੱਲਾਂ ਬਾਤਾਂ ਚਲੋ ਹੁੰਦੀਆਂ ਰਹਿੰਦੀਆਂ, ਫਿਰ ਵੀ ਮਿਲਦੇ ਵਰਤਦੇ ਰਹਿੰਦੇ ਹਾਂ ਅਸੀਂ, ਇਹੋ ਜਿਹੀ ਨਹੀਂ ਗੱਲ ਵੀ ਇਹ ਇੱਕ ਦੂਜੇ ਨੂੰ ਛੱਡਤਾ ਸੀ ਇੱਦਾਂ ਉੱਥੇ, ਪਰ ਨਹੀਂ ਮਿਲਦੇ ਵਰਤਦੇ ਫਿਰ ਵੀ। ਫਿਰ ਮੈਂ ਇਹਨੂੰ ਨਾ ਫੋਨ ਕਰਦਾ, ਮੈਂ ਕਿਹਾ ਵੀ ਤੈਨੂੰ ਨਾ ਲੱਖ ਰੁਪਈਆ ਦੇਣਾ ਵਾ, ਐਪਸਵੋਰਡ ਵਾਲਿਆਂ ਨੇ ਦਿੱਤਾ ਮੈਨੂੰ। ਕਹਿੰਦਾ ਠੀਕ ਹੈ ਭਲਵਾਨ ਜੀ ਦੇ ਦਿਓ। ਮੈਂ ਮੇਲੇ 'ਤੇ ਦੇ ਦਈਏ, ਕਹਿੰਦਾ ਦੇ ਦਿਓ। ਜਾਣੀ ਕਿ ਉੱਥੇ ਮੈਂ ਐਪਸਵੋਰਡ ਵਾਲਿਆਂ ਦਾ ਨਾਂ ਲੈ ਲਿਆ, ਕਿਉਂਕਿ ਜਿਹੜਾ ਮੀਰਪੁਰੀ ਵਾਲਾ ਪਿੰਡ ਵਾਲਾ ਬੰਦਾ ਸੀ ਉਹਨੂੰ ਨਾਂ ਦੀ ਭੁੱਖ ਨਹੀਂ ਹੈਗੀ ਕਿ ਮੇਰਾ ਨਾਂ ਬਣੇ, ਕਿ ਮੈਂ ਕੋਈ ਵਡਿਆਈ ਲਵਾਂ, ਕਿ ਮੇਰਾ ਨਾਂ ਬਣੇ, ਕਿ ਭਲਵਾਨ ਨੂੰ ਮੈਂ ਪੈਸੇ ਦਿੱਤੇ, ਉਹ ਤਾਂ ਇੱਕ ਸੱਜਣ ਤਾਈ ਨੂੰ ਉਹਨੇ ਪੈਸੇ ਦਿੱਤੇ ਸੀ, ਅਤੇ ਮੈਂ ਵੀ ਉਹ ਚੀਜ਼ ਨਹੀਂ ਸਮਝੀ ਕਿ ਇਹਨੇ ਮੈਨੂੰ ਨਾਂ ਨੂੰ ਪੈਸੇ ਦਿੱਤੇ। ਚਲੋ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ, ਜਿਹੜਾ ਐਡੀ ਵੱਡੀ ਮੈਂ ਕਹਿੰਦਾ ਟੀਮ ਚਲਾਉਣੀ ਨਾ ਬੰਦਾ ਨਹੀਂ ਟੀਮ ਚਲਾ ਸਕਦਾ। ਮੈਂ ਕਹਿੰਦਾ ਮੈਂ ਫਰੰਦੀਪੁਰ ਦੀ ਟੀਮ ਇਕੱਲਾ ਤਾਂ ਇੱਕ ਦਿਨ ਨਹੀਂ ਚਲਾ ਸਕਦਾ, ਇਹ ਤਾਂ ਮਹਾਂਪੁਰਖ ਚਲਾਉਂਦੇ, ਬਾਪੂ ਦਇਆ ਸਿੰਘ ਚਲਾਉਂਦੇ ਆ, ਸੁਰ ਸਿੰਘ ਵਾਲੇ ਮਹਾਂਪੁਰਖ, ਮੈਂ ਕੌਣ ਹੁੰਦਾ ਟੀਮ ਚਲਾਉਣ ਵਾਲਾ, ਆਪਣੇ ਤੋਂ ਦੋ ਜੀਅ ਹੁੰਦੇ ਘਰ ਦੇ ਉਹ ਨਹੀਂ ਚੱਲਦੇ। ਆ ਵੇਖੋ ਕੋਈ ਮੋਹਤਵਾਰ ਬੰਦਾ ਹੋਊਗਾ ਮੇਰੀ ਗੱਲ ਸੁਣੂਗਾ, ਵੀ ਜਿਹਦੇ ਘਰ ਤਿੰਨ ਮੁੰਡੇ ਹੋਣਗੇ, ਤਿੰਨ ਨੂੰਹਾਂ ਹੋਣਗੀਆਂ, ਉਹਨਾਂ ਦੇ ਜਵਾਕ ਹੋਣਗੇ, ਉਹ ਜਿੱਤੋਂ ਮੁਖਤਿਆਰੀ ਹੋਊਗੀ ਉਹਨੂੰ ਪਤਾ ਉਹ ਕਿੱਦਾਂ ਘਰ ਚੱਲਦੇ ਆ। ਅਤੇ ਇਹ ਵੰਨ ਸੁਵੰਨੇ ਬੰਦੇ ਚਲਾਉਣੇ, ਵੰਨ ਸੁਵੰਨੇ ਬੰਦਿਆਂ ਦੀਆਂ ਗੱਲਾਂ ਸੁਣਨੀਆਂ ਨਵੀਆਂ ਤੋਂ ਨਵੀਆਂ, ਉਹ ਮੈਨੂੰ ਪਤਾ ਮੈਂ ਕਿੱਦਾਂ ਡੀਲ ਕਰਦਾ ਹੈ। ਚਲੋ ਠੀਕ ਹੈ, ਉਹ ਲੱਖ ਰੁਪਈਆ ਪਿੰਡ ਇਹਦੇ ਮਿਲਣਾ ਹੁੰਦਾ, ਮੈਂ ਜਾ ਕੇ ਮੈਚ 'ਚ ਬੁਲਾ ਦਿੰਦਾ ਕਿ ਇਹ 10 ਲੱਖ ਰੁਪਈਆ ਐਪਸਵੋਰਡ ਵਾਲਿਆਂ ਬੱਬਲ ਸੰਗਰੂਰ ਹੋਣਾ ਅਤੇ ਰਾਜੇ ਸੰਘੇ ਹੋਣਾ ਨੇ ਦਿੱਤਾ, ਇੱਥੋਂ ਤੱਕ ਕਿ ਉਹਨਾਂ ਨੇ ਪੈਸੇ ਮੈਨੂੰ ਨਹੀਂ ਦਿੱਤੇ ਹੁੰਦੇ। ਮੈਂ ਇਸ ਕਰਕੇ ਬੁਲਾਉਣਾ ਵਾਂ, ਇਹਨੇ ਮੈਨੂੰ ਨਹੀਂ ਤਾਂ ਤੋੜ ਖਾ ਜਾਣਾ ਸੀ, ਤੇਰੇ ਪ੍ਰਮੋਟਰਾਂ ਨੇ ਕੀ ਦਿੱਤਾ, ਇੰਨਾ ਚਿਰ ਤੂੰ ਐਪਸਵੋਰਡ ਕਰਦਾ ਰਿਹਾ, ਉਹਨਾਂ ਨੇ ਤੇਰੇ ਲਈ ਕੀ ਕੀਤਾ। ਚਲੋ ਮੈਂ ਇਹਨੂੰ ਲੱਖ ਰੁਪਈਆ ਉਹ ਦੇ ਤਾ। ਉਹ ਤੋਂ ਬਾਅਦ 'ਚ ਮੈਚ ਇਹਦੇ ਪਿੰਡ ਹੁੰਦਾ ਅਤੇ ਮੈਚ ਅਸੀਂ, ਮੈਂ ਪਤਾ ਨਹੀਂ 2 ਜੱਪੇ ਪਾਉਣਾ ਵਾ, ਇਹ ਮੈਚ ਮਾੜਾ ਖੇਡਦਾ ਉੱਥੇ, ਅਤੇ ਮੈਨੂੰ ਦੁੱਖ ਉਹ ਬੰਦੇ ਨੂੰ ਲੱਗਦਾ ਜਿਹੜਾ ਬੰਦਾ ਵਪਾਰੀ ਨਹੀਂ ਹੈ, ਜਿਹੜਾ ਬੰਦਾ ਵਪਾਰੀ ਆ ਉਹਨੂੰ ਦੁੱਖ ਨਹੀਂ ਲੱਗਦਾ ਹੁੰਦਾ, ਦੁੱਖ ਉਹਨੂੰ ਲੱਗਦਾ ਹੁੰਦਾ ਜਿਹੜਾ ਦਿਲ ਤੋਂ ਜੁੜਿਆ ਹੁੰਦਾ ਕਿਸੇ ਦੇ ਨਾਲ। ਅਤੇ ਮੈਂ ਆਪਦੀ ਟੀਮ ਨਾਲ ਦਿਲ ਤੋਂ ਜੁੜਿਆ ਹਾਂ, ਦਿਲੋਂ ਮੈਂ ਦਿਲ ਤੋਂ ਪਿਆਰ ਕਰਦਾ ਸੀ ਇਹਨੂੰ। ਅਤੇ ਚਲੋ ਇਹਨੇ ਕਿਹਾ ਵੀ ਘਰੇ ਚੱਲਦੇ ਹਾਂ ਭਲਵਾਨ, ਅਸੀਂ ਘਰੇ ਚੱਲੇ, ਘਰੇ ਜਾ ਕੇ ਨਹਾਤੇ ਧੋਤੇ, ਇਹਦਾ ਥੋੜ੍ਹੀ ਘਰ ਹੀ ਸਾਡਾ ਘਰ ਹੀ, ਇਹ ਕੌਣ ਹੁੰਦਾ ਸਾਨੂੰ ਘਰੇ ਖੜਨ ਵਾਲਾ, ਆਪਦੇ ਸਾਡਾ ਘਰ ਹੀ ਆਪਦੇ ਘਰੇ ਗਏ ਅਤੇ ਬੈਠੇ ਹਾਂ, ਨਹਾਤੇ ਧੋਤੇ ਹਾਂ, ਮਾਤਾ ਦੀ ਨਾ ਵੀ ਪ੍ਰੇਮ ਹੈ ਆਪਣਾ ਸਾਰਾ, ਪੁੱਤਾਂ ਵਾਂਗੂ ਸਾਰਾ ਕੁਛ ਬੈਠੇ ਹਾਂ, ਜਿਹਦੇ ਘਰੋਂ ਖਾਧਾ ਹੋਵੇ ਉਹਦਾ ਮਾੜਾ ਨਹੀਂ ਸੋਚੀਦਾ ਕਦੀ ਵੀ, ਖਾਧਾ ਪੀਤਾ ਸੀ ਇਹਦੇ ਘਰੋਂ ਬੈਠੇ ਹਾਂ, ਪਰ ਦੁੱਖ ਮੈਨੂੰ ਇਸ ਚੀਜ਼ ਦਾ ਇਹ ਮੇਰੇ ਆਖੇ ਨਹੀਂ ਲੱਗਦਾ, ਮੈਂ ਇਹਨੂੰ ਹੀਰਾ ਬਣਾਉਣਾ ਚਾਹੁੰਦਾ, ਇਹ ਗੰਦ ਬਣਨਾ ਚਾਹੁੰਦਾ, ਜੋ ਮਹਾਰਾਜ ਨੇ ਇਹਨੂੰ ਬਣਾ ਕੇ ਘੱਲਿਆ ਉਹਦੀ ਇਹ ਪਛਾਣ ਨਹੀਂ ਕਰਦਾ। ਮੈਂ ਇਹਨੂੰ ਕਿਹਾ ਉਹਦੀ ਉਸ ਚੀਜ਼ ਦੀ ਪਛਾਣ ਕਰ, ਤੂੰ ਇੱਕ ਦਿਨ ਇਤਿਹਾਸ ਰਚਨਾ ਵਾ, ਐਡਾ ਵਧੀਆ ਗੋਡ ਗਿਫਟਡ ਬੰਦਾ ਵਾ ਤੂੰ,
ਇਹਨੂੰ ਪਛਾਣ ਲਾ ਆਪਣੇ ਆਪ ਨੂੰ। ਭੱਜ ਦੌੜ ਪੈਸੇ ਦੀ ਨਾ ਰੱਖ, ਆਪਦਾ ਸਟੇਟਸ ਬਣਾ। ਤੂੰ ਮਿਹਨਤ ਕਰ ਇੰਨੀ ਕਿ ਤੇਰਾ ਰੁਤਬਾ ਇੱਦਾਂ ਦਾ ਹੋਵੇ ਪੈਸਾ ਤੇਰੇ ਮਗਰ ਮਗਰ ਫਿਰੇ, ਖੁਦ ਤੂੰ ਪੈਸੇ ਦੇ ਮਗਰ ਨਾ ਫਿਰੇ, ਇੱਦਾਂ ਦਾ ਬਣ। ਇਹ ਮੇਰੀਆਂ ਗੱਲਾਂ ਇਹਨੂੰ ਨਹੀਂ ਹੀ ਸਹੀ ਲੱਗਦੀਆਂ, ਪਤਾ ਨਹੀਂ ਕਿਉਂ ਜਾਂ ਮੈਂ ਓਵਰ ਬੋਲ ਜਾਂਦਾ, ਜਜ਼ਬਾਤੀ ਹੋ ਜਾਂਦਾ। ਖੁਦ ਮੈਨੂੰ ਨਹੀਂ ਪਤਾ ਇਹ ਗੱਲਾਂ ਮੈਂ ਕਿਉਂ ਕਰਦਾ ਵਾਂ, ਇਹ ਮੈਨੂੰ ਵੀ ਨਹੀਂ ਪਤਾ। ਅੱਛਾ ਫਿਰ ਉੱਥੇ ਗੱਲ ਇੱਦਾਂ ਚੱਲਦੀ ਆ ਕਿ ਇਹਦੀ ਨਾ ਲੱਤ ਦੁਖਦੀ ਹੈ ਪ੍ਰੀਤ ਦੀ। ਮੈਂ ਕਹਿੰਦਾ ਭਲਵਾਨਾ ਮੈਂ ਜੱਫੇ ਕਿੱਦਾਂ ਪਾਵਾਂ, ਮੇਰੀ ਤਾਂ ਛਿਣ ਬਿਣ ਲੱਤ 'ਤੇ ਹੁੰਦੀ ਰਹਿੰਦੀ, ਲੱਤ ਨਹੀਂ ਸਹੀ ਮੇਰੀ ਸਲਾਹ ਨਹੀਂ। ਮੈਂ ਕਿਹਾ ਜਿਹੜੇ ਬੰਦੇ ਦਾ ਅੰਗ ਪੈਰ ਸਹੀ ਨਹੀਂ ਆ ਉਹਨੂੰ ਖੁਦ ਨੂੰ ਨਹੀਂ ਪਤਾ ਕੀ ਹੁੰਦਾ, ਅਤੇ ਦੂਜੇ ਬੰਦੇ ਨੂੰ ਕੀ ਪਤਾ ਲੱਗੂਗਾ ਤੈਨੂੰ ਕੀ ਹੁੰਦਾ। ਆਪਾਂ ਇਹਦੀ MRI ਕਰਾ ਲਈਏ, ਇਹਦਾ ਐਕਸਰਾ ਕਰਾ ਲਈਏ, ਇਹਨੂੰ ਵੇਖੀਏ ਤਾਂ ਸਹੀ ਹੁੰਦਾ ਕੀ ਆ। ਭਲਵਾਨ ਜੀ ਪਤਾ ਹੀ ਨਹੀਂ ਲੱਗਦਾ, ਕੋਈ ਪਤਾ ਨਹੀਂ ਲੱਗਦਾ। ਆਹ ਵੇਖੋ, ਆਹ ਵੇਖੋ, ਹੁਣ ਸਹੀ ਜੇ ਮੈਚ ਹੁੰਦਾ ਇੱਦਾਂ ਹੁੰਦਾ। ਚਲੋ ਮੈਂ ਹੁਣ ਮੈਂ ਕੀ ਕਰਾਂ, ਮੈਨੂੰ ਦੱਸ ਮੈਂ ਕਰਾਂ ਅਤੇ ਕਰਾਂ ਕੀ। ਇੱਦਾਂ ਚੱਲੀ ਗਿਆ ਕੰਮ। ਮੈਂ ਪਹਿਲੀ ਤਾਂ ਗੱਲ ਤੂੰ ਮਿਹਨਤ ਨਹੀਂ ਕਰ, ਇਹਨੂੰ ਮੈਂ ਆਵਾਜ਼ ਮਾਰਾਂ ਲਾਗੇ ਬਹਿ, ਕਦੀ ਇਹਨੂੰ ਲੰਘ ਜੇ, ਕਦੀ ਇਹਨੂੰ ਲੰਘ ਜੇ। ਇਹਦੀ ਮਾਤਾ ਇੱਧਰਲੇ ਬੰਨੇ ਰੋਟੀਆਂ ਲਾਉਣ ਦਈ ਆ। ਮੈਂ ਲਾਗੇ ਆ ਜਾ, ਮੇਰੇ ਲਾਗੇ ਬਹਿ ਜਾ, ਮੈਂ ਸੀਰੀਅਸ ਬੜਾ ਹੀ, ਮੈਂ ਆਪਣੇ ਆਪ ਵਿੱਚ ਨਹੀਂ ਹੈਗਾ, ਆ ਜਾ ਮੇਰੇ ਲਾਗੇ ਬਹਿ ਜਾ। ਮੈਨੂੰ ਦਿਲੋਂ ਪਿਆਰ ਕਰਦਾ ਸੀ ਤਾਂ ਹੀ ਇਹ ਗੱਲਾਂ ਕਹਿੰਦਾ ਸੀ, ਲਾਗੇ ਆ ਜਾ। ਜੇ ਮੈਂ ਹੋਵਾਂ ਉੱਦਾਂ ਦਾ ਕਿ ਜਿੱਦਾਂ ਲੋਕ ਮੈਚ ਖੇਡਦੇ ਆ, ਜਾਂਦੇ ਆ, ਨਹੀਂ ਪਾਇਆ ਨਹੀਂ ਸਹੀ, ਅਸੀਂ ਆਪਦਾ ਕੰਮ ਕੀਤਾ ਘਰ ਨੂੰ ਜਾਈਏ, ਮੈਂ ਕਿਉਂ ਇਹਦੇ ਨਾਲ ਕਰਦਾ ਸੀ, ਪਿਆਰ ਕਰਦਾ ਸੀ ਤਾਂ ਹੀ ਕਰਦਾ ਸੀ। ਚਲੋ ਇਹਨੂੰ ਮੈਂ ਆਵਾਜ਼ਾਂ ਮਾਰੀਆਂ, ਆਇਆ ਮੇਰੇ ਕੋਲ, ਉਹ ਭਲਵਾਨ ਜੀ ਕੀ ਕਰਾਂ ਸਮਝ ਨਹੀਂ ਲੱਗਦੀ, ਮੈਚ ਜਾਣਾ ਮੈਨੂੰ ਪਤਾ ਨਹੀਂ ਲੱਗਦਾ, ਇੱਦਾਂ ਉੱਦਾਂ ਮਾਰ ਕੇ। ਮੈਂ ਹਾਂ ਪੁੱਤ ਮਿਹਨਤ ਨਹੀਂ ਕਰਦਾ ਤੂੰ, ਇਹਦੇ ਪ੍ਰਾਹੁਣੇ ਨੇ ਵੀ ਇਹ ਗੱਲ ਕਹੀ ਇੱਥੇ ਵੀ ਤੂੰ ਪ੍ਰੀਤ ਮਿਹਨਤ ਨਹੀਂ ਕਰਦਾ, ਅਤੇ ਇਹਨੇ ਆਪਦੇ ਪ੍ਰਾਹੁਣੇ ਆ ਲੈ ਡੇਲੇ ਕੱਢ ਕੇ ਵੇਖਿਆ ਹੈ, ਪ੍ਰਾਹੁਣੇ ਨੂੰ ਇਹਨੇ ਡੇਲੇ ਕੱਢੇ ਅਤੇ ਪ੍ਰਾਹੁਣਾ ਚੁੱਪ ਹੋ ਗਿਆ। ਚਲੋ ਠੀਕ ਹੈ, ਮੈਂ ਵੀ ਇਹਦੇ ਗਾੜੀ ਗੱਲਾਂ ਬਾਤਾਂ ਕੀਤੀਆਂ ਅਤੇ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਹੋ ਗਿਆ, ਅਤੇ ਮੈਂ ਪ੍ਰੀਤ ਅੱਜ ਤੋਂ ਬਾਅਦ 'ਚ ਮੈਂ ਤੈਨੂੰ ਮਿਹਨਤ ਬਾਰੇ ਕਹਿਣਾ ਹੀ ਨਹੀਂ। ਅਤੇ ਇੱਥੋਂ ਤੱਕ ਹੀ ਮੇਰੀਆਂ ਅੱਖਾਂ 'ਚੋਂ ਪਾਣੀ ਨਿਕਲਿਆ ਅਤੇ ਮਾਤਾ ਜੀ ਨੂੰ ਮੈਂ ਕਿਹਾ ਵੀ ਮਾਤਾ ਇਹ ਮੇਰੀ ਗੱਲ ਨਹੀਂ ਮੰਨਦਾ, ਅਤੇ ਮਾਤਾ ਵੀ ਕਹਿੰਦੀ ਪੁੱਤ ਸਾਡੀ ਕਿਹੜੀ ਮੰਨਦਾ ਹੈ। ਮੈਂ ਚਲੋ ਠੀਕ ਹੈ ਮਾਤਾ, ਇੰਨੀ ਮੈਨੂੰ ਗੁੱਸਾ ਚੜ ਗਿਆ ਅਤੇ ਮੈਂ ਸਾਰਿਆਂ ਨੂੰ ਕਿਹਾ ਮੈਂ ਚਲੋ ਚੱਲੀਏ ਯਾਰ। ਮੈਂ ਗੱਡੀ 'ਚ ਬਹਿ ਕੇ ਨਾ ਅੰਦਰੋਂ ਇੱਕ ਹੋਕਾ ਜਿਹਾ ਲੈਂਦਾ, ਯਾਰ ਇਹ ਮੰਨਦਾ ਕਿਉਂ ਨਹੀਂ ਹੈ, ਰੱਬ ਵੱਲੋਂ ਹੀ ਪਤਾ ਨਹੀਂ ਕੀ ਗੱਲ, ਮੰਨਦਾ ਕਿਉਂ ਨਹੀਂ ਹੈ ਯਾਰ, ਇਹਨੂੰ ਮੰਨਣੀ ਚਾਹੀਦੀ ਆ ਵੀ ਜਿਹੜਾ ਉਸਤਾਦ ਹੁੰਦਾ ਉਹ ਮਾੜਾ ਥੋੜ੍ਹੀ ਸੋਚ ਸਕਦਾ ਬੱਚੇ ਦਾ, ਇਹ ਮੰਨਦਾ ਕਿਉਂ ਨਹੀਂ। ਚਲੋ ਠੀਕ ਹੈ, ਇਹਨੇ ਨਹੀਂ ਮੰਨੀ। ਚਲੋ ਘੁੰਮ ਘੁੰਮਾ ਕੇ ਗੱਲ ਫਿਰ ਆ ਜਾਂਦੀ ਆ, ਫਿਰ ਕਨੇਡਾ ਦੀ ਗੱਲ ਹੋ ਜਾਂਦੀ ਆ। ਇਹਨੂੰ ਮੈਂ ਪੁੱਛਦਾ ਕਿ ਕਨੇਡਾ ਗੱਲ ਹੋਈ ਆ ਕਨੇਡਾ ਦੀ, ਕਹਿੰਦਾ ਹੋਈ ਆ। ਮੈਂ ਕਿੰਨੇ ਪੈਸਿਆਂ 'ਚ, ਇਹ ਕੋਈ ਪੰਜ ਛੇ ਪਤਾ ਨਹੀਂ ਸੱਤ 'ਚ ਕਿੰਨੇ 'ਚ ਹੋਈ ਆ। ਮੈਂ ਚਲੋ ਠੀਕ ਹੈ, ਮੈਂ ਵੱਧ ਪੈਸੇ ਦਵਾਵਾਂ। ਕਹਿੰਦਾ ਕਿੱਦਾਂ ਦਵਾਏਗਾ? ਮੈਂ ਕਿਹਾ ਵੀ ਜਿੱਦਾਂ ਮੈਂ ਕਹੂੰ ਉੱਦਾਂ ਕਰੀ ਜਾਈ। ਕਹਿੰਦਾ ਠੀਕ ਹੈ। ਅਤੇ ਮੈਂ ਨਾ ਇਹਨੂੰ ਕਲੱਬ ਵਾਲਿਆਂ ਨੇ ਮੇਰੀ ਮੈਟਰੋ ਕਲੱਬ 'ਚ ਗੱਲ ਹੋਈ, ਆਪ ਮੇਰੀ ਗੱਲ ਹੋਈ ਆ, ਜਿੱਥੇ ਇਹ ਕਹਿੰਦਾ ਕਿ ਮੈਂ ਗੱਲ ਕਰਾਈ ਆ ਗੋਪੀ ਦੀ, ਉਹਨਾਂ ਨੇ ਤੇ ਲੱਕੀ ਨੇ ਤੇ ਮੈਨੂੰ ਫੋਨ ਕੀਤਾ। ਲੱਕੀ ਨਾਲ ਮੇਰਾ ਪਿਆਰ ਆ 2010 ਦਾ, ਜਦੋਂ ਕੁਲਜੀਤੀ ਹੋਣੀ ਅਸੀਂ ਖੇਡਦੇ ਹੁੰਦੇ ਸੀ ਸਾਰੇ, ਉਦੋਂ ਸਾਨੂੰ ਉਹ ਕੌਫੀ ਪਿਆ ਕੇ ਲਿਆਉਂਦਾ ਸੀ, ਉਦੋਂ ਦੀ ਮੇਰੀ ਉਹਦੇ ਨਾਲ ਸੱਜਣਤਾ ਹੀ ਆ। ਹੈਲੋ ਆਏ ਫੋਨ 'ਤੇ, ਉਹ ਮੈਟਰੋ ਕਲੱਬ ਨੂੰ ਸਪੋਰਟ ਕਰਦਾ ਅਤੇ ਅਸੀਂ ਉਦੋਂ ਇੰਟਰਨੈਸ਼ਨਲ ਕਬੱਡੀ ਕਲੱਬ 'ਚ ਖੇਡਦੇ ਹੁੰਦੇ। ਉਹ ਮੈਨੂੰ ਕਹਿੰਦਾ ਕਿ ਗੋਪੀ
ਤੈਨੂੰ ਤੇ ਚੱਲ ਖਿਡਾਉਣਾ ਹੀ ਖਿਡਾਉਣਾ ਵਾ, ਜਾਫੀ ਲੱਭ ਕੋਈ ਚੰਗਾ ਵਧੀਆ ਤੇ ਮੈਂ ਮੇਰੇ ਚੇਲੇ ਨੂੰ ਖਿਡਾਓ। ਕਹਿੰਦਾ ਕੰਮ ਕੱਢੂਗਾ, ਮੈਂ ਕਿਹਾ ਮੈਂ ਹੋਊਂਗਾ ਨਾਲ 100% ਕੱਢੂਗਾ। ਕਹਿੰਦਾ ਠੀਕ ਹੈ ਕਰ ਗੱਲ। ਮੈਂ ਹਾਂ ਉਹਦੀ ਦੂਜੇ ਬੰਨੇ ਗੱਲ ਹੋਈ ਆ 15 ਲੱਖ ਰੁਪਈਏ 'ਚ ਦੇ ਦਿਓ, 15 ਲੱਖ ਖੇਡ ਲੈਂਦਾ। ਕਹਿੰਦਾ ਨਹੀਂ 15 ਜ਼ਿਆਦਾ। ਕਹਿੰਦਾ ਫਿਰ ਵੀ 10 ਕਰ ਕਤਰ ਕੇ ਸਾਡੀ ਗੱਲ 11 ਲੱਖ ਰੁਪਈਏ 'ਚ ਹੋ ਗਈ, 11 ਲੱਖ ਰੁਪਈਏ 'ਚ ਗੱਲ ਹੋ ਗਈ। ਅਤੇ ਉਹੀ ਕਾਰਨ ਫਿਰ ਬਣ ਗਏ ਕਿ ਜਿਹੜੇ 21 'ਚ ਬਣੇ ਅਤੇ ਮੇਰਾ ਵੀਜ਼ਾ ਨਹੀਂ ਲੱਗਾ, ਮੇਰਾ ਵੀਜ਼ਾ ਨਾ ਲੱਗਾ ਅਤੇ ਮੈਂ ਰਹਿ ਗਿਆ। ਇਹ ਚੱਲ ਗਿਆ, ਇਹ ਚੱਲ ਗਿਆ ਅਤੇ ਕਾਲੇ ਹਾਂਸ ਹੁਣੀ ਕਹਿੰਦੇ ਆ ਵੀ ਜਦੋਂ ਇਹ ਉਤਰਿਆ ਵਾ ਏਅਰਪੋਰਟ ਤੋਂ ਤਾਂ ਇਹ ਲੰਗ ਮਾਰਦਾ ਸੀ, ਇਹ ਲਗਾਉਂਦਾ ਸੀ ਜਦੋਂ ਏਅਰਪੋਰਟ ਤੋਂ ਇਹਨੂੰ ਉਤਾਰਿਆ ਸੀ, ਇਹ ਲਗਾਉਂਦਾ ਸੀ ਉਦੋਂ ਲਗਾਉਂਦਾ ਸੀ। ਅਤੇ ਜਦੋਂ ਮੰਨ ਕੇ ਚੱਲੋ ਕਿ ਇਹ ਮੈਚ ਖੇਡਿਆ ਅਤੇ ਇੱਕ ਮੈਚ ਇਹ ਵਧੀਆ ਖੇਡਿਆ ਅਤੇ ਇਹਨੇ ਪੂਰੇ ਵਧੀਆ ਜੱਫੇ ਪਾਏ ਆ, ਅਤੇ ਦੂਜੇ ਮੈਚ 'ਚ ਪਤਾ ਨਹੀਂ ਕੀ ਚੱਕਰ ਹੋਇਆ ਇਹਦੇ ਦੂਜੇ ਮੈਚ 'ਚ ਸੱਟ ਲੱਗ ਜਾਂਦੀ ਆ ਅਤੇ ਇਹਦੇ ਗੋਡੇ 'ਤੇ ਵਾਹਵਾ ਸੱਟ ਲੱਗ ਜਾਂਦੀ ਆ। ਅਤੇ ਉਹ ਤੋਂ ਬਾਅਦ 'ਚ ਨਾ ਇੱਦਾਂ ਹੀ ਗੱਲਾਂ ਬਾਤਾਂ ਚੱਲਣ ਲੱਗ ਪੈਂਦੀਆਂ, ਸੱਟ ਲੱਗ ਜਾਂਦੀ। ਇਹ ਮਾੜਾ ਖੇਡਦਾ ਉੱਥੇ, ਥੋੜ੍ਹਾ ਮਾੜਾ ਖੇਡਦਾ ਅਤੇ ਉਹ 11 ਲੱਖ ਰੁਪਈਏ 'ਚੋਂ 3 ਲੱਖ ਰੁਪਈਆ ਇਹਨੂੰ ਪਹਿਲਾਂ ਐਡਵਾਂਸ ਦੇ ਦਿੰਦੇ ਆ 3 ਲੱਖ ਰੁਪਈਆ, ਅਤੇ ਬਾਕੀ 9 ਲੱਖ ਰੁਪਈਆ 9 ਲੱਖ ਰੁਪਈਆ ਰਹਿ ਜਾਂਦਾ ਨਾ, ਬਾਕੀ 9 ਲੱਖ ਰੁਪਈਆ ਦਾ ਰਹਿ ਜਾਂਦਾ ਲੈਣ ਵਾਲਾ, ਅਤੇ 3 ਲੱਖ ਰੁਪਈਆ ਦੇ ਦਿੰਦੇ ਐਡਵਾਂਸ ਅਤੇ 9 ਲੱਖ ਰਹਿ ਜਾਂਦਾ। ਅਤੇ 9 ਲੱਖ ਉਹ ਕਹਿੰਦੇ ਆ ਕਿ ਇਹਦੇ ਸੱਟ ਲੱਗ ਗਈ ਆ ਅਤੇ ਇਹ ਮੈਚ ਮਾੜੇ ਖੇਡਿਆ ਵਾ, ਅਤੇ ਉਸ ਹਿਸਾਬ ਨਾਲ ਸਾਡੇ ਨਾਲ ਗੱਲ ਕਰ ਲਈ ਵੀ ਜਿੰਨੇ ਪੈਸੇ ਇਹਦੇ ਬਣਦੇ ਆ 8 ਲੱਖ ਰਹਿੰਦਾ 8 ਲੱਖ ਰਹਿ ਜਾਂਦਾ ਅਤੇ ਜਿੰਨੇ ਪੈਸੇ ਬਣਦੇ ਸਾਡੇ ਨਾਲ ਲੈ ਲਏ। ਅਤੇ ਇਹ ਜਦੋਂ ਇੰਡੀਆ ਵਾਪਸ ਆ ਜਾਂਦਾ ਅਤੇ ਇਹ ਮੈਨੂੰ ਕਹਿੰਦਾ ਭਲਵਾਨ ਜੀ ਉਹ ਮੇਰੇ ਪੈਸੇ ਨਹੀਂ ਦਿੰਦੇ। ਮੈਂ ਕਿਹੜੀ ਗੱਲੋਂ ਨਹੀਂ ਪੈਸੇ ਦਿੰਦੇ, ਦੇਣਗੇ ਪੈਸੇ। ਕਹਿੰਦਾ ਉਹ ਕਹਿੰਦੇ ਆ ਕਿ ਸੱਟ ਤੇਰੇ ਇੰਡੀਆ ਤੋਂ ਲੱਗੀ। ਅਸੀਂ ਆਪਸ 'ਚ ਗੱਲਾਂ ਕਰਦੇ ਹਾਂ, ਮੈਂ ਮਾਮਾ ਉਹ ਕੰਮ ਹੋ ਗਿਆ ਨਾ ਜਦੋਂ ਮੈਂ ਤੈਨੂੰ ਕਹਿੰਦਾ ਨਾ ਲਾਤ ਆਪਦੀ ਸਹੀ ਕਰ, ਤੂੰ ਅਜੇ ਕੈਨੇਡਾ ਦੀ ਕਬੱਡੀ ਵੇਖੀ ਨਹੀਂ ਕਿ ਕੈਨੇਡਾ ਦੀ ਕਬੱਡੀ ਅਕਸਰ ਹੈਗੀ ਕੀ ਆ, ਅਤੇ ਤੂੰ ਨਾ ਇੱਥੇ ਮਿਹਨਤ ਕਰਦਾ, ਕਦੀ ਗੱਡੀ ਫੜਦਾ ਐਨੂੰ ਕਦੀ ਗੱਡੀ ਫੜਦਾ ਐਨੂੰ, ਅਤੇ ਗਾੜੀਆਂ ਮੈਨੂੰ ਕਹਿੰਦਾ ਭਲਵਾਨਾ ਮੈਂ ਪੁੱਛਦਾ ਤੇਰੇ ਤੋਂ ਕੀ ਆ ਗਾੜੀ, ਤੂੰ ਮਿਹਨਤ ਵਾੜ ਲਿਆ ਘਰ ਵਿੱਚ ਮੈਨੂੰ ਕਹਿੰਦਾ। ਮੈਂ ਫਿਰ ਚੁੱਪ ਕਰ ਗਿਆ, ਮੈਂ ਚਲੋ ਠੀਕ ਹੈ। ਇੱਥੋਂ ਤੱਕ ਕਿ ਮੇਰਾ ਸੁਭਾਅ ਬਰਦਾਸ਼ਤ ਕਰਨ ਵਾਲਾ ਨਹੀਂ ਹੀ ਹੈਗਾ, ਮੈਂ ਫਿਰ ਵੀ ਇਸ ਬੰਦੇ ਨੂੰ ਪਿਆਰ ਕਰਕੇ ਬਰਦਾਸ਼ਤ ਕੀਤਾ, ਮੈਂ ਆਪਦਾ ਸੁਭਾਅ ਚੇਂਜ ਕਰ ਲਿਆ ਇਹਦੇ ਕਰਕੇ, ਇਹ ਬੰਦੇ ਕਰਕੇ, ਨਹੀਂ ਤਾਂ ਮੈਂ ਕਦੀ ਕਿਸੇ ਬੰਦੇ ਦੇ ਥੱਲੇ ਨਹੀਂ ਲੱਗਦਾ ਅਤੇ ਨਾ ਹੀ ਮਹਾਰਾਜ ਕਿਸੇ ਦੇ ਥੱਲੇ ਲਾਵੇ, ਨਾ ਮੈਂ ਅਜੇ ਤੱਕ ਲੱਗਾਂ, ਪਰ ਇਹਦੇ ਬੰਦੇ ਦਾ ਕਰਕੇ ਜਿੱਦਾਂ ਇਹ ਕਹਿੰਦਾ ਸੀ ਮੈਂ ਆਪਦਾ ਸੁਭਾਅ ਉੱਦਾਂ ਹੀ ਕਰ ਲੈਂਦਾ। ਇਹਨੇ ਮੈਨੂੰ ਇਹ ਗੱਲ ਕਹੀ ਆ ਕਿ ਉਹ ਪੈਸੇ ਨਹੀਂ ਦਿੰਦੇ, ਮੈਂ ਕੋਈ ਨਹੀਂ ਆਪਾਂ ਗੱਲ ਕਰਾਂਗੇ ਨਾ। ਇੱਦਾਂ ਹੀ ਅਸੀਂ ਮੈਚ ਖੇਡ ਕੇ ਆਉਂਦੇ ਹਾਂ ਅਤੇ ਇਹਨੇ ਗੱਲ ਕੀਤੀ, ਉਹਨਾਂ ਨੂੰ ਫੋਨ ਲਾ ਲਿਆ ਅਤੇ ਮੈਂ ਵੀ ਗੱਲ ਕੀਤੀ, ਕਾਲੇ ਹੰਸ ਨਾਲ ਗੱਲ ਹੋਈ, ਵਿੱਚ ਹੋਰ ਵੀਰ ਹੀ ਉਹਦਾ ਨਾਂ ਦਾ ਨਹੀਂ ਪਤਾ, ਲੱਕੀ ਵੀ ਵਿੱਚ ਹੀ, ਇੱਦਾਂ ਗੱਲਾਂ ਚੱਲਣ ਲੱਗ ਪਈਆਂ। ਮੈਂ ਭਾਅ ਜੀ ਜੇ ਇਹਦੇ ਸੱਟ ਲੱਗ ਗਈ ਸੀ ਇੱਕ ਮੈਚ ਇਹਨੂੰ ਰੈਸਟ ਦੇ ਦਿਓ ਅਤੇ ਅਗਲੇ ਮੈਚ 'ਚ ਸੈੱਟ ਹੋ ਕੇ ਖੇਡਦਾ, ਇੱਕ ਮੈਚ 'ਤੇ ਇਹਨੂੰ ਰੈਸਟ ਦੇ ਦਿੰਦੇ ਹੋ। ਕਹਿੰਦੇ ਨਹੀਂ ਗੋਪੀ ਇਹ ਜਦੋਂ ਇੰਡੀਆ ਤੋਂ ਆਇਆ ਉਦੋਂ ਹੀ ਸੱਟ ਹੀ ਇਹਦੇ। ਮੈਂ ਭਾਅ ਜੀ ਉਦੋਂ ਤਾਂ ਲੱਤ 'ਤੇ ਸੱਟ ਹੀ ਇਹਦੇ, ਹੁਣ ਤਾਂ ਗੋਡੇ 'ਤੇ ਲੱਗੀ ਆ, ਗੋਡੇ ਵਾਲੀ 'ਤੇ ਇਹਨੂੰ ਰੈਸਟ ਦੇ ਦਿੰਦੇ ਹੋ। ਕਹਿੰਦੇ ਮੈਂ ਕਿਹਾ ਵੀ ਤੂੰ ਦੱਸ ਤੂੰ ਰੈਸਟ ਕਿਉਂ ਨਹੀਂ ਮੰਗੀ? ਕਹਿੰਦਾ ਮੈਂ ਰੈਸਟ ਮੰਗੀ ਸੀ, ਮੈਨੂੰ ਫਲਾਨੇ ਬੰਦੇ ਨੇ ਰੈਸਟ ਨਹੀਂ ਕਰਨ ਦਿੱਤੀ। ਇਹਨੇ ਮੈਂ ਇਹਨੇ ਕਿਹਾ ਵੀ ਇਹਨੇ ਨਾਂ ਲਿਆ ਉਹਨਾਂ ਕਾਨਫਰੰਸ 'ਚ ਉਹਨੂੰ ਲੈ ਲਿਆ ਵਿੱਚ, ਉਸ ਬੰਦੇ ਨੂੰ ਪਾ ਲਿਆ ਵਿੱਚ। ਉਹ ਬੰਦੇ ਨੇ ਇਹ ਗੱਲ ਕਿਹਾ ਕਿ ਮੈਂ ਇਹਨੂੰ ਵੈਸੇ ਕਿਹਾ ਸੀ ਕਿ ਤੂੰ ਮਾੜਾ ਜਿਹਾ ਖੇਡ ਕੇ ਵੇ, ਜੇ ਠੀਕ ਹੋਊਗਾ ਤਾਂ ਖੇਡ ਲੱਗ ਲਾ। ਕਹਿੰਦਾ
ਇੰਨੀ ਗੱਲ ਕਹੀ ਹੈ ਤੇ ਇਹਨੇ ਉਸੇ ਵੇਲੇ ਕੱਪੜੇ ਲਾ ਲਏ ਤੇ ਵਿੱਚ ਚਲ ਗਿਆ। ਕਹਿੰਦਾ ਇਹਨੇ ਮੈਨੂੰ ਨਹੀਂ ਕਿਹਾ ਕਿ ਮੇਰੇ ਸੱਟ ਆ, ਕਹਿੰਦਾ ਚਲ ਗਿਆ ਵਿੱਚ। ਇਹ ਗਾੜੀਓ ਕਹਿੰਦਾ ਕਿ ਨਹੀਂ ਮੈਂ ਤੈਨੂੰ ਇੱਦਾਂ ਨਹੀਂ ਕਿਹਾ, ਮੈਂ ਤੈਨੂੰ ਇਹ ਗੱਲ ਕਹੀ ਸੀ ਮੇਰੇ ਸੱਟ ਆ, ਮੈਂ ਨਹੀਂ ਖੇਡਣਾ। ਉਹ ਕਹੀ ਜਾਵੇ ਨਹੀਂ ਪ੍ਰੀਤ ਤੂੰ ਮੈਨੂੰ ਇੱਦਾਂ ਨਹੀਂ ਕਿਹਾ, ਤੂੰ ਇੱਦਾਂ ਕਿਹਾ, ਤੂੰ ਇੱਦਾਂ ਕਿਹਾ, ਇੱਦਾਂ ਬਹਿਸਬਾਜ਼ੀ ਹੋ ਗਈ। ਫਿਰ ਇਹਨੇ ਪ੍ਰੀਤ ਨੇ ਉੱਥੇ ਇਹਨੂੰ ਜਿਸ ਤਰ੍ਹਾਂ ਨਿਆਣੇ ਵਾਲੀਆਂ ਗੱਲਾਂ, ਨਿਆਣਾ ਨਹੀਂ ਕਰਦਾ, ਇਹਨੇ ਨਿਆਣੇ ਵਾਲੀਆਂ ਗੱਲਾਂ ਉਹਨੂੰ ਕਹੀਆਂ ਵਾ ਵੀ ਤੂੰ ਆਪਦੇ ਮੁੰਡੇ ਦੀ ਸਹੁੰ ਖਾ, ਕਿ ਇਹ ਗੱਲ ਮੈਨੂੰ ਤੂੰ ਕਹੀ ਆ ਕਿ ਨਹੀਂ ਕਹੀ। ਉਹ ਫਿਰ ਜਦੋਂ ਸਹੁੰ 'ਤੇ ਗੱਲ ਆ ਗਈ ਤਾਂ ਅਗਲਾ ਮੁੰਡੇ 'ਤੇ ਆ ਕੇ, ਕੋਈ ਮੁੰਡੇ ਦੀ ਸਹੁੰ 'ਤੇ ਨਾਲ ਕਰੋੜ ਬੰਦਾ, ਤਾਂ ਮੈਂ ਤਾਂ ਪੁੱਤ ਦੀ ਤਾਂ ਸਹੁੰ ਕੋਈ ਖਾਂਦਾ ਨਹੀਂ, ਭਾਵੇਂ ਆਪਣਾ ਆਪ ਦੇਣ 'ਤੇ ਆ ਜੇ ਬੰਦਾ, ਸਹੁੰ ਕੌਣ ਖਾਊ ਪੁੱਤ ਦੀ। ਉਹ ਥੋੜ੍ਹਾ ਜਿਹਾ ਹੈਪਰ ਹੋਣ ਲੱਗਾ ਅਤੇ ਮੈਂ ਇਹਦੇ ਤੋਂ ਇਕੱਲੇ ਤੋਂ ਫੋਨ ਫੜ ਕੇ ਗੱਡੀ 'ਚ ਉੱਤਰ ਕੇ ਮੈਂ ਸਾਈਡ 'ਤੇ ਚੱਲ ਗਿਆ। ਮੈਂ ਕੋਈ ਗੱਲ ਨਹੀਂ ਭਾਜੀ, ਕੋਈ ਗੱਲ ਨਹੀਂ, ਮੈਂ ਇੱਦਾਂ ਗੱਲਾਂ ਕੀਤੀਆਂ। ਅਤੇ ਕਾਲੇ ਹੰਸ ਨੇ ਫਿਰ ਮੈਨੂੰ ਇਹ ਗੱਲ ਕਹੀ ਆ, ਗੋਪੀ ਜਿੱਦਾਂ ਤੂੰ ਕਹਿੰਦਾ ਤੂੰ ਦੱਸ, ਅਸੀਂ ਦਈਏ ਕੀ, ਅਸੀਂ ਵੀ ਕਲੱਬ ਨੂੰ ਹਿਸਾਬ ਦੇਣਾ ਵਾ, ਸਾਰਾ ਕੁਝ ਕਰਨਾ ਵਾ, ਤੂੰ ਦੱਸ ਅਸੀਂ ਪੈਸੇ ਕਿੱਦਾਂ ਦਈਏ। 3 ਲੱਖ ਰੁਪਏ ਤਾਂ ਦੇ ਤਾ, 3 ਲੱਖ ਦਾ ਇਹਨੇ ਕੰਮ ਕੀਤਾ, 3 ਲੱਖ ਰੁਪਈਆ ਅਸੀਂ ਦੇ ਤਾ ਇਹਨੂੰ, ਬਾਕੀ ਕਿੱਥੋਂ ਦੇ ਦਈਏ, ਜੇ ਇੱਥੇ ਆ ਕੇ ਸੱਟ ਲੱਗੀ ਹੋਵੇ ਤਾਂ ਅਸੀਂ ਦੇ ਦਈਏ, ਇਹਦੇ ਇੰਡੀਆ 'ਤੇ ਸੱਟ ਲੱਗੀ ਆ। ਅੱਛਾ ਠੀਕ ਆ, ਇਹ ਮੈਨੂੰ ਟੋਰਚਰ ਕਰਦਾ ਰਿਹਾ, ਆਪਾਂ ਉਹਨਾਂ ਦੇ ਬਰਖਿਲਾਫ ਵੀਡੀਓ ਬਣਾ ਕੇ ਪਾਈਏ ਕਿ ਮੈਟਰੋ ਕਲੱਬ ਪੈਸੇ ਮਾਰਦੀ ਹੈ। ਮੈਂ ਕਿਹਾ ਭਰਾਵਾ ਮੈਂ ਫਸ ਗਿਆ, ਫਸਿਆ ਕੀ ਮੈਂ ਵਿੱਚ, ਇੱਕ ਇਹਦੇ ਪੈਸੇ ਵੱਧ ਕਰਾਉਣ 'ਚ ਕੀ ਗੱਲ। ਪ੍ਰੀਤ ਵਧੀਆ ਖੇਡ ਕੇ ਆਉਂਦਾ, 11 ਲੱਖ ਰੁਪਈਆ ਲੈਂਦਾ ਉਹਨੇ ਮੈਨੂੰ ਵਿੱਚੋਂ, 2-3 ਲੱਖ ਦੇਣਾ ਸੀ, ਮੈਂ ਖਾਣਾ ਸੀ ਵਿੱਚੋਂ, ਮੈਨੂੰ ਦੱਸੋ ਵੀ ਮੈਂ ਖਾਣਾ ਸੀ ਵਿੱਚੋਂ ਪੈਸੇ, ਜੇ ਖੇਡ ਕੇ ਵਧੀਆ ਆਉਂਦਾ ਮੈਨੂੰ ਦੇ ਦੇਣੇ ਸੀ ਇਹਨੇ ਪੈਸੇ। ਨਹੀਂ ਮੈਂ ਬੁਰਾ ਤਾਂ ਬਣ ਗਿਆ, ਵਿੱਚ ਇਹਦੀ ਗੱਲ ਕਰਾ ਗਈ। ਠੀਕ ਆ, ਉਹ ਗੱਲ ਹੋ ਗਈ ਆ, ਓਕੇ ਆ। ਉਹਨਾਂ ਨੇ ਬਹਿਸਬਾਜ਼ੀ ਰੱਖੀ, ਉਹਨਾਂ ਮੁੱਕਦੀ ਗੱਲ ਇਹ ਕਿ ਉਹ ਕਹਿੰਦੇ ਉਹਨਾਂ ਦੇ ਹੱਥ ਖੜੇ ਕਿ ਅਸੀਂ ਪੈਸੇ ਨਹੀਂ ਦੇਣੇ, ਇਹ ਵਧੀਆ ਨਹੀਂ ਖੇਡਿਆ। ਠੀਕ ਆ, ਇਹਦੇ ਮਨ ਦੇ ਵਿੱਚ ਵੀ ਜਿਸ ਤਰ੍ਹਾਂ ਕਿਤੇ ਨਾ ਕਿਤੇ ਮੈਨੂੰ ਲੈ ਕੇ ਈਗੋ ਪਾਉਣਾ ਕਿ ਭਲਵਾਨ ਨੇ ਪੈਸੇ ਨਹੀਂ ਦਵਾਏ, ਯਾਰ ਭਲਵਾਨ ਕਿੱਦਾਂ ਪੈਸੇ ਦਵਾਏ। ਹੁਣ ਕਲੱਬਾਂ ਦੇ ਕੰਮ ਭਲਵਾਨ 'ਤੇ ਬੈਨ ਲੱਗਾ, ਭਲਵਾਨ 5-6 ਸਾਲ ਹੋ ਗਏ, ਆਪ ਨਹੀਂ ਭਲਵਾਨ ਬਾਹਰ ਗਿਆ, ਭਲਵਾਨ ਕਿੱਥੋਂ ਪੈਸੇ ਦਵਾਵੇ। ਅੱਛਾ ਫਿਰ ਗੱਲ ਮੁੱਕ ਜਾਂਦੀ ਆ, ਫਿਰ ਗੱਲ ਸ਼ੁਰੂ ਹੋ ਜਾਂਦੀ ਆ, ਇਹ ਇੰਡੀਆ ਆ ਜਾਂਦਾ, ਫਿਰ ਉੱਧਰੋਂ ਬਾਹਰੋਂ ਵੀ ਇਹ 23 ਦਾ ਮੈਚ ਖੇਡ ਕੇ ਵੀ ਇੰਡੀਆ ਆਉਂਦਾ, ਇੰਡੀਆ ਆਉਂਦਾ ਜਦੋਂ ਵੇਖੋ, ਫਿਰ ਵੀ ਜਿੰਨਾ ਸਰਦਾ ਬਣਦਾ ਮੈਂ ਜਿੰਨੀ ਜੋਗਾ ਹੈਗਾ, ਇੰਡੀਆ ਆਉਂਦਾ ਮੈਂ ਇਹਨੂੰ ਜਿੱਤਿਆ ਹੋਇਆ, ਮੈਂ ਜਿੱਤ ਕੇ ਆਉਣਾ, ਮੈਂ ਇਹਨੂੰ ਕੈਂਠਾ ਪਾਉਣਾ ਗੱਲ 'ਚ, ਬਾਹਰੋਂ ਆਏ ਨੂੰ ਕੈਂਠਾ ਪਾਉਣਾ ਇਹਦੇ ਗੱਲ 'ਚ ਮੈਂ, ਵੀ ਮੇਰਾ ਭਰਾ ਮੇਰਾ ਬਾਹਰੋਂ ਖੇਡ ਕੇ ਆਇਆ, ਮੈਨੂੰ ਕੈਂਠਾ ਪਾਉਣਾ, ਆਪਦਾ ਜਿੱਤੀ ਹੋਈ ਚੀਜ਼ ਇਹਦੇ ਗੱਲ 'ਚ ਪਾਈ ਆ ਮੈਂ। ਠੀਕ ਆ, ਫਿਰ ਮੈਂ ਇਹਦੇ ਨਾਲ ਹਾਸੇ ਠੱਠੇ ਵਾਲੀਆਂ ਗੱਲਾਂ ਕਰਦਾ ਗੱਡੀ 'ਚ ਬਹਿ ਕੇ, ਮੈਂ ਕਿਹਾ ਪਿਛਲੇ ਸਾਲ ਗਿਆ ਹਾਂ ਅਤੇ ਤੂੰ ਮੇਰੇ ਹੱਥ 'ਤੇ ਕੱਖ ਨਹੀਂ ਲਿਆਂਦਾ, ਐਰਕੀ ਕੀ ਲੈ ਕੇ ਆਇਆ, ਐਰਕੀ ਬਹਾਨਾ ਲਾ ਕੀ ਲੈ ਕੇ ਆਇਆ, ਉਸਤਾਦ ਵਾਸਤੇ ਹੱਸਣ ਲੱਗ ਪਿਆ। ਉਹ ਨਹੀਂ ਨਹੀਂ ਮੈਨੂੰ ਨਾ ਛੇਤੀ ਛੇਤੀ ਮੇਰੀ ਟਿਕਟ ਹੋ ਗਈ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਇੱਦਾਂ ਉੱਦਾਂ। ਇੱਥੋਂ ਤੱਕ ਕਿ ਜਵਾਕਾਂ ਦੇ, ਆਪਦੇ ਰਿਸ਼ਤੇਦਾਰਾਂ ਦੇ, ਆਪਦੇ ਪ੍ਰਾਹੁਣੇ ਦੇ, ਸਾਰਿਆਂ ਦੇ ਲੀੜੇ ਆਏ, ਮੇਰਾ ਕੱਖ ਨਹੀਂ ਆਇਆ, ਕਿਉਂਕਿ ਕਿਰਪਾ ਵਾ ਵਾਹਿਗੁਰੂ ਦੀ। ਪਰ ਇੱਕ ਪਿਆਰ ਹੁੰਦਾ ਨਾ ਜਿੱਥੇ ਖਿੱਚ ਹੁੰਦੀ ਆ, ਤੂੰ ਮੈਨੂੰ ਮਿੱਟੀ ਦੀ ਚੂੰਡੀ ਵੀ ਦੇ ਦਿੰਦਾ ਨਾ, ਕਿਹਨੂੰ ਲੈ ਭਰਾ ਭਲਵਾਨਾ ਤੇਰੇ ਹੱਥੇ ਆਹ ਲੈ ਕੇ ਆਇਆ ਅਤੇ ਸਿਰ ਨੂੰ ਲਾ ਲੈਣੀ ਮੈਂ, ਉਹ ਮੇਰਾ ਦਿਲ ਜਾਣਦਾ ਤੂੰ ਮੇਰੇ ਹੱਥੇ ਕੱਖ ਨਹੀਂ ਲੈ ਕੇ ਆਇਆ। ਠੀਕ ਹੈ, ਚਲੋ ਫਿਰ ਉਹ ਵੀ ਗੱਲਾਂ 'ਤੇ ਮਿੱਟੀ ਪਾਓ, ਕੋਈ ਗੱਲ ਨਹੀਂ, ਫਿਰ ਕੀ ਆ, ਤੂੰ ਨਿਆਣਾ ਵਾ, ਅਸੀਂ ਨਿਆਣਾ ਕਰਕੇ ਫਿਰ ਤੈਨੂੰ ਮਾਫ਼ ਕਰ ਦਿੰਦੇ, ਕੋਈ ਗੱਲ ਨਹੀਂ ਨਿਆਣਾ ਵਾ।
ਫਿਰ ਗੱਲ ਘੁੰਮ ਘੁਮਾ ਕੇ ਆਉਂਦੀ ਆ ਤੇਰੇ ਲੱਗ ਇੱਥੇ ਲੱਗੀ ਰਹਿੰਦੀ ਆ ਸੱਟ। ਮੈਂ ਤਾਂ ਤੈਨੂੰ ਇਹ ਗੱਲ ਕਹਿੰਦਾ ਪੁੱਤ, ਤੇਰੇ ਪਤਾ ਨਹੀਂ ਕਿਹੜੇ ਮੈਚ ਸੱਟ ਲੱਗਦੀ ਆ ਲੱਤ 'ਤੇ, ਆ ਕੇ ਤੂੰ ਰੈਸਟ ਕਰਦਾ ਠੀਕ ਹੁੰਦਾ, ਫਿਰ ਤੇਰੇ ਆ ਕੇ ਸੱਟ ਲੱਗ ਜਾਂਦੀ ਆ। ਮੈਂ ਕਿਹਾ ਪ੍ਰੀਤ ਤੈਨੂੰ ਓਨਾ ਚਿਰ ਨਹੀਂ ਕਢਾਉਣਾ ਜਿੰਨਾ ਚਿਰ ਮੈਂ ਨਾ ਤੈਨੂੰ ਕਿਹਾ ਇੱਥੇ ਪਲਸਤਰ ਲਵਾ ਦੇ। ਤੂੰ ਪਲਸਤਰ ਲਵਾ ਕੇ ਲਿਆਇਆ ਵਾਂ, ਇੱਧਰੋਂ ਲਵਾਇਆ ਪਲਸਤਰ, ਘਰੇ ਆਇਆ ਮੇਰੇ ਭਲਵਾਨ ਜੀ ਖੁਰਕ ਹੁੰਦੀ ਹੈ ਅਤੇ ਪਲਸਤਰ ਵੱਢ ਲਿਆ। ਮੈਂ ਤੈਨੂੰ ਫਿਰ ਗਾਲਾਂ ਕੱਢੀਆਂ, ਤੂੰ ਮੇਰੀ ਫਿਰ ਨਹੀਂ ਮੰਨੀ, ਪੰਜਾਂ ਸੱਤਾਂ ਦਿਨਾਂ ਬਾਅਦ ਅਤੇ ਫਿਰ ਤੂੰ ਮੈਨੂੰ ਐਂ ਲੱਤ ਮਾਰ ਮਾਰ ਥੱਲੇ ਦਿਖਾਉਣਾ, ਭਲਵਾਨ ਜੀ ਸਹੀ ਆ, ਕੋਈ ਗੱਲ ਹੀ ਨਹੀਂ ਹੈ, ਖੇਡੂੰਗਾ ਮੈਂ, ਕੋਈ ਗੱਲ ਹੀ ਨਹੀਂ ਹੈ, ਇਹ ਤਾਂ ਸਹੀ ਹੋ ਗਈ ਹੈ, ਇਹ ਤਾਂ ਬੈਠਕਾਂ ਮਾਰ ਮਾਰ ਮੈਨੂੰ ਦਿਖਾਵੇ। ਮੈਂ ਪ੍ਰੀਤ ਵੇਖ ਲਾ ਤੇਰਾ ਹਿਸਾਬ ਹੈ, ਸਹੀ ਹੋਊਗੀ ਕੋਈ ਗੱਲ ਨਹੀਂ। ਕਲਸੀ ਨੇ ਮੈਚ ਕਿਹਾ, ਪਤਾ ਨਹੀਂ ਕਲਸੀ ਨੇ ਮੈਚ ਕਿਹਾ ਉਹਦੇ ਪਿੰਡ ਬੂਟੇ ਉਮਰੇ ਨੰਗੇਲ ਦੇ ਪਿੰਡ 'ਤੇ, ਮੈਨੂੰ ਵੀ ਕਿਹਾ ਅਸੀਂ ਚੱਲ ਗਏ ਅਤੇ ਉੱਥੇ ਜਾਫੀ ਜ਼ਿਆਦੇ ਅਤੇ ਫਾਈਨਲ ਮੈਚ ਮੈਂ ਖੇਡਿਆ ਨਾ ਅਤੇ ਫਾਈਨਲ ਮੈਚ ਇਹ ਖੇਡਣ ਲੱਗ ਪਿਆ, ਇੱਥੇ ਇਹਦੇ ਉੱਥੇ ਜਾ ਕੇ ਜ਼ਿਆਦੀ ਸੱਟ ਲੱਗ ਗਈ ਗੁੱਟ ਲੱਤ 'ਤੇ, ਮੁੜ ਗਈ ਲੱਤ 'ਤੇ, ਲੱਤ ਹੋ ਗਈ ਫ੍ਰੈਕਚਰ, ਜ਼ਿਆਦੀ ਇੱਥੋਂ ਤੇੜ ਪੈ ਗਈ। ਅਤੇ ਚਲੋ ਫਿਰ ਮੈਂ ਕੋਈ ਗੱਲ ਨਹੀਂ ਹੋ ਜੂਗੀ ਠੀਕ, ਕੋਈ ਗੱਲ ਨਹੀਂ ਰੈਸਟ ਕਰਾਂਗੇ। ਉਹ ਤੋਂ ਬਾਅਦ 'ਚ ਮੈਂ ਕਿਹਾ ਪੁੱਤ ਇੱਥੇ ਨਾ ਪਲਸਤਰ ਲਵਾ ਦਈਏ ਆਪਾਂ, ਫਿਰ ਛੇਤੀ ਸਹੀ ਹੋਊਗੀ। ਨਹੀਂ ਭਲਵਾਨ ਜੀ ਪਲਸਤਰ ਨਾਲ ਤਾਂ ਖੁਰਕ ਵੜੀ ਹੁੰਦੀ, ਖੁਰਕ ਵੜੀ ਹੁੰਦੀ, ਧੱਕੇ ਧੁੱਕੇ ਨਾਲ ਫਿਰ ਮੈਂ ਪਲਸਤਰ ਲਵਾ ਹੀ ਦਿੱਤਾ, ਵੀ ਮੈਨੂੰ ਪਤਾ ਸੀ ਯਾਰ ਨਿਆਣਾ ਵਾ, ਕੁਆਲਿਟੀ ਬੜੀ ਇਹਦੇ 'ਚ ਬਣ ਜੂਗਾ, ਇੱਥੋਂ ਤੱਕ ਮੈਂ ਕਰਦਾ ਰਿਹਾ ਇਹਦੇ ਨਾਲ ਦਿਲੋਂ ਪਿਆਰ। ਪਰ ਇਹਨੇ ਇੱਧਰੋਂ ਪਲਸਤਰ ਲਵਾਇਆ ਅਤੇ ਉਹ ਗੱਲ ਕੀਤੀ, ਫਿਰ ਪਲਸਤਰ ਵੱਢ ਲਿਆ। ਜਾਂਡੀਏ ਨੂੰ ਇੱਕ ਇੱਕ ਗੱਲ ਦਾ ਪਤਾ, ਜਾਂਡੀਏ ਨੂੰ, ਜਾਂਡੀਆ ਇਹ ਚੀਜ਼ ਦਾ ਗਵਾਹ ਵਾ, ਮੈਂ ਕਿ ਇਹਨੂੰ ਸੌਂ ਨਹੀਂ ਖਵਾਉਂਦਾ, ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ। ਉਹ ਆਪਦੇ ਦੀਨ ਮਾਨ ਨਾਲ ਕਹਿ ਦੇ ਕਿ ਭਲਵਾਨ ਇਹਦੇ ਨਾਲ ਦਿਲੋਂ ਪਿਆਰ ਕਰਦਾ ਹੀ ਕਿ ਉੱਤੋਂ ਉੱਤੋਂ ਕਰਦਾ ਹੈ। ਅਕਸਰ ਮੇਰੀਆਂ ਉਹਦੇ ਨਾਲ ਗੱਲਾਂ ਇਹਨੂੰ ਲੈ ਕੇ ਹੁੰਦੀਆਂ ਰਹਿੰਦੀਆਂ ਹੈ। ਪ੍ਰੀਤ ਮੇਰੀ ਗੱਲ ਨਹੀਂ ਸਮਝਦਾ, ਪ੍ਰੀਤ ਨੂੰ ਕਹਿ ਮੇਰੇ ਆਖੇ ਲੱਗ ਜਾ, ਪ੍ਰੀਤ ਮਿਹਨਤ ਕਰ ਲੇ, ਗੋਡ ਗਿਫਟ ਬੜਾ ਰੱਬ ਨੇ ਦਿੱਤਾ ਇਹਨੂੰ, ਇੱਕ ਰਾਂ ਵੇਲਾ ਲੰਘ ਗਿਆ ਹੱਥ ਨਹੀਂ ਆਉਣਾ, ਇਹਨੂੰ ਕਹਿ ਮੇਰੀ ਮੰਨ ਲਾ ਗੱਲ, ਮੰਨ ਲਾ। ਚਲੋ ਉਹ ਗੱਲਾਂ ਛੱਡੋ, ਇਹਨੇ ਨਹੀਂ ਮੰਨੀ ਮੇਰੀ। ਜਿਹੜਾ ਕੰਮ ਸੱਟ ਵਾਲਾ ਡੇਢ ਦੋਵਾਂ ਮਹੀਨਿਆਂ ਦਾ ਸੀ, ਉਸ ਚੀਜ਼ ਨੂੰ ਇਹ 6 ਮਹੀਨੇ ਲੈ ਕੇ ਤੁਰਿਆ ਕਰਦਾ ਰਿਹਾ, ਇਹਨੇ ਮੇਰੀ ਆਖੀ ਨਹੀਂ ਮੰਨੀ। ਇੱਕ ਉਸਤਾਦ ਹੋਵੇ ਉਹਦੀ ਕੋਈ ਆਖੀ ਨਾ ਮੰਨੇ, ਉਸਤਾਦ ਤਾਂ ਮੈਂ ਹੈਗਾ ਹੀ ਨਹੀਂ, ਉਹ ਇੱਕ ਲੋਕ ਵਿਖਾਵਾ ਉਸਤਾਦ ਸੀ ਜਿਹੜੇ ਕਮੈਂਟਰੀ ਵਾਲੇ ਬੋਲਦੇ, ਜਿਹੜਾ ਲੋਕਾਂ ਨੂੰ ਕਹਿੰਦਾ ਸੀ ਨਾ ਕਿ ਭਲਵਾਨ ਮੈਨੂੰ ਜਾਣ ਕੇ ਬੁਲਾਉਂਦਾ ਸੀ, ਉਸਤਾਦ ਕਹਿ ਭਲਵਾਨ ਨੂੰ ਭੁੱਖ ਸੀ ਇਹ ਚੀਜ਼ ਦੀ। ਹੁਣ ਮੇਰੇ ਨਾਲ ਕਿੰਨੇ ਮੁੰਡੇ ਖੇਡਦੇ ਆ, ਤੇਜ਼ ਹੁਣੀ ਖੇਡਦੇ ਆ, ਸੁੱਖ ਹੁਣੀ ਖੇਡਦੇ ਆ, ਇਹਨਾਂ ਨੂੰ ਨਹੀਂ ਮੈਂ ਕਹਿ ਦਿੰਦਾ ਕਿ ਮੈਂ ਤੁਹਾਡਾ ਚਿਲ, ਮੈਂ ਗੁਰੂ ਹਾਂ ਤੁਹਾਡਾ, ਉਹ ਖੋਤਿਆ ਗੁਰੂ, ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਕਰਕੇ ਤੈਨੂੰ ਕਹਿੰਦਾ ਕਿ ਮੈਂ ਤੇਰਾ ਗੁਰੂ ਹਾਂ, ਗੁਰੂ ਇੱਦਾਂ ਨਹੀਂ ਆ ਬਣ ਗਿਆ ਤੇਰਾ, ਮੈਂ ਹਵਾ 'ਚ ਪਿਆਰ ਕਰਦਾ ਹਾਂ। ਇਹ ਚੀਜ਼ ਨੂੰ ਤੈਨੂੰ ਅੱਜ ਨਹੀਂ ਪਤਾ ਲੱਗਣਾ, ਕੁਝ ਟਾਈਮ ਪਾ ਕੇ ਪਤਾ ਲੱਗੂਗਾ, ਠੀਕ ਹੈ। ਉਸ ਤੋਂ ਬਾਅਦ ਤੂੰ ਮੇਰੀ ਗੱਲ ਨਹੀਂ ਮੰਨੀ, ਜਿਹੜਾ ਕੰਮ ਮਹੀਨੇ ਦੋਵਾਂ ਮਹੀਨਿਆਂ ਦਾ ਸੀ ਉਸ ਚੀਜ਼ ਨੂੰ 6 ਮਹੀਨੇ ਲੱਗੇ। ਉਸ ਤੋਂ ਬਾਅਦ 'ਚ ਤੂੰ ਮੈਚ 'ਤੇ ਆਉਂਦਾ ਸੀ, ਖੁਦ ਲਾਗੇ ਬਹਿ ਕੇ ਮੇਰੇ ਨਾਲ ਪੈਸੇ ਵੰਡਦਾ ਸੀ, ਉਸ ਚੀਜ਼ ਦੇ ਗਵਾਹ ਕੌਣ ਆ? ਸੁੱਖ ਹੋਣੀ ਗਵਾਹ ਵਾ, ਮੋਟੀ ਹੋਣੀ ਗਵਾਹ ਵਾ, ਸਾਰੇ ਬੰਦੇ ਗਵਾਹ ਵਾ, ਹੈਗੇ ਆ ਕਿ ਨਹੀਂ ਹੈਗੇ, ਤੁਸੀਂ ਨਾਲ ਹੀ ਰਹੇ ਹੈਗੇ ਕਿ ਨਹੀਂ ਹੈਗੇ, ਕੌਣ ਪੈਸੇ ਵੰਡਦਾ? ਮੈਂ ਵੰਡਦਾ ਇਕੱਲਾ, ਮੈਂ ਇਕੱਲਾ। ਚਲੋ ਜੇ 60 ਮਿਲਦਾ ਹੋਊਗਾ, ਚਲੋ ਮੈਂ ਇਕੱਲਾ 60 ਲੈ ਜਾਂਦਾ ਘਰ ਨੂੰ, ਅੱਜ ਜੋ ਮਰਜ਼ੀ ਕਹੀ ਜਾਓ, ਹਨਾ, ਮੈਂ ਇਕੱਲਾ ਥੋੜ੍ਹੀ ਲੈ ਜਾਂਦਾ, ਹਨਾ, ਸਾਰਾ ਕੁਝ ਪ੍ਰੀਤ ਦੇ ਹੱਥ ਵਸ ਹੈਗਾ ਕਿ ਨਹੀਂ ਹੈਗਾ।
2500 ਮਿਲਣਾ ਜਿੱਦਾਂ ਦਾ ਮੈਂ ਫਰੰਦੀਪੁਰ ਚ ਖੇਡਦਾ ਨਾ ਮੈਨੂੰ 4500 4000 5000 ਹਨਾ ਕਦੀ ਨਹੀਂ ਆਪਣਾ ਪੈਸੇ ਘੱਟ ਹੁਣ ਇਹ ਚੀਜ਼ ਕਿ ਪ੍ਰੀਤ ਖੁਦ ਨਾਲ ਮੇਰੇ ਪੈਸੇ ਵੰਡਦਾ ਰਿਹਾ। ਚਲੋ ਪ੍ਰੀਤ ਨੇ ਵੀ ਕਿਹਾ ਕਿ ਮੇਰਾ ਕੋਈ ਭਲਵਾਨ ਪੈਸਿਆਂ ਦਾ ਨਹੀਂ ਹੈਗਾ ਨਾ, ਚਲੋ ਆਪਣਾ ਆਪਾਂ ਅਜੇ ਵੀ ਉਹਨੂੰ ਪਿਆਰ ਕਰਦਾ, ਮੈਂ ਮੇਰਾ ਕੋਈ ਚੱਕਰ ਨਹੀਂ ਉਹਦੇ ਨਾਲ, ਪਿਆਰ ਆ ਮੈਨੂੰ। ਮੈਨੂੰ ਦੁੱਖ ਭਲਾ ਕਿਹੜੀ ਚੀਜ਼ ਦਾ ਲੱਗਾ, ਲੋਕੇ ਮੈਚ ਹੀ ਇਹ 2-3 ਦਿਨ ਮੇਰੇ ਨਾਲ ਗੁੱਸੇ ਰਿਹਾ। ਗੱਲ ਦਾ ਇਹਨੂੰ ਪਤਾ ਲੱਗ ਗਿਆ ਭਿੰਦੇ ਦੇ ਮੁੰਡੇ ਦੇ ਪੈਸਿਆਂ ਵਾਲਾ, ਕਿਉਂਕਿ ਉਸ ਚੀਜ਼ ਦਾ ਮੈਂ ਇੱਥੋਂ ਲੁਕਾ ਰੱਖਿਆ ਸੀ ਕਿ ਮੈਨੂੰ ਪੈਸੇ ਐਬਸਵੋਰਡ ਵਾਲਿਆਂ ਨੇ ਦਿੱਤੇ ਆ। ਅਤੇ ਇਹਦੇ ਮਨ 'ਚ ਗੱਲ ਇਹ ਆ ਗਈ, ਉਹ ਕਿਤੇ ਨਾ ਮੁੰਡਾ ਇੰਡੀਆ ਆ ਵਿਆਹ ਕਰਨ, ਅਤੇ ਉਹਦੇ ਵਿਆਹ ਇਹਨੂੰ ਮੈਂ ਲੈ ਗਿਆ ਭਿੰਦੇ ਦੇ ਮੁੰਡੇ ਦੇ ਪਿੰਡ ਵਾਲੇ ਦੇ, ਮੰਨ ਕੇ ਚੱਲੋ ਵਿਆਹ 'ਚ ਇੱਕ ਦੂਜੇ ਦਾ ਨੰਬਰ ਆ ਗਿਆ, ਪਤਾ ਨਹੀਂ ਕਿੱਦਾਂ ਗੱਲਾਂ ਬਾਤਾਂ ਹੋਈਆਂ। ਕਿਤੇ ਉਹਨੇ ਸਰਸਰੀ ਗੱਲ ਕਰਦੀ ਹੋਊਗੀ ਕਿ ਮੈਂ ਭਲਵਾਨ ਨੂੰ 1,00,000 ਰੁਪਇਆ ਦਿੱਤਾ ਸੀ ਤੇਰੇ ਟਰੈਕਟਰ 'ਚ, ਅਤੇ ਇਹਦੇ ਖੋਤੇ ਦੇ ਮਨ 'ਚ ਆ ਗਿਆ ਯਾਰ ਭਲਵਾਨ 1,00,000 ਰੁਪਇਆ ਮੇਰਾ ਖਾ ਗਿਆ ਕਿਤੇ। ਤੂੰ ਖੋਤਿਆ ਮੇਰੇ ਨਾਲ ਉੱਦਾਂ ਗੱਲ ਕਰ ਦੋ ਭਲਵਾਨ ਜੀ ਕਿ ਉਹ 1,00,000 ਰੁਪਇਆ ਜਿਹੜਾ ਆਇਆ ਸੀ ਉਹ ਤੁਸੀਂ ਮੈਨੂੰ ਨਹੀਂ ਦਿੱਤਾ, ਤੈਨੂੰ ਮੈਂ ਸਮਝਾਉਂਦਾ ਬਹਿ ਕੇ। ਟੀਮਾਂ 'ਚ ਤੇ ਗੁਰੂਆ ਕਈ ਕੁਝ ਕਰਨਾ ਪੈਂਦਾ ਯਾਰ, ਟੀਮਾਂ ਚਲਾਉਣੀਆਂ ਸੌਖੀਆਂ ਕਿਤੇ, ਇੱਧਰ ਦੀ ਉੱਧਰ ਇਕੱਲਾ ਬੰਦਾ ਨਾਲੇ ਤੈਨੂੰ ਮੇਰੀ ਇੱਕ ਨਿੱਕੀ ਨਿੱਕੀ ਗੱਲ ਦਾ ਪਤਾ, ਮੈਂ ਤੇਰਾ ਗੁਰੂਆ 1,00,000 ਰੁਪਇਆ ਹੀ ਖਾਊਂਗਾ। 1,00,000 ਰੁਪਇਆ ਕੋਈ ਚੀਜ਼ ਆ ਯਾਰ, ਦੱਸ ਗੱਲਾਂ ਹੁੰਦੀਆਂ ਨਿੱਕੀਆਂ ਜੀਆਂ ਇੱਧਰ ਦੀਆਂ ਉੱਧਰ ਕਰਨੀਆਂ ਪੈਂਦੀਆਂ, ਟੀਮਾਂ ਚਲਾਉਣੀਆਂ ਬੜੀਆਂ ਔਖੀਆਂ ਵਾ, ਟੀਮਾਂ ਚਲਾਉਣੀਆਂ ਸੌਖੀਆਂ ਕਿਤੇ ਯਾਰ, ਉਹ ਤਾਂ ਮਹਾਰਾਜ ਟੀਮ ਚਲਾਉਂਦਾ ਫਿਰਦਾ। ਚੱਲ ਤੈਨੂੰ ਉਸ ਚੀਜ਼ ਦਾ ਦੁੱਖ ਲੱਗਾ, ਚੱਲ ਮੈਂ ਮੰਨਦਾ, ਮੈਂ ਗਲਤੀ ਵੀ ਮੰਨਦਾ ਇਸ ਚੀਜ਼ ਦੀ, ਤੈਨੂੰ ਦੁੱਖ ਲੱਗਾ ਹੋਊ, ਬੜਾ ਲੱਗਾ ਹੋਊ, ਭਲਵਾਨ ਨੇ ਮੇਰੇ ਤੋਂ ਉੱਲਾ ਰੱਖਿਆ। ਉਹ ਵੀ ਬੰਦੇ ਵੇਖਣਾ ਜਿਹੜੇ ਬੰਦੇ ਕਹਿ ਕੇ ਮੁੱਕਰ ਗਏ, ਭੱਜ ਗਏ ਬੰਦੇ, ਉਹਨਾਂ ਨੂੰ ਫਿਰ ਮੈਂ ਕੀ ਕਰਾਂ, ਫਿਰ 45 ਮੇਰੇ ਇਕੱਲੇ ਦੇ ਗੱਲ ਪੈ ਗਈ, ਠੀਕ ਆ। ਉੱਥੇ ਫਿਰ ਮੈਂ ਲੌਕੇ, ਜਦੋਂ ਤੂੰ ਲੌਕੇ ਆਇਆ ਵਾਂ, ਮੈਨੂੰ ਜਾਂਡੀਏ ਨੇ ਇਹ ਗੱਲ ਕਹੀ ਆ, ਭਲਵਾਨ ਜੀ ਪ੍ਰੀਤ 1,00,000 ਰੁਪਇਆ ਕਰਕੇ ਤੁਹਾਡੇ ਨਾਲ ਗੁੱਸੇ ਆ, ਮੈਂ ਅਤੇ ਤੂੰ ਮੈਨੂੰ ਪ੍ਰੀਤ ਇਹ ਗੱਲ ਕਹੀ ਤੂੰ ਮੇਰਾ 1,00,000 ਰੁਪਇਆ ਖਾ ਗਿਆ, ਮੈਂ ਪੁੱਤ ਤੇਰਾ 1,00,000 ਰੁਪਇਆ ਨਹੀਂ ਖਾਧਾ, ਮੈਂ ਤੈਨੂੰ ਸਾਰਾ ਜਵਾਬ ਮਿਲ ਜਾਣਗੇ, ਮੈਂ ਤੈਨੂੰ ਸਾਰੀ ਕਹਾਣੀ ਉੱਥੇ ਦੱਸਤੀ ਨਾ, ਇੱਦਾਂ ਕਰਕੇ ਵੀ ਆਹ ਗੱਲ ਹੋਈ, ਮੈਨੂੰ ਤੇਰੇ ਟਰੈਕਟਰ ਦਾ ਗੁੱਸਾ ਸੀ, ਤੂੰ ਮੈਨੂੰ ਟਰੈਕਟਰ 'ਤੇ ਨਹੀਂ ਪਾਇਆ, ਮੈਨੂੰ ਵੀ ਦੁੱਖ ਲੱਗਾ, ਇਸ ਕਰਕੇ ਮੈਂ ਤੈਨੂੰ ਪੈਸੇ ਨਹੀਂ ਦਿੱਤੇ। ਕੀ ਗੱਲ, ਮੈਂ ਪੱਥਰ ਦਾ ਬਣਿਆ ਯਾਰ, ਮੈਨੂੰ ਦੁੱਖ ਨਹੀਂ ਲੱਗਦਾ, ਮੈਂ ਲੋਹੇ ਦਾ ਬਣਿਆ ਯਾਰ, ਸਾਰੇ ਬੰਨਿਓ ਮਈਏ ਪੀਸੀ ਜਾਵਾਂ ਵੀ ਮੈਂ ਕਿਤੇ ਪੱਥਰ ਦਾਵੇਂ ਯਾਰ। ਉਸ ਤੋਂ ਬਾਅਦ 'ਚ ਤੂੰ ਮੈਨੂੰ ਸਪਸ਼ਟ ਇਹ ਗੱਲ ਕਹਿ ਗਿਆ, ਫਿਰ ਮੈਂ ਵੇਖ, ਫਿਰ ਮੈਂ ਜਾਂਡੀਏ ਨੂੰ ਇਹ ਗੱਲ ਕਹੀ, ਮੈਂ ਕਿਹਾ ਲੋਕਾਂ ਨੇ ਬਣਾਉਣਾ ਹੀ ਆਪਣਾ ਤਮਾਸ਼ਾ ਇਸ ਚੀਜ਼ ਦਾ, ਕਿ ਜੇ ਤੂੰ ਅੱਜ ਮੈਨੂੰ ਛੱਡ ਕੇ ਗਿਆ 1,00,000 ਰੁਪਇਆ ਕਰਕੇ, ਵੀ ਭਲਵਾਨ ਨੇ ਮੈਨੂੰ ਦੱਸਿਆ ਨਹੀਂ, ਭਲਵਾਨ ਨੇ ਇੱਦਾਂ ਕੀਤਾ, ਮੇਰਾ 1,00,000 ਰੁਪਇਆ ਖਾ ਗਿਆ, ਮੈਂ ਕਿਹਾ ਉਹ ਗੁਰੂ ਘਰ ਸਾਹਮਣੇ ਆ ਲੋਕੇ ਦੀ ਗਰਾਊਂਡ 'ਚ, ਜਾਂਡੀਆ ਇਸ ਚੀਜ਼ ਦਾ ਗਵਾਹ ਵਾ, ਮੈਂ ਕਿਹਾ ਉਹ ਗੁਰੂ ਘਰ ਸਾਹਮਣੇ ਆ, ਜਿਹੜੇ ਗੁਰਦੁਆਰੇ ਕਹੇਗਾ ਮੇਰਾ ਇਕੱਲਾ ਪੁੱਤ ਆ, ਮੇਰਾ ਪਰਿਵਾਰ ਆ, ਮੈਂ ਗੁਰੂ ਘਰ ਲੈ ਕੇ ਆ ਜੂੰਗਾ, ਸਹੁੰ ਖਾ ਲੂੰਗਾ, ਵੀ ਮੈਂ ਤੇਰਾ ਰੁਪਈਆ ਵੀ ਖਾਧਾ। ਤੂੰ ਮੇਰੀ ਗੱਲ ਨਹੀਂ ਮੰਨੀ, ਤੂੰ ਉੱਥੋਂ ਭੱਜ ਆਇਆ ਮੇਰੇ ਨਾਲ ਲੜ ਕੇ, ਭਲਵਾਨਾ ਆਪਦਾ ਬੰਦੋਬਸਤ ਕਰ ਲਈ, ਮੈਂ ਤੇਰੇ ਨਾਲ ਅੱਜ ਤੋਂ ਬਾਅਦ 'ਚ ਨਹੀਂ ਖੇਡਣਾ, ਠੀਕ ਹੈ। ਉਸ ਤੋਂ ਬਾਅਦ 'ਚ ਤੂੰ ਜਾਲ ਬੁਣੀ ਗਿਆ ਜਾਲ, ਚਲੋ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਰਿਪਲਾਈ ਹੁੰਦੇ ਆ, ਸਾਰਾ ਕੁਝ ਹੁੰਦਾ, ਸੱਚਾ ਤੂੰ ਵੀ ਹੋਏਗਾ, ਸੱਚਾ ਮੈਂ ਵੀ ਹਾਂ, ਮੈਂ ਦੱਸ ਤੇਰੇ ਨਾਲ ਕਿਹੜਾ ਐਡਾ ਝੂਠ ਮਾਰਤਾ ਸੀ, ਖਾ ਗਿਆ ਸੀ ਲੋਕਾਂ ਨੂੰ, ਤੂੰ ਕਹੀ ਗਿਆ ਭਲਵਾਨ ਮੇਰਾ 1,00,000 ਰੁਪਇਆ ਖਾ ਗਿਆ, ਭਲਵਾਨ ਮੇਰਾ 1,00,000 ਰੁਪਇਆ ਖਾ ਗਿਆ,
ਯਾਰ ਮੈਂ ਲੱਖ ਰੁਪਈਏ ਨਾ ਖਾ ਕੇ ਸ਼ਾਹੂਕਾਰ ਬਣ ਗਿਆ ਯਾਰ ਤੇਰਾ ਲੱਖ ਰੁਪਈਆ ਖਾ ਕੇ, ਦੱਸ ਮੈਨੂੰ ਤੂੰ ਇਹ ਗੱਲ ਦਾ ਮੈਨੂੰ ਜਵਾਬ ਦੇ ਦੀ। ਜਦੋਂ ਬੰਦੇ ਨੇ ਤੈਨੂੰ ਇਹ ਚੀਜ਼ ਕਹਿ ਤੀ ਖੋਤਿਆ ਕਿ ਮੈਂ ਆਪਦਾ ਪਰਿਵਾਰ ਲੈ ਕੇ ਗੁਰੂ ਘਰ ਆ ਜਾਊਂਗਾ, ਰੌਲਾ ਨਾ ਪਾਈ, ਇਹਨੂੰ ਆਪਾਂ ਗੱਲ ਨੂੰ ਇੱਥੇ ਹੀ ਸਾਂਭ ਲਈਏ, ਈਸ਼ੂ ਬਣ ਜਾਣਾ, ਤੂੰ ਗੱਲ ਕਿਉਂ ਨਹੀਂ ਮੰਨੀ, ਦੱਸ ਮੈਨੂੰ ਤੂੰ ਜੇ ਮੰਨ ਲੈਨੋ ਇੰਨਾ ਰੌਲਾ ਪੈਂਦਾ ਇੱਥੋਂ ਤੱਕ ਆਪਾਂ ਆਉਂਦੇ, ਕਿ ਤੂੰ ਮੇਰੀ ਗੱਲ ਮੰਨ ਦਿਉ। ਗੱਲ ਤਾਂ ਗੁਰੂ ਆ ਲੱਖ ਰੁਪਈਏ ਦੀ, ਲੱਖ ਰੁਪਈਆ ਕੋਈ ਮੰਨ ਕੇ ਚੱਲ ਚੀਜ਼ ਥੋੜ੍ਹੀ ਆ ਆਪਣੇ ਵਾਸਤੇ, ਭੈਣ ਭਰਾਵਾਂ ਗਾੜੀ ਕੋਈ ਲੱਖ ਰੁਪਈਆ ਚੀਜ਼ ਹੈ। ਨਾਲੇ ਮੇਰੀ ਗੱਲ ਸੁਣ, ਜਿਹੜੇ ਸੱਜਣ ਨੂੰ ਆਪਾਂ ਕੋਈ ਆਪਾਂ ਨੂੰ ਉਂਗਲ ਫੜਾਉਂਦਾ ਹੁੰਦਾ, ਮੈਂ ਉਹਦੀ ਬਾਂਹ ਨਹੀਂ ਫੜੀ। ਜੇ ਆਪਾਂ ਨੂੰ ਕੋਈ ਪਿਆਰ ਨਾ ਦੇਣ ਦਿਆ ਕੋਈ ਚੀਜ਼, ਲੱਖ ਰੁਪਈਆ ਦੇਣ ਦਿਆ ਜਾਂ ਇੱਦਾਂ ਦੇਣ ਦਿਆ, ਆਪਾਂ ਉਹਨੂੰ ਖਿੱਚੀ ਜਾਈਏ ਹੋਰ ਚੀਜ਼ਾਂ 'ਤੇ, ਮੇਰੇ ਖੂਨ 'ਚ ਨਹੀਂ ਹੈਗੀਆਂ ਇਹ ਚੀਜ਼ਾਂ। ਖਾਨਦਾਨ ਹੁੰਦੇ ਆ ਬੰਦਿਆਂ ਦੇ, ਠੀਕ ਆ, ਜਿਹੜੀਆਂ ਚੀਜ਼ਾਂ, ਜਿਹੜਾ ਤੂੰ ਕਹਿੰਦਾ ਲੱਖ ਰੁਪਈਆ ਤਾਂ ਉਹੀ ਤੈਨੂੰ ਮੈਂ ਦੇ ਕੇ ਆਇਆ, ਸਨਮਾਨਿਤ ਕਰਕੇ ਆਇਆ, ਜਿਹੜੇ ਮੈਂ ਤੈਨੂੰ ਇਹ ਚੀਜ਼ ਕਹਿ ਬੈਠਾ ਕਿ ਇਹ ਰਾਜੇ ਸੰਘੀ ਹੋਣਾ ਬਾਬਲ ਹੋਣਾ ਦਿੱਤੇ ਆ ਪੈਸੇ, ਉਹੀ ਪੈਸੇ ਉਹਦੇ ਦਿੱਤੇ ਹੋਏ ਸੀ। ਉਹ ਜਿਹੜਾ ਮੀਤਪੁਰੀ ਦੇ ਪਿੰਡ ਵਾਲਾ ਮੁੰਡਾ ਵਾ, ਉਹਦਾ ਨਾਂ ਕੀ ਹੈ ਮੁੰਡੇ ਦਾ, ਭੇਜੇ ਨੇ ਦਿੱਤੇ ਸੀ ਜਿਹੜੇ ਪੈਸੇ, ਭੇਜੇ ਮੀਤਪੁਰੀਏ ਨੇ, ਲੱਖ ਰੁਪਈਆ ਦਿੱਤਾ ਸੀ, ਉਹ ਲੱਖ ਰੁਪਈਆ ਸੀ। ਅਤੇ ਗੁਰੂਆ ਹੁਣ ਮੰਨ ਕੇ ਚੱਲ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਇੱਦਾਂ ਕਰ ਕਤਰ ਕੇ ਇਹਦੇ 'ਚੋਂ ਨਿਕਲੂਗਾ ਕੀ, ਹੁਣ ਤੂੰ ਮੈਨੂੰ ਦੱਸ ਦੇ। ਪਾਣੀ 'ਚ ਮਧਾਣੀ ਪਾਈ ਊ, ਕੱਖ ਨਹੀਂ ਨਿਕਲਣਾ। ਇਹ ਹੁਣ ਫੈਸਲਾ ਲੋਕਾਂ ਦੇ ਹੱਥ 'ਚ ਆ, ਲੋਕਾਂ ਨੇ ਕੀ ਕਰਨਾ, ਕਿਹਨੂੰ ਝੂਠਿਆਂ ਕਹਿਣਾ, ਕਿਹਨੂੰ ਸੱਚਿਆਂ ਕਹਿਣਾ। ਪਰ ਜਿਹੜਾ ਤੂੰ ਜਾਲ ਬੁਣਿਆ ਨਾ ਲੋਕਾਂ ਨੂੰ ਲੈ ਕੇ, ਪਰ ਮੈਨੂੰ ਪਤਾ ਤੂੰ ਇੱਦਾਂ ਦਾ ਨਹੀਂ ਆ, ਚਲੋ ਛੋਛੇਬਾਜ਼ੀਆਂ ਤੇਰੇ 'ਚ ਹੈਗੀਆਂ ਸੀ, ਤੂੰ ਹੈਗਾ ਹਾਂ ਥੋੜ੍ਹਾ ਜਿਹਾ ਲਾਈ ਲੱਗ, ਪਰ ਜਿੰਨੇ ਵੀ ਪਿੱਛੇ ਕਿਰਾਇਆ ਵਾ ਤੇਰੇ ਤੋਂ, ਉਂਗਲਾਂ ਦਿੱਤੀਆਂ ਜੋ ਵੀ ਦਿੱਤੀਆਂ ਸੱਚੇ ਬੰਦੇ ਨੇ, ਉਹਨਾਂ ਨੇ ਟੋਰਚਰ ਕੀਤਾ ਵਾ, ਜੋ ਮਰਜ਼ੀ ਕੋਈ ਨਹੀਂ, ਉਹਦਾ ਦੇਣ 'ਤੇ ਦੇਣਾ ਹੀ ਪੈਣਾ, ਭਰਵਾਈ ਭਰਨੀ ਪੈਣੀ ਇਸ ਚੀਜ਼ ਦੀ, ਠੀਕ ਹੈ। ਮੈਂ ਕੋਈ ਧੋਖੇਬਾਜ਼ ਨਹੀਂ ਹੈਗਾ ਕਿ ਮੈਂ ਲੱਖ ਰੁਪਈਆ ਖਾਊਂਗਾ। ਬਾਕੀ ਲੋਕਾਂ ਨੇ ਮੈਨੂੰ ਕਮੈਂਟ ਕੀਤੇ ਆ, ਜੇ ਭਲਵਾਨਾ ਪ੍ਰੀਤ ਤੇਰਾ ਲੱਖ ਰੁਪਈਆ ਖਾਧਾ ਤਾਂ ਉਹਦਾ ਪੁੱਤ ਸਹੀ ਨਹੀਂ ਆ, ਉਹ ਚੀਜ਼ ਨੇ ਮੈਨੂੰ ਮਾਰਿਆ ਵਾ, ਤੈਨੂੰ ਮੈਂ ਦੱਸਦਾ, ਠੀਕ ਹੈ। ਉਹ ਚੀਜ਼ ਨੇ ਮੈਨੂੰ, ਮੈਂ ਰੋਇਆ ਵਾਂ ਰਾਤ ਨੂੰ, ਠੀਕ, ਇਹ ਚੀਜ਼ ਦਾ ਤੈਨੂੰ ਲੇਖਾ ਦੇਣਾ ਪੈਣਾ ਹੀ, ਤੈਨੂੰ ਮੈਂ ਦੱਸਦਾ। ਮੇਰੇ ਐਡੇ ਵੱਡੇ ਕਰੀਅਰ ਦੇ ਵਿੱਚ ਤੂੰ ਮੇਰੇ 'ਤੇ ਇਲਜ਼ਾਮ ਲਾਏ ਆ, ਠੀਕ ਹੈ, ਜਿਹੜਾ ਬੰਦਾ ਵੀ ਇੱਥੇ ਮੈਨੂੰ ਝੂਠਾ ਸਾਬਤ ਕਰੂਗਾ ਮੈਂ ਝੂਠਾ ਹੋਊਂਗਾ, ਠੀਕ ਹੈ। ਜਿਹੜੀਆਂ ਗੱਲਾਂ ਤੋਂ ਤੂੰ ਮੈਨੂੰ ਕਹਿੰਦਾ ਵਾ ਕਿ ਮੇਰੇ ਡੈਡੀ ਦੇ ਇੱਦਾਂ, ਯਾਰ ਮੈਂ ਚਾਹੁੰਦਾ ਕਿਸੇ ਦਾ ਫਾਦਰ ਸਾਹਿਬ ਇਸ ਦੁਨੀਆ ਤੋਂ ਜਾਵੇ, ਮੇਰਾ ਤਾਂ ਉਹਦੇ ਨਾਲ ਪਿਆਰ ਸੀ, ਮੈਂ ਚਾਹੁੰਦਾ ਵਾਂ। ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਕਿ ਕਿਸੇ 'ਤੇ ਮੈਂ ਗੱਲ ਲਾ ਕੇ ਕਰੂੰਗਾ। ਹਾਂ, ਜਿਹੜਾ ਲੈਣ ਦੇਣ ਆ ਉਹ ਮਾਵਾਂ ਧੀਆਂ 'ਚ ਵੀ ਹੁੰਦਾ ਵਾ, ਠੀਕ ਆ, ਲੈਣ ਦੇਣ ਹੁੰਦਾ ਨਾ ਮਾਵਾਂ ਧੀਆਂ 'ਚ ਵੀ ਲੈਣ ਦੇਣ ਹੁੰਦਾ। ਜੇ ਤੈਨੂੰ ਦਿੱਤੇ ਆ ਤਾਂ ਦੇ, ਜੇ ਤੈਨੂੰ ਸਮਾਨ ਲੈ ਕੇ ਦਿੱਤਾ ਸੀ ਨਾ ਤਾਂ ਤੂੰ ਮੈਨੂੰ ਦੇ ਤਾ ਸੀ ਤਾਂ ਤੂੰ ਵੀ ਪੈਸੇ ਕਮਾਉਂਦਾ ਸੀ, ਠੀਕ ਆ, ਤੈਨੂੰ ਵੀ ਮਹਾਰਾਜ ਨੇ ਕਮਾਉਣ ਜੋਗਾ ਕੀਤਾ, ਮੈਂ ਨਹੀਂ ਕੀਤਾ ਤੈਨੂੰ, ਮੈਂ ਤਾਂ ਤੈਨੂੰ ਫਾਇਆ ਹੀ ਨਹੀਂ, ਤੂੰ ਆਪੇ ਬਣਿਆ ਬਣਾਇਆ ਸੀ ਸਾਰਾ ਕੁਝ ਹੀ ਤੂੰ, ਠੀਕ ਹੈ। ਅਤੇ ਜਿਹੜੀਆਂ ਗੈਂਗਸਟਰਾਂ ਦੀਆਂ ਗੱਲਾਂ ਕਰਦਾ, ਮਹਾਰਾਜ ਨੂੰ ਜਾਣ ਦੇਣੀ ਔਰ ਰੱਬ ਦੀ ਫੋਟੋ ਆ ਸਾਹਮਣੇ, ਇੱਥੋਂ ਤੱਕ ਕਿ ਜਾਣ ਵੀ ਇਹਨਾਂ ਦੀ ਆ ਮੇਰੀ, ਇਹਨਾਂ ਦੀ ਮੈਂ ਸਹੁੰ ਖਾ ਕੇ ਕਹਿੰਦਾ ਜੇ ਮੈਂ ਤੇਰਾ ਜ਼ਿੰਦਗੀ 'ਚ ਵੀ ਮਾੜਾ ਸੋਚ ਸਕਾਂ। ਇੱਥੋਂ ਤੱਕ ਤੈਨੂੰ ਮੈਂ ਇਹ ਗੱਲ ਕਹੀ ਸੀ ਕਿ ਪ੍ਰੀਤ ਆਪਾਂ ਲੜੇ ਹਾਂ, 19-21 ਜ਼ਿੰਦਗੀ 'ਚ ਹੋ ਜਾਂਦੀ ਆ, ਆਪਾਂ ਲੜੇ ਹਾਂ, ਕੋਈ ਸੱਟ ਪਿੱਟ ਤੇਰੇ ਹੋਰ ਨਾ ਲਾ ਜੇ, ਲੋਕਾਂ ਕਹਿਣਾ ਗੋਪੀ ਨੇ ਇਹ ਕੰਮ ਫੁੱਦੂ ਕਰਤਾ, ਪਰ ਮੈਂ ਫੁੱਦੂ ਇਹੋ ਜਿਹਾ ਕੰਮ ਕਰਨ ਵਾਲਾ ਨਹੀਂ ਹੈਗਾ। ਜਿਹੜਾ ਯਾਰ ਜਵਾਕ ਲੈ ਕੇ ਨਿਗੇ ਨਿਕੇ ਠਾਊਗਾ
ਉਹ ਸੱਟਾਂ ਲਾਊਗਾ ਕਿਸੇ ਨੂੰ, ਉਹ ਬਦਮਾਸ਼ੀਆਂ ਧਮਕੀਆਂ ਦਊਗਾ ਕਿਸੇ ਨੂੰ। ਗੁਰੂਆ ਕਿਹੜੀਆਂ ਗੱਲਾਂ ਕਰਦਾ ਤੂੰ, ਇਹੋ ਜਿਹੇ ਕੰਮ ਕਰਾਊਂਗਾ ਮੈਂ, ਚੰਗੇ ਨਹੀਂ ਲੱਗੀ ਦਾ ਹੁੰਦਾ। ਹਾਂਜੀ ਨਾਲੇ ਪ੍ਰੀਤ ਤੂੰ ਮੇਰਾ ਵੀਰ ਗੱਲ ਕਹੀ ਕਿ ਸੀਨੀਅਰ ਪਲੇਅਰ ਨੂੰ ਨਹੀਂ ਮਿਲਣ ਦਿੰਦਾ, ਹੈ ਨਾ, ਅਤੇ ਬਾਕੀ ਕੋਈ ਚੱਕਰ ਨਹੀਂ ਮੇਰਾ ਭਰਾ, ਹੁਣ ਜਿਹੜੇ ਮਰਜ਼ੀ ਸੀਨੀਅਰ ਨੂੰ ਮਿਲ, ਜੋ ਮਰਜ਼ੀ ਕਰ, ਹੈ ਨਾ, ਕੋਈ ਗੱਲ ਨਹੀਂ, ਪਿੱਛੇ ਜੋ ਹੋਣਾ ਹੀ ਹੋ ਗਿਆ, ਅਤੇ ਅੱਗੇ ਅੱਗੇ ਵਾਸਤੇ ਵੀ ਤੂੰ ਜਿਹੜਾ ਵੀ ਸੀਨੀਅਰ ਪਲੇਅਰ ਆ ਵਧੀਆ ਤਰੀਕੇ ਦੇ ਨਾਲ ਉਹਦੇ ਨਾਲ ਡੀਲ ਕਰ, ਵਧੀਆ ਜਿੱਦਾਂ ਆਪਦੀ ਜ਼ਿੰਦਗੀ ਦੇ ਪੂਰੇ ਨਜ਼ਾਰੇ ਲੈ, ਵੀ ਮੈਂ ਤੈਨੂੰ ਜਿਹੜਾ ਰਿਪਲਾਈ ਦੇਣਾ ਸੀ ਵੀ ਲੋਕ ਮੇਰੇ ਤੋਂ ਮੰਗ ਕਰਦੇ ਸਾਰੀਆਂ ਗੱਲਾਂ ਦਾ, ਅਤੇ ਮੈਂ ਤੈਨੂੰ ਸਾਰੀਆਂ ਗੱਲਾਂ ਦਾ ਰਿਪਲਾਈ ਦੇ ਤਾ ਵਾ ਵੀ ਏ ਤੋਂ ਜੈੱਡ ਸਾਰੀਆਂ ਗੱਲਾਂ ਦਾ, ਜੇ ਤੈਨੂੰ ਇਹਦੇ 'ਚ ਕੋਈ ਵੀ ਗੱਲ ਦਾ ਹੋਊਗਾ ਮੰਨ ਕੇ ਚੱਲ ਡਾਊਟ, ਅਤੇ ਹੁਣ ਆਪਾਂ ਸੋਸ਼ਲ ਮੀਡੀਆ 'ਤੇ ਨਹੀਂ ਇਹ ਚੀਜ਼ ਲੈ ਕੇ ਆਉਣਾ ਕੱਢਣੀ, ਹੈ ਨਾ, ਵੀ ਸੋਸ਼ਲ ਮੀਡੀਆ 'ਤੇ ਆਪਾਂ ਫਿਰ ਰੌਲਾ ਪਾਈ ਜਾਈਏ, ਇੱਦਾਂ ਕਰੀ ਜਾਈਏ, ਤੂੰ ਇੰਡੀਆ ਆ ਜਾਈਂ, ਮੈਂ ਆਪਦੇ ਭੈਣ ਭਰਾ ਸੱਦ ਲੂੰਗਾ ਚਾਰ, ਤੂੰ ਆਪਦੇ ਭੈਣ ਭਰਾ ਚਾਰ ਸੱਦ ਲਈ, ਅਤੇ ਆਪਾਂ ਬਹਿ ਕੇ ਜਿੱਦਾਂ ਕਰੇਗਾ ਪ੍ਰੇਮ ਪਿਆਰ ਦੇ ਨਾਲ ਸਾਰੀਆਂ ਗੱਲਾਂ ਕਰ ਲਾਂਗੇ। ਬਾਕੀ ਤੂੰ ਮੇਰਾ ਛੋਟਾ ਵੀਰ ਆ, ਵਧੀਆ ਖੇਡ, ਆਪਦਾ ਧਿਆਨ ਪ੍ਰੈਕਟਿਸ ਦੇ ਵਿੱਚ ਰੱਖ, ਮਿਹਨਤ ਕਰ, ਅਤੇ ਵਧੀਆ ਮੈਚ ਖੇਡ ਕੇ ਆ, ਅਤੇ ਇੱਕ ਸਾਰੇ ਗਾੜੀ ਬੇਨਤੀ ਆ ਮੇਰੇ ਭਰਾਵਾਂ ਗਾੜੀ, ਕਿ ਹੁਣ ਮੇਰੇ ਭਰਾ ਤੁਸੀਂ ਸਾਰਿਆਂ ਦੀ ਸੱਚਾਈ ਸੁਣ ਲਈ ਆ, ਹੁਣ ਇਹ ਨਾ ਹੋਵੇ ਕਿ ਫਿਰ ਤੁਸੀਂ ਮੇਰੇ ਵੱਲੋਂ ਹਟੋ, ਦੂਜਿਆਂ ਨੂੰ ਮਾੜਾ ਕਹੀ ਜਾਓ, ਇੱਦਾਂ ਕਰੀ ਜਾਓ, ਹੁਣ ਮੇਰੇ ਭਰਾ ਨਾ ਇਨ ਇਸ ਗੱਲ ਨੂੰ ਤੁਸੀਂ ਰਿਪਲਾਈ ਮੰਗਦੇ ਸੀ, ਇਸ ਚੀਜ਼ ਨੂੰ ਆਪਾਂ ਇੱਥੇ ਹੀ ਛੱਡ ਦਈਏ, ਕਿਉਂ ਹੁਣ ਅੱਗੇ ਗੱਲ ਨਾ ਵਧਾਈਏ ਮੇਰੇ ਭਰਾ, ਇਹੀ ਚੀਜ਼ ਸਹੀ ਹੈ, ਹੈ ਨਾ, ਵੀ ਆਪਾਂ ਮੰਨ ਕੇ ਚੱਲੋ ਕਿ ਸੋਸ਼ਲ ਮੀਡੀਆ 'ਤੇ ਜਿਹੜੀ ਲੜਾਈ ਹੁੰਦੀ ਹੈ ਨਾ, ਮੰਨ ਕੇ ਚੱਲੋ ਉੱਧਰੋਂ ਉਹ ਰਿਪਲਾਈ ਕਰੂੰਗਾ, ਮੈਂ ਕਰੂੰਗਾ, ਸਰਪੰਚ ਜੀ ਕਿੱਦਾਂ, ਹੈਂ ਬਾਕੀ ਮੰਨ ਕੇ ਚੱਲ ਕਿ ਆਪਾਂ ਆਪਣਾ ਲੈਣ ਦੇਣ ਤੇ 1,00,000 ਰੁਪਏ ਦੇ ਵਿੱਚ ਹੀ ਨਾ, ਉਹ ਤੈਨੂੰ ਮੈਂ ਸਾਰੀ ਗੱਲ ਕਲੀਅਰ ਦੱਸਤੀ ਆ, ਉਹ ਸਾਰੇ ਸਾਰੇ ਪ੍ਰਮੋਟਰ ਜੀਂਦੇ ਆ, ਤੇ ਉਹ ਜਿਹੜੀ ਤੂੰ ਗੱਲ ਕਹੀ ਆ ਪੈਸਿਆਂ ਦੀ, ਉਹ ਮੈਟਰੋ ਵਾਲਿਆਂ ਨੇ ਵੀ ਵੀਡੀਓ ਬਣਾ ਕੇ ਤੈਨੂੰ ਸੈਂਡ ਕਰ ਦੇਣੀ ਆ, ਉਹ ਵੀ ਸਾਰਾ ਕੁਝ ਕਲੀਅਰ ਹੋ ਜਾਣਾ, ਏ ਤੋਂ ਲੈ ਕੇ ਜੈੱਡ ਤੱਕ ਮੈਂ ਸਾਰੀਆਂ ਗੱਲਾਂ ਤੈਨੂੰ ਕਲੀਅਰ ਕਰਤੀਆਂ। ਇੱਕ ਮੇਰਾ ਤੂੰ ਛੋਟਾ ਭਰਾ ਵਾਂ, ਬੜਾ ਪਿਆਰ ਆ ਮੇਰਾ ਤੇਰੇ ਨਾਲ, ਮੈਂ ਤੈਨੂੰ ਇੱਕ ਚੀਜ਼ ਇਹ ਗੱਲ ਦੱਸਦਾ, ਆਪਦੇ ਦਿਮਾਗ ਤੋਂ ਵੀ ਕੰਮ ਲੈ, ਠੀਕ ਆ, ਇੱਥੇ ਤੋੜਨ ਵਾਲੇ ਬੜੇ ਹੁੰਦੇ ਆ, ਜੋੜਨ ਵਾਲਾ ਕੋਈ ਕੋਈ ਹੁੰਦਾ, ਜੋੜਨਾ ਕਿਸੇ ਨੇ ਨਹੀਂ ਆ, ਤੋੜਨ ਵਾਲੇ ਲੱਖਾਂ ਵਾਂ, ਚਲੋ ਤੇਰਾ ਹੋਰ ਕੋਈ ਲੱਖ ਲੱਖ ਸੋਚਦਾ ਹੋਊਗਾ, ਲੱਖ ਕਰਦਾ ਹੋਊਗਾ, ਕਦੀ ਜ਼ਿੰਦਗੀ ਦੇ ਵਿੱਚ ਇਹ ਨਾ ਸੋਚੀ ਕਿ ਫਰੰਦੀਪੁਰੀਏ ਨੇ ਮੇਰਾ ਕਦੀ ਜ਼ਿੰਦਗੀ 'ਚ ਮਾੜਾ ਸੋਚਿਆ ਸੀ ਅਤੇ ਮਾੜਾ ਕੀਤਾ ਸੀ ਮੇਰੇ ਵਾਸਤੇ, ਮੈਂ ਤੇਰੇ ਵਾਸਤੇ ਜ਼ਿੰਦਗੀ 'ਚ ਨਾ ਕਦੀ ਮਾੜਾ ਸੋਚ ਸਕਦਾ, ਨਾ ਕਦੀ ਮਾੜਾ ਕਰ ਸਕਦਾ, ਇੱਥੋਂ ਤੱਕ ਕਿ ਮੈਂ ਤੈਨੂੰ ਪਿਆਰ ਹੀ ਹਿਸਾਬੋਂ ਜ਼ਿਆਦਾ ਕਰਦਾ ਸੀ, ਅਤੇ ਉਸ ਚੀਜ਼ ਦਾ ਨਤੀਜਾ ਅੱਜ ਮੈਨੂੰ ਮਿਲ ਗਿਆ ਵਾ, ਠੀਕ ਆ, ਅਤੇ ਤੇਰਾ ਤਹਿ ਦਿਲੋਂ ਧੰਨਵਾਦ, ਤੂੰ ਜਿਹੜਾ ਮੇਰੇ ਗਲ ਦੇ ਵਿੱਚ ਹਾਰ ਪਾ ਕੇ ਗਿਆ ਵਾਂ, ਇਹਦਾ ਬਹੁਤ ਬਹੁਤ ਤੇਰਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾਲੇ ਨਾ ਘਰੇ ਗੱਲ ਰਹਿ ਗਈ ਸੀ ਇੱਕ ਬੋਲਣ ਵਾਲੀ, ਹੁਣ ਮੈਨੂੰ ਯਾਦ ਆਈ, ਇੱਥੇ ਮੈਚ ਦੇ ਆਏ ਹਾਂ, ਇੱਕ ਗੱਲਾਂ ਜਦੋਂ ਹੋਈਆਂ ਨਾ ਟਰੈਕਟਰ ਦੇ ਪੈਸੇ ਵਾਲੀਆਂ, ਵੀ ਇਹ ਬੰਦਾ ਇਹਦੀ ਬੰਦੇ ਦੀ ਇੱਥੋਂ ਤੱਕ ਸੋਚ ਚੱਲ ਗਈ ਸੀ ਕਿ ਪਤਾ ਨਹੀਂ ਕਿਸੇ ਨੇ ਭਰਤਾ ਇਹਦੇ ਦਿਮਾਗ 'ਚ, ਹੈਗਾ ਤਾਂ ਹੈ ਨਹੀਂ ਸੀ ਇੱਦਾਂ ਦਾ ਵੀ ਇੰਨਾ ਗਾਂਹ ਦਾ ਸੋਚੂਗਾ, ਇੰਨਾ ਮਾੜਾ ਸੋਚੂਗਾ ਮੇਰੇ ਬਾਰੇ,
ਮੈਂ ਮਾੜਾ ਨਹੀਂ ਇਹਨੂੰ ਕਹਿੰਦਾ ਕਿ ਇਹ ਇਨਸਾਨ ਮਾੜਾ ਜਾਂ ਮਾੜਾ ਵਾ, ਇਹਦੇ ਦਿਮਾਗ 'ਚ ਕਿਸੇ ਨੇ ਗੱਲਾਂ ਪਾਤੀਆਂ ਵਾ, ਮੈਨੂੰ ਖੁਦ ਨੂੰ ਨਹੀਂ ਪਤਾ ਕਿੰਨੇ ਪਾਈਆਂ, ਕਿਹਦੇ ਥਰੂ ਇਹ ਚੱਲਣ ਲੱਗ ਪਿਆ, ਇਹਦਾ ਦਿਮਾਗ ਇਹਦਾ ਆਪਣਾ ਨਹੀਂ, ਇਹਨੂੰ ਕੋਈ ਚਲਾਉਣ ਲੱਗ ਪਿਆ ਸੀ। ਇਹ ਨਹੀਂ ਸੀ ਇੱਦਾਂ ਕਰ ਸਕਦਾ, ਕਿਉਂਕਿ ਸਾਡੀ ਅੱਖ ਵੀ ਪਾਰਖੂ ਆ, ਅਸੀਂ ਵੀ ਬੰਦਾ ਗਲਤ ਨਹੀਂ ਪਰਖ ਸਕਦੇ, ਹੈ ਨਾ। ਇਹਨੂੰ ਕੋਈ ਚਲਾਉਣ ਲੱਗ ਪਿਆ ਸੀ, ਇਹ ਕਿਸੇ ਦੇ ਥਰੂ ਚੱਲਣ ਲੱਗ ਪਿਆ ਸੀ। ਉੱਥੇ ਇਹਨੇ ਨਾ ਫਿਰ ਇਹਦੇ ਦਿਮਾਗ 'ਚ ਇਹ ਚੀਜ਼ ਆ ਗਈ ਕਿ ਗੋਪੀ ਨੇ ਪੈਸੇ ਕਿਤੇ ਲੋਕਾਂ ਤੋਂ ਜ਼ਿਆਦਾ ਲੈ ਲਏ ਆ, ਲੈ ਚੁੱਕਾ ਵਾ, ਅਤੇ ਜਿਹੜੇ ਮੈਨੂੰ ਤਾਂ ਇਹਨੇ ਇਕੱਲਾ 2 ਲੱਖ ਰੁਪਈਆ ਹੀ ਦਿੱਤਾ ਵਾ, ਇਹ ਪੈਸੇ ਹੋਰ ਲੋਕਾਂ ਤੋਂ ਲੈ ਕੇ ਖਾ ਚੁੱਕਾ ਵਾ। ਇਸ ਕਰਕੇ ਇਹਨੇ ਮੇਰੇ ਸਾਰੇ ਯਾਰਾਂ ਦੋਸਤਾਂ ਨੂੰ ਫੋਨ ਲਾਏ ਆ, ਜਿਨ੍ਹਾਂ ਨਾਲ ਮੇਰੀ 10-10 ਸਾਲ ਪੁਰਾਣੀ ਯਾਰੀ ਆ, ਉਹ ਬਾਹਰ ਬੈਠੇ ਆ ਅਮੈਰੀਕਾ ਮੁੰਡੇ, ਉਹਨਾਂ ਨੂੰ ਵੀ ਫੋਨ ਲਾਏ ਆ। ਮੁੰਡਾ ਕੱਦੂ USA ਮੇਰਾ ਯਾਰ ਆ, ਉਹਨੂੰ ਵੀ ਇਹਨੇ ਫੋਨ ਲਾ ਕੇ ਪੁੱਛਿਆ ਵਾ ਕਿ ਤੈਨੂੰ ਗੋਪੀ ਨੇ ਪੈਸੇ ਦਿੱਤੇ ਆ, ਤੂੰ ਗੋਪੀ ਨੂੰ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ। ਉਹਨਾਂ ਨੇ ਜਦੋਂ ਅਗਲੇ ਬੰਨੇ ਕਿਹਾ ਕਿ ਗੋਪੀ ਨੂੰ ਅਸੀਂ ਪੈਸਾ ਕੋਈ ਨਹੀਂ ਦਿੱਤਾ, ਫਿਰ ਇਹਨੇ ਸਾਰੇ ਬੰਨਿਓ ਪੋਣ ਛਾਣ ਕਰਕੇ ਫਿਰ ਇਹ ਹਟਿਆ ਵਾ। ਸਾਰੇ ਬੰਨਿਓ ਇਹਨੇ ਇੱਕ ਨਾ ਸਾਰੇ ਬੰਨਿਓ ਪੁੱਛਿਆ ਵਾ ਵੀ ਗੋਪੀ ਨੇ ਕਿੱਥੋਂ ਕਿੱਥੋਂ ਪੈਸੇ ਲਏ, ਕਿੱਥੋਂ ਕਿੱਥੋਂ ਨਹੀਂ ਲਏ। ਬਾਕੀ ਮੈਂ ਇਹੋ ਜਿਹਾ ਬੰਦਾ ਵਾ ਵੀ ਮੈਂ ਇਹਨੇ ਮੈਨੂੰ ਬਾਪ ਇਹਨੇ ਕੰਪੈਲ ਕਰਨਾ ਸੱਚ ਕਿ ਆਪਾਂ ਤੂੰ ਕਹਿੰਦਾ ਨਹੀਂ ਆ, ਫਲਾਨੇ ਬੰਦੇ ਨੂੰ ਕਹਿ ਉਹ ਪੈਸੇ ਦੇ ਸਕਦਾ ਵਾ, ਵੀ ਜਿਤਨਾ ਬੰਦੇ ਨੂੰ ਨਾ ਇੱਕ ਚੰਗੇ ਭਲੇ ਬੰਦੇ ਨੂੰ ਮੰਗਤਾ ਬਣਾਉਣਾ, ਵੀ ਮੰਨ ਕੇ ਚੱਲੋ ਇੱਕ ਯਾਰੀ ਦੋਸਤੀ ਤਾਂ ਵੱਖਰੀ ਹੁੰਦੀ ਆ, ਕਿਸੇ ਨੂੰ ਯਾਰੀ ਦੋਸਤੀ ਦੇ ਤੌਰ 'ਤੇ ਫੋਨ ਕਰਤਾ ਕਿ ਯਾਰ ਆਪਾਂ ਪ੍ਰੀਤ ਨੂੰ ਚੀਜ਼ ਦੇਣੀ ਆ, ਪੈਸੇ ਦੇ ਦਿਓ। ਇੱਕ ਜਦੋਂ ਆਪਣੇ ਤੋਂ ਪੈਸੇ ਪੂਰੇ ਵੀ ਹੋ ਜਾਣੇ ਆ ਅਤੇ ਆਪਾਂ ਫਿਰ ਵੀ ਕਹੀ ਜਾਣਾ ਕਿ ਫਲਾਨੇ ਤੋਂ ਪੈਸੇ ਲੈ ਲਈਏ, ਉਹ ਤੋਂ ਪੈਸੇ ਲੈ ਲਈਏ, ਉਹ ਗੱਲਾਂ ਨਹੀਂ ਬਣਦੀਆਂ ਯਾਰ, ਸਵਾਦ ਨਹੀਂ ਉਹ ਚੀਜ਼ ਦਾ ਆਉਂਦਾ ਕਿ ਬੰਦਾ ਮੰਗਤਾ ਜਿਹਾ ਬਣ ਜਾਣਾ। ਖੁਦ ਆਪਾਂ ਪਲੇਅਰ ਹਾਂ ਐਡੇ ਵਧੀਆ, ਅਤੇ ਆਪਾਂ ਲੋਕਾਂ ਨੂੰ ਕਹੀ ਜਾਣਾ ਯਾਰ ਸਾਡੇ ਅਸੀਂ ਟਰੈਕਟਰ ਲੈਣਾ, ਉਹਦੇ ਵਿੱਚ ਪੈਸੇ ਪਾਓ, ਇੱਦਾਂ ਇੱਦਾਂ ਨਾ, ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਬਾਕੀ ਜਿਹੜੇ ਬੰਦਿਆਂ ਨੂੰ ਇਹਨੇ ਖੁਦ ਫੋਨ ਲਾ ਕੇ ਪੁੱਛਿਆ ਨਾ, ਅਤੇ ਉਹਨਾਂ ਨੇ ਗਾੜੀਓਂ ਇਹਨੂੰ ਇਹ ਚੀਜ਼ ਕਹੀ ਆ ਵੀ ਗੋਪੀ ਨਾਲ ਸਾਡੀ ਇੰਨੀ ਜ਼ਿਆਦਾ ਸੱਜਣਤਾ ਸੀ, ਗੋਪੀ ਨੂੰ ਗੱਡੀ ਮਿਲੀ ਆ, ਗੋਪੀ ਨੇ ਗੱਡੀ 'ਚ ਸਾਡੇ ਤੋਂ ਪੈਸੇ ਨਹੀਂ ਲਏ, ਅਤੇ ਟਰੈਕਟਰ 'ਚ ਉਹਨੇ ਕੀ ਪੈਸੇ ਤੇਰੇ ਵਾਸਤੇ ਉਹਨੇ ਕੀ ਪੈਸੇ ਲੈਣੇ, ਉਹਨੇ ਆਪਣੇ ਵਾਸਤੇ ਪੈਸੇ ਨਹੀਂ ਲਏ। ਅਤੇ ਫਿਰ ਇਹਨੂੰ ਬੰਦੇ ਨੂੰ ਸੋਚਣਾ ਚਾਹੀਦਾ ਕਿ ਭਲਵਾਨ ਕਿੱਦਾਂ ਦਾ ਬੰਦਾ ਹੋ ਸਕਦਾ। ਉਹ ਵੀਰ ਮੇਰਿਆ, ਮੇਰੇ ਵੀ ਜਿਹੜੇ ਸੱਜਣ ਹੁੰਦੇ ਨਾ, ਅਸਲ 'ਚ ਜਿਹੜੇ ਸੱਜਣ ਹੁੰਦੇ ਪ੍ਰੀਤ, ਉਹਨਾਂ ਨੂੰ ਨਾਂ ਦਾ ਨਹੀਂ ਹੁੰਦਾ ਕਿ ਸਾਡਾ ਨਾਂ ਬਣੇ, ਸਾਡੇ ਨਾਲ ਇੱਦਾਂ ਹੋਵੇ। ਜਿਹੜੇ ਭਰਾ ਮੇਰੇ ਨਾਲ ਜੁੜੇ ਆ ਨਾ, ਅਸਲ 'ਚ ਜਿਨ੍ਹਾਂ ਨੇ ਗੱਡੀ ਦਿੱਤੀ ਆ ਮੈਨੂੰ, ਜਿਨ੍ਹਾਂ ਨੇ 15-15 ਲੱਖ ਰੁਪਈਆ ਪਾਇਆ, ਉਹਨਾਂ ਦਾ ਵਿੱਚ ਨਾਂ ਹੀ ਨਹੀਂ ਆਇਆ, ਉਹਨਾਂ ਦਾ ਨਾਂ ਹੀ ਨਹੀਂ ਹੈਗਾ ਵਿੱਚ ਕਿ ਇਹਨਾਂ ਬੰਦਿਆਂ ਨੇ ਪੈਸੇ ਦਿੱਤੇ ਆ। ਉਹ ਹੁੰਦੀਆਂ ਸੱਜਣਤਾਈਆਂ, ਇਹ ਨਹੀਂ ਹੈ ਕਿ ਮੈਂ ਸੱਜਣ ਨਹੀਂ ਕਮਾਏ, ਮੈਂ ਬੜੇ ਸੱਜਣ ਕਮਾਏ ਆ ਜਿਨ੍ਹਾਂ ਨੇ ਮੈਨੂੰ ਗੱਡੀ ਦਿੱਤੀ ਆ। ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਬਾਕੀ ਪਤਾ ਨਹੀਂ ਕੀ ਗੱਲ ਬਣ ਗਈ ਕੀ ਨਹੀਂ ਬਣ ਗਈ, ਇਹ ਚੀਜ਼ 'ਤੇ ਤਾਂ ਮੈਂ ਹੈਰਾਨ ਹਾਂ ਵੀ ਪਤਾ ਨਹੀਂ ਇਹ ਕੀ ਚੱਕਰ ਪੈ ਗਿਆ ਇਹੋ ਜਿਹਾ, ਜਿਹੜਾ ਤੂੰ ਇੱਥੋਂ ਤੱਕ ਗੱਲਾਂ ਬਾਤਾਂ 'ਚ ਚੱਲ ਗਿਆ। ਬਾਕੀ ਆ ਗਈ ਬੈਸਟਾਂ ਦੀ ਗੱਲ, ਜੇ ਪ੍ਰੀਤ ਫਰੰਦੀਪੁਰ ਦੀ ਟੀਮ ਖੇਡਦੀ ਆ, ਤੂੰ ਸਪਸ਼ਟ ਇੱਕ ਗੱਲ ਮੈਨੂੰ ਕਹਿ ਦੇਣਾ ਹੁੰਦਾ ਹਾਂ, ਜਦੋਂ ਤੂੰ ਪੂਰਾ ਵਧੀਆ ਫਿੱਟ ਹਾਂ, ਹੈ ਨਾ, ਤੂੰ ਇੱਕ ਗੱਲ ਇੱਕੋ ਕਹਿ ਦੇਣਾ ਨਾ ਭਲਵਾਨਾ, ਮੈਂ ਤੈਨੂੰ ਦਊਂਗਾ ਹਿੱਸਾ, ਮੈਂ ਹੋਰ ਨਹੀਂ ਕਿਸੇ ਨੂੰ ਦੇਣਾ, ਤੂੰ ਜਿੱਦਾਂ ਮਰਜ਼ੀ ਕਰ ਲਈ। ਯਾਰ ਉਹ ਫਿਰ ਮਈਏ ਕਰਦਾ ਹੁੰਦਾ ਸਾਰਾ ਕੁਝ ਅਰੇਂਜਮੈਂਟ,
ਕੀ ਗੱਲ ਉਹ ਟੀਮ ਜੇ ਤੂੰ ਟੀਮ ਲਈ ਖੇਡਦਾ ਫਰੰਦੀਪੁਰ ਟੀਮ ਤੇਰੀ ਨਹੀਂ ਵੀ ਮੇਰੇ ਇਕੱਲੇ ਦੀ ਟੀਮ ਹੀ ਤੂੰ ਇਕੱਲਾ ਚੈਨ ਦੇ ਵਿੱਚ ਲਾ ਕੇ ਬੰਦੇ ਫੜਦਾ ਹਾਂ ਸਾਰੀ ਸਾਰੀ ਟੀਮ ਨਹੀਂ ਹੀ ਖੇਡਦੀ ਵਿੱਚ ਤੂੰ ਇਕੱਲਾ ਖੇਡਦਾ ਹਾਂ ਵੀ ਇੱਕ ਬੰਦੇ ਨੂੰ ਕਹਿ ਦੇਣਾ ਮੈਂ ਆਪਣੇ ਪੈਸੇ ਜੇ ਮੈਂ ਬੈਸਟ ਨਿਕਲ ਗਿਆ ਅਤੇ ਮੈਂ ਆਪਦੇ ਪੈਸੇ ਮੈਂ ਆਪਦਾ ਹਿੱਸਾ ਰੱਖ ਲੈਣਾ ਵਾ ਪੂਰਾ ਬਾਕੀ ਮੈਂ ਦਊਂਗਾ ਬਾਕੀ ਤੂੰ ਜਿੱਦਾਂ ਮਰਜ਼ੀ ਕਰ ਲਈ ਉਹ ਜੇ ਅਸੀਂ ਬੈਸਟ ਕਢਾਉਂਦੇ ਰਹੇ ਤਾਂ ਨਿਕਲਦਾ ਰਿਹਾ ਵਾ ਤੂੰ ਇਕੱਲਾ ਥੋੜ੍ਹੀ ਨਿਕਲਦਾ ਰਿਹਾ ਵਾ ਇਹ ਗੱਲਾਂ ਨਹੀਂ ਹੁੰਦੀਆਂ ਹੁਣ ਗੱਲਾਂ ਤਾਂ ਬੜੀਆਂ ਜੇ ਮੈਂ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰੀ ਜਾਊਂ ਤਾਂ ਗੱਲਾਂ ਛੇੜਨ ਉੱਤੇ ਬੜੀਆਂ ਵਾ ਅਸਲ 'ਚ ਤੂੰ ਟੀਮ ਨਾਲ ਬੰਦੇ ਜੋੜੇ ਨਹੀਂ ਆ ਤੋੜੇ ਆ ਬੰਦੇ ਅਤੇ ਮੈਨੂੰ ਵੀ ਪਤਾ ਕਿਹੜੇ ਕਿਹੜੇ ਬੰਦੇ ਟੁੱਟੇ ਆ ਕਿਹੜੇ ਕਿਹੜੇ ਬੰਦੇ ਆਪਣੇ ਤੋਂ ਭੱਜੇ ਆ ਬਾਕੀ ਮੈਂ ਜ਼ਿਕਰ ਹੀ ਨਹੀਂ ਕਰਦਾ ਕਿਸੇ ਤੋਂ ਬਾਕੀ ਜਿਹੜੀਆਂ ਵੀ ਗੱਲਾਂ ਹੋ ਗਈਆਂ ਬੜੀਆਂ ਸੋਹਣੀਆਂ ਗੱਲਾਂ ਹੋ ਗਈਆਂ ਵਾ ਇੱਕ ਜਿਹੜੀ ਗੱਡੀ ਦੇ ਚਲੋ ਮੈਂ ਸਾਰਿਆਂ ਲਈ ਮੈਂ ਖੜਦਾ ਰਿਹਾ ਟੀਮ ਲਈ ਖੜਦਾ ਰਿਹਾ ਕਿਸੇ ਦੇ ਸੱਟ ਪਿੱਟ ਲੱਗਣੀ ਮੈਂ ਫਿਰ ਵੀ ਖੜਨਾ ਜਿੰਨੇ ਜਿੰਨੇ ਮੈਨੂੰ ਕਿਸੇ ਨੇ ਪੈਸੇ ਕਹਿਣੇ ਉਨੇ ਉਨੇ ਆਪਾਂ ਟੀਮ 'ਚੋਂ ਪੈਸੇ ਕੱਢ ਕੇ ਦਿੰਦੇ ਰਹੇ ਸਾਰਿਆਂ ਪਲੇਅਰਾਂ ਨੂੰ ਦਿੱਤੇ ਹਾਂ ਤੁਸੀਂ ਮੈਨੂੰ ਖੁਦ ਇਹ ਗੱਲ ਕਹੀ ਆ ਭਲਵਾਨਾ ਤੈਨੂੰ ਗੱਡੀ ਦੇਣ ਲੱਗੇ ਆ ਤੁਸੀਂ ਤੂੰ ਸਾਡਾ ਸੀਨੀਅਰ ਪਲੇਅਰ ਆ ਸਾਡੀ ਟੀਮ ਦਾ ਉਦੋਂ ਤੁਹਾਡੀ ਬੋਲੀ ਇਹੋ ਜਿਹੀ ਕਿ ਤੇਰੇ ਸਿਰ 'ਤੇ ਟੀਮ ਚੱਲਦੀ ਆ ਜੇ ਤੂੰ ਕਿਤੇ ਨਹੀਂ ਜਾਂਦਾ ਕਮੇਟੀ ਵਾਲੇ ਪੈਸੇ ਕੱਟ ਲੈਂਦੇ ਵਿੱਚੋਂ ਸਾਨੂੰ ਕਿਸੇ ਨੇ ਪੈਸੇ ਕਿੰਨੇ ਕੁ ਦੇਣੇ ਆ ਤੇਰੇ ਮੂੰਹ ਨੂੰ ਜਿਹੜੀ 70-80 ਹਜ਼ਾਰ ਜਾਂ 60 ਹਜ਼ਾਰ ਜਿਹੜੀ ਸਾਈ ਮਿਲਦੀ ਆ ਤੁਸੀਂ ਮੂੰਹੋਂ ਕਹਿੰਦੇ ਰਹੇ ਜੇ ਵੀ ਭਲਵਾਨਾ ਜਿੱਦਣ ਤੂੰ ਜਾਇਆ ਕਰ ਨਾਲ ਜੇ ਤੂੰ ਨਹੀਂ ਨਾਲ ਜਾਂਦਾ ਤਾਂ ਕਮੇਟੀ ਸਾਡੀ ਜਾਨ ਖਾਂਦੀ ਆ ਕਹਿੰਦੇ ਰਹੇ ਨਾ ਮੂੰਹ ਇਹ ਗੱਲਾਂ ਹੁੰਦੀਆਂ ਰਹੀਆਂ ਨਾ ਅੱਜ ਤੁਸੀਂ ਇਹ ਮੇਰਾ ਮੁੱਲ ਨਹੀਂ ਜੇ ਪਾਉਂਦੇ ਮੈਨੂੰ ਕਹਿੰਦੇ ਜੇ ਤੂੰ ਕੀ ਆ ਉਹ ਵੀ ਗੱਲਾਂ ਯਾਦ ਕਰੋ ਨਾ ਜਦੋਂ ਕਹਿੰਦੇ ਹੁੰਦੇ ਭਲਵਾਨਾ ਆਪ ਜਾਇਆ ਕਰ ਨਾਲ ਸਾਡੀ ਕਮੇਟੀ ਬੇਇੱਜ਼ਤੀ ਕਰਦੀ ਆ ਜੇ ਤੂੰ ਨਹੀਂ ਜਾਂਦਾ ਤਾਂ ਮੈਨੂੰ ਬੁਖਾਰ ਨਹੀਂ ਚੜ੍ਹ ਸਕਦਾ ਮੈਨੂੰ ਸੱਟ ਨਹੀਂ ਲੱਗ ਸਕਦੀ ਮੈਂ ਲੋਹੇ ਦਾ ਬਣਿਆ ਹਾਂ ਮੈਨੂੰ ਤਾਂ ਹਰ ਥਾਂ 'ਤੇ ਜਾਣਾ ਹੀ ਪੈਂਦਾ ਸੀ ਜਦੋਂ ਵਿੱਚੋਂ ਜਿਉਂ ਮੈਚਾਂ 'ਤੇ ਮੈਨੂੰ ਨਹੀਂ ਸੀ ਜਾਇਆ ਜਾਂਦਾ ਕਿੰਨੇ ਕਿੰਨੇ ਪੈਸੇ ਕਮੇਟੀਆਂ ਕੱਟ ਲੈਂਦੀਆਂ ਸੀ ਭਲਵਾਨ ਨਹੀਂ ਆਇਆ 20-25 ਹਜ਼ਾਰ ਰੁਪਈਆ ਕਮੇਟੀਆਂ ਕੱਟਦੀਆਂ ਰਹੀਆਂ ਕਿ ਭਲਵਾਨ ਨਹੀਂ ਆਉਂਦਾ ਅਤੇ 20-25 ਹਜ਼ਾਰ ਰੁਪਈਆ ਮੈਂ ਹਿੱਸਾ ਲੈ ਜਾਂਦਾ ਵਿੱਚੋਂ ਕੱਢ ਕੇ ਉਹ ਵੀ ਗੱਲਾਂ ਕਰੋ ਨਾ ਕਿ ਉਹ ਮੈਂ ਵਿੱਚੋਂ ਮੈਨੂੰ 20-25 ਹਜ਼ਾਰ ਹਿੱਸਾ ਬਣ ਜਾਂਦਾ ਸੀ ਬਾਕੀ ਜਿਹੜਾ ਇੱਕ ਗੱਲ ਲੋਕਾਂ ਨੂੰ ਕਹਿਣ ਦਿਆਂ ਕਿ ਟੀਮ ਦੇ ਵਿੱਚੋਂ 2.5 ਲੱਖ ਰੁਪਈਆ ਕੱਢ ਕੇ ਦਿੱਤਾ ਕਿਹੜਾ 2.5 ਲੱਖ ਰੁਪਈਆ ਕੱਢ ਕੇ ਦਿੱਤਾ ਤੂੰ 1 ਲੱਖ ਤਾਂ ਮੇਰੇ ਹਿਸਾਬ ਨਾਲ 30-35 ਹਜ਼ਾਰ ਰੁਪਈਆ ਕੱਢ ਕੇ ਦਿੱਤਾ 40 ਦਿੱਤਾ ਹੋਊਗਾ ਬਾਕੀ ਤੂੰ ਇੱਥੋਂ ਤੱਕ ਕਿਹਾ ਸੀ ਆਪਣੇ ਬੰਦੇ ਹੈਗੇ ਆ ਮੈਂ ਉਹਨਾਂ ਤੋਂ ਵੀ ਪੈਸੇ ਦਵਾਊਂਗਾ ਤੈਨੂੰ ਜੇ ਮੈਂ ਤੇਰੇ ਵਰਗਾ ਲੜਨ ਵਾਲਾ ਹੁੰਦਾ ਜਾਂ ਇੱਦਾਂ ਕਰਨ ਵਾਲਾ ਹੁੰਦਾ ਅਤੇ ਮੈਂ ਤਾਂ ਲੜ ਪੈਂਦਾ ਕਿ ਮੈਨੂੰ ਤਾਂ ਤੂੰ ਕਹਿੰਦਾ ਮੈਂ ਹੋਰ ਆ ਮੇਰੇ ਯਾਰ ਦੋਸਤ ਹੈਗੇ ਆ ਮੈਂ ਉਹਨਾਂ ਤੋਂ ਤੇਰੀ ਗੱਡੀ 'ਚ ਪੈਸੇ ਪਵਾਊਂਗਾ ਫਿਰ ਕਿੰਨੇ ਕੁ ਪਵਾਤੇ ਸੀ ਚੱਲ ਫਿਰ ਮੈਂ ਤਾਂ ਮਰਦੇ ਜਿਉਂਦੇ ਨੇ ਤੇਰੇ ਟਰੈਕਟਰ 'ਚ 2 ਲੱਖ ਰੁਪਈਆ ਪਾ ਤਾ ਫਿਰ ਤੂੰ ਮੈਨੂੰ ਕੀ ਦਿੱਤਾ ਸੀ ਦੱਸ ਮੈਨੂੰ ਦਿੱਤਾ ਕੁਛ ਮੈਂ ਤੇਰੇ ਨਾਲ ਲੜਿਆ ਮੈਂ ਵੀ ਕਿਹਾ ਨਾ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਪੈਸੇ ਨੇ ਕਿਤੇ ਸਾਰਾ ਕੁਝ ਹੋ ਗਿਆ ਮੈਂ ਤੇਰੇ ਨਾਲ ਲੜ ਪਿਆ ਕਿਤੇ ਜਿੱਥੋਂ ਤੱਕ ਪ੍ਰੀਤ ਤੂੰ ਚੱਲ ਗਿਆ ਨਾ ਕੋਈ ਗੱਲ ਨਹੀਂ ਆ ਤੇਰੀ ਮਰਜ਼ੀ ਭਰਾ ਸਾਰਾ ਕੁਝ ਸੋਹਣਾ ਕਰਦਾ ਪਰ ਮੈਂ ਤੈਨੂੰ ਨਾ ਅਜੇ ਵੀ ਮਾੜਾ ਨਹੀਂ ਕਹਿੰਦਾ ਮੈਂ ਤੈਨੂੰ ਮੈਂ ਅਜੇ ਵੀ ਮਾੜਾ ਨਹੀਂ ਕਹਿ ਸਕਦਾ ਤੈਨੂੰ ਚਲਾਇਆ ਗਿਆ ਕੋਈ ਚਲਾਉਂਦਾ ਰਿਹਾ ਤੈਨੂੰ ਜਦੋਂ ਰਿਮੋਟ ਵਾਲੀ ਗੱਡੀ ਨਹੀਂ ਚੱਲਦੀ ਉਸ ਚੀਜ਼ ਨਾਲ ਚੱਲਿਆ ਤੂੰ ਠੀਕ ਹੈ ਤੈਨੂੰ ਮੈਂ ਸੋਨਾ ਬਣਾਉਣਾ ਚਾਹੁੰਦਾ ਸੀ ਸੋਨਾ ਜੇ ਤੂੰ ਸਾਲ ਇੱਕ ਮੇਰੀ ਗੱਲ ਮੰਨ ਲੈਨੋ ਮੇਰੀਆਂ ਕਹਿਣੀ 'ਤੇ ਚੱਲ ਲੈਨੋ ਸਾਰਾ ਕੁਝ ਕਰ ਲੈਨੋ ਮਿਹਨਤ ਕਰ ਦੋ
ਗੁਰੂਆ ਪੈਸੇ ਪੈਸੇ ਤੇ ਤੇਰੇ ਅੱਗੇ ਪਿੱਛੇ ਭੱਜੇ ਫਿਰਨੇ, ਤੂੰ ਇੰਗਲੈਂਡ ਖੇਡਣ ਦਿਆ ਨਾ, ਪੈਸੇ ਤੇਰੇ ਮਗਰ ਮਗਰ ਭੱਜਣੇ ਸੀ, ਪੈਸਾ ਪੈਸੇ ਦੀ ਕੀ ਮਜਾਲ ਹੈ ਬੰਦੇ ਮਗਰ ਨਾ ਭੱਜਣ ਯਾਰ, ਬੰਦੇ ਨੇ ਮਿਹਨਤ ਕੀਤੀ ਹੋਵੇ। ਹੁਣ ਮੈਂ ਮਿਹਨਤ ਕਰਦਾ, ਮੈਨੂੰ 19 ਸਾਲ ਹੋ ਗਏ ਕਬੱਡੀ ਖੇਡਦੇ ਨੂੰ, ਮੈਂ ਅਜੇ ਜੱਫੇ ਪਾਈ ਜਾਂਦਾ, ਮੈਂ ਅਜੇ ਖੇਡੀ ਜਾਂਦਾ, ਮੇਰੇ ਤੋਂ ਵੀ ਸੀਨੀਅਰ ਪਲੇਅਰ ਹੈਗੇ ਜਿਹੜੇ ਮਿਹਨਤ ਕੀਤੀ ਆ, ਜਿਨ੍ਹਾਂ ਨੇ ਅਜੇ ਖੇਡੀ ਜਾਂਦੇ ਆ। ਆ ਪਾਲੇ ਖੁਸ਼ੀ ਹੋਣੀ, ਦੁੱਲੇ ਹੋਣੀ, ਸੁਲਤਾਨ ਹੋਣੀ, ਕਿੰਨੀ ਲੰਮੀ ਲੰਮੀ ਕਬੱਡੀ ਖੇਡਣ ਦੇ ਉੱਦਾਂ ਦੇ ਅਜੇ ਪਏ ਆ, ਕੋਈ ਚੱਕਰ ਹੀ ਨਹੀਂ। ਜਿਹੜਾ ਬੰਦਾ ਮਿਹਨਤ ਕਰਦਾ, ਮੈਂ ਤਾਂ ਤੈਨੂੰ ਮੇਨ ਮੇਰਾ ਫੋਕਸ ਹੀ ਇਹ ਰਿਹਾ, ਮੈਂ ਤੈਨੂੰ ਬਲੌਗ ਬਣਾਉਂਦਾ ਰਿਹਾ, ਉਹਨਾਂ 'ਚ ਮੇਨ ਮੇਰਾ ਮੋਟਿਵ ਇਹ ਰਿਹਾ, ਪ੍ਰੀਤ ਮਿਹਨਤ ਕਰਿਆ ਕਰ, ਪ੍ਰੀਤ ਮਿਹਨਤ ਕਰਿਆ ਕਰ, ਮਿਹਨਤ ਕਰਿਆ ਕਰ। ਆਹ ਪ੍ਰੀਤ ਕਾਸ਼ ਹੋਣੀ, ਮਨਜੀਤ ਹੋਣੀ ਇੱਕ ਗੱਲ ਕਹਿ ਦੇਣ ਕਿ ਭਲਵਾਨ ਨੇ ਕਿੰਨਾ ਮੱਥਾ ਮਾਰਿਆ ਇਹ ਬੰਦੇ ਗੜੀ, ਵੀ ਮਿਹਨਤ ਕਰਿਆ ਕਰ। ਇੱਥੋਂ ਤੱਕ ਕਿ ਮਨਜੀਤ ਮੈਨੂੰ ਇਸ ਗੱਲੋਂ ਚੰਗਾ ਲੱਗਦਾ ਹੁੰਦਾ ਸੀ, ਮਨਜੀਤ ਬੰਦਾ ਮਿਹਨਤ ਕਰਦਾ ਹੁੰਦਾ ਸੀ, ਮਨਜੀਤ ਨੂੰ ਮੈਂ ਸਮਝਾਉਣਾ, ਮਨਜੀਤ ਨੇ ਮੇਰੀਆਂ ਗੱਲਾਂ ਮੰਨਣੀਆਂ, ਹਾਂ ਭਲਵਾਨ ਜਿਹੜੀ ਗੱਲ ਤੂੰ ਕਹਿੰਦਾ ਮੈਂ ਤੇਰੀ ਗੱਲ ਮੰਨਦਾ, ਮੈਂ ਮਿਹਨਤ ਕਰਦਾ। ਜੇ ਉਹ ਮਿਹਨਤ ਕਰਦਾ ਤਾਂ ਸਰੀਰ ਦੱਸਦਾ ਕਿ ਮਨਜੀਤ ਮਿਹਨਤ ਕਰਦਾ। ਹੁਣ ਤੂੰ ਦੱਸ, ਪਿਛਲੇ ਇੰਨੇ 4-5 ਸਾਲਾਂ ਤੋਂ ਖੇਡਣ ਦਿਆਂ, ਕਿਹੜੀ ਚੀਜ਼ ਮਿਹਨਤ ਲਾ ਕੇ ਤੂੰ ਅੱਪ ਕੀਤੀ ਆਪਣੀ ਸਰੀਰ ਦੀ, ਦੱਸ ਦੇ। ਕੋਈ ਪੱਟ ਵੱਡਾ ਕੀਤਾ, ਕੋਈ ਬਾਂਹ ਵੱਡੀ ਕੀਤੀ ਆ, ਦੱਸ ਦੇ ਕੀ ਵੱਡਾ ਕੀਤਾ। ਆਪਾਂ ਨੂੰ ਇੰਨੀ ਦੁਨੀਆ ਵੇਖਣ ਆਉਂਦੀ ਆ, ਜੇ ਆਪਾਂ ਖੁਦ ਆਪਣੇ ਸਰੀਰ ਵਾਸਤੇ ਟਾਈਮ ਨਹੀਂ ਕੱਢ ਸਕਦੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ। ਮੈਂ ਤਾਂ ਸ਼ੁਰੂ ਤੋਂ ਪ੍ਰੀਤ ਤੇਰੇ ਨਾਲ ਦਿਲ ਹੀ ਪਿਆਰ ਹੀ, ਮੇਰਾ ਦਿਲੋਂ ਪਿਆਰ ਕਰਦਾ ਸੀ ਤੈਨੂੰ, ਕਿ ਤੂੰ ਇਹੋ ਜਿਹਾ ਪਲੇਅਰ ਬਣੇ ਕਿ ਵਧੀਆ ਕੁਆਲਿਟੀ ਸੀ ਤੇਰੇ 'ਚ, ਪਰ ਤੂੰ ਨਹੀਂ। ਚਲੋ ਲੋਕ ਆਪਣਾ ਸਾਥ ਇੱਥੋਂ ਤੱਕ ਹੀ, ਇੰਨਾ ਆਪਣਾ ਸਾਥ ਹੀ, ਚਲੋ ਇੰਨੀ ਗੱਲ ਹੋ ਸਕਦੀ ਆ। ਬਾਕੀ ਚਲੋ ਮਹਾਰਾਜ ਤੇਰਾ ਭਲਾ ਕਰੇ, ਵਾਹਿਗੁਰੂ ਸੱਚੇ ਪਾਤਸ਼ਾਹ ਤੇਰੇ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਬਾਕੀ ਇੱਕ ਗੱਲ ਇਹ ਆ ਮੇਰੇ ਭਰਾ, ਸੋਸ਼ਲ ਮੀਡੀਆ ਦੀ ਜਿਹੜੀ ਲੜਾਈ ਹੁੰਦੀ ਨਾ, ਉਹ ਚੰਗੀ ਨਹੀਂ ਹੁੰਦੀ, ਅਤੇ ਮੈਂ ਸੋਸ਼ਲ ਮੀਡੀਆ 'ਤੇ ਲੜਨਾ ਨਹੀਂ ਚਾਹੁੰਦਾ। ਮੈਂ ਨਹੀਂ ਤਾਂ ਰਿਪਲਾਈ ਦੇਣਾ ਹੀ ਨਹੀਂ, ਆਹ ਚੀਜ਼ ਦਾ ਮੈਂ ਰਿਪਲਾਈ ਨਹੀਂ ਦੇਣਾ। ਜਦੋਂ ਗੱਲ ਮੇਰੇ ਪੁੱਤ 'ਤੇ ਆਈ ਹੈ ਤਾਂ ਫਿਰ ਮੈਂ ਪਿੱਛੇ ਨਹੀਂ ਰਹਿ ਸਕਦਾ। ਜਦੋਂ ਗੱਲ ਉੱਥੋਂ ਮੇਰੇ ਤੱਕ ਰਹਿੰਦੀ, ਮੈਨੂੰ ਭਾਵੇਂ ਮਾੜਾ ਕਹੀ ਜਾਂਦੇ ਸਾਰੇ, ਕੋਈ ਚੱਕਰ ਨਹੀਂ, ਮੈਂ ਮਾੜਾ ਹੀ, ਹਾਂ ਮਾੜਾ ਵਾਂ। ਪਰ ਜਿਹੜਾ ਪੁੱਤ ਮੇਰਾ ਅਜੇ ਛੋਟਾ ਵਾ, ਉਹਨੂੰ ਤੁਸੀਂ ਮਾੜਾ ਕਹਿੰਦੇ ਜੇ, ਮਾੜਾ ਮੋੜਨਾ ਸੋਚਿਆ ਕਰੋ। ਜਿਹੜੇ ਬੰਦੇ ਨੇ ਇੰਨੀ ਲੰਮੀ ਕਬੱਡੀ ਖੇਡੀ ਆ, ਇੰਨਾ ਕੁਝ ਕਰਨ ਦਿਆ ਵਾ, ਉਹਦੇ 'ਤੇ ਆਹ ਲੈਵਲ ਲਾਇਆ ਤੁਸੀਂ, ਤੂੰ ਜੇ ਇੱਦਾਂ ਕਰੇਗਾ ਤੇਰੇ ਪੁੱਤ 'ਚੋਂ ਨਿਕਲੂਗਾ, ਤੂੰ ਇੱਦਾਂ ਇੱਦਾਂ, ਮਾੜਾ ਜਿਹਾ ਸੋਚਿਆ ਕਰੋ। ਜਿਹੜੇ ਬੰਦੇ ਨੇ ਉਹ ਕਮੈਂਟ ਕੀਤਾ ਨਾ, ਜਿਹੜੇ ਜਿੰਨੇ ਵੀ ਕੀਤਾ, ਉਹ ਮਾੜਾ ਜਿਹਾ ਤੂੰ ਆਪਣੇ ਅੰਦਰ ਝਾਤੀ ਮਾਰੀ ਇੱਕ ਰਾਂ ਕਿ ਉਹ ਕੀ ਗੱਲ ਕਹੀ ਸੀ ਤੂੰ, ਠੀਕ ਹੈ। ਮੇਰਾ ਵੀ ਰੱਬ ਜਾਣਦਾ, ਕੋਈ ਗੱਲ ਨਹੀਂ, ਉਹਦੇ ਘਰ ਦੇ ਰਿਹਾ ਨੇਰ ਨਹੀਂ ਹੈਗਾ। ਅਤੇ ਬਾਕੀ ਮੈਂ ਫਿਰ ਤੈਨੂੰ ਪ੍ਰੀਤ ਇਹ ਗੱਲ ਕਹਿੰਦਾ ਵਾਂ, ਮੇਰੇ ਦਿਲ 'ਚ ਤੇਰੇ ਲਈ ਕੋਈ ਜੈਲਸ ਨਹੀਂ ਹੈਗੀ, ਮੇਰਾ ਭਰਾ ਤਕੜਾ ਹੋ ਅਤੇ ਮਿਹਨਤ ਕਰਾ ਦੇ।